ਦਸ ਇੱਕ ਵੀ ਪੁਆਇੰਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿੰਦਰ ਸਿੰਘ ਸਾਕਿਤ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਦੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਸਬੰਧ ਦੇ ਵਿੱਚ ਜਿਹੜੀ ਲੜੀਵਾਰ ਜਾਣਕਾਰੀ ਉਹ ਤੁਹਾਡੇ ਨਾਲ ਪਹਿਲਾਂ ਸਾਂਝੀ ਕਰ ਚੁੱਕੇ ਆ ਅੱਜ ਦੀ ਗੱਲਬਾਤ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜਿਹੜੇ ਖਾਰਕੂ ਸੰਘਰਸ਼ ਦੇ ਦੌਰਾਨ ਆਗੂ ਰਹੇ ਨੇ ਜਾਂ ਸਿੰਘ ਰਹੇ ਨੇ ਉਹਨਾਂ ਦੇ ਬਾਰੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਉਂਗਲਾਂ ਚੁੱਕੀਆਂ ਜਾਂਦੇ ਆ ਨੇ ਉਹ ਇਤਿਹਾਸ ਉਹ ਜੋ ਜਾਣਕਾਰੀ ਉਹ ਸਾਡੇ ਤੱਕ ਕਿਸ ਤਰੀਕੇ ਦੇ ਨਾਲ ਪਹੁੰਚੀ ਇਹ ਸਾਰਿਆਂ ਨੂੰ ਪਤਾ ਹੀ ਆ 85 ਤੋਂ ਲੈ ਕੇ ਤਕਰੀਬਨ 95 96 ਤੱਕ ਇੱਕ ਸਾਨਾ ਮਤਾ ਸਿੰਘਾ ਜਿਹੜਾ ਸੰਘਰਸ਼ ਹੈ ਉਹ ਆਰੰਭ ਹੁੰਦਾ ਕਿਉਂਕਿ ਜਦੋਂ ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਤਾਂ ਪੰਜਾਬ ਦਰਦੀਆਂ ਨੂੰ ਸਿੱਖਾਂ ਨੂੰ ਖਾਸ ਕਰਕੇ ਉਹਦੀ ਡਾਢੀ ਸੱਟ ਵਾਦੀ ਤੇ ਉਸ ਤੋਂ ਬਾਅਦ ਹਥਿਆਰਬੰਦ ਸੰਘਰਸ਼ ਦੇ ਸ਼ੁਰੂ ਹੋਣ ਦੇ ਨਾਲ ਹੀ ਉਹ ਹਕੂਮਤ ਦੇ ਨਾਲ ਟਕਰਾ ਕਰਦੇ ਨੇ ਸਿੰਘਾਂ ਦੀਆਂ ਆਪਣੀਆਂ ਜਾਨਾਂ ਦੀਆਂ ਬਾਜ਼ੀਆਂ ਲਾ ਕੇ ਇਥੇ ਉਹਨਾਂ ਨੇ ਜੁਲਮ ਦਾ ਟੱਕਰ ਆ ਜਾਬਰ ਹਕੂਮਤ ਦਾ ਟੱਕਰ ਆ ਉਹ ਕੀਤਾ ਉਸੇ ਸਮੇਂ ਦੌਰਾਨ ਕਈ ਆਗੂ ਜਿਹੜੇ ਨੇ ਉਹ ਸ਼ਹਾਦਤਾਂ ਪ੍ਰਾਪਤ ਕਰ ਗਏ ਤੇ ਕਈ ਜੇਲ੍ਹਾਂ ਦੇ ਵਿੱਚ ਰੱਖ ਦਿੱਤੇ ਗਏ ਬੜੀਆਂ ਲੰਮੀਆਂ ਜੇਲ੍ਹਾਂ ਕੱਟ ਕੇ ਬਾਹਰ ਆਉਣ ਤੋਂ ਬਾਅਦ ਕਈ ਅਜੇ ਵੀ ਨਦਰਬੰਦ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਤੇ ਜੇਲਾ ਕੱਟਣ ਤੋਂ ਬਾਅਦ ਜਦੋਂ ਬਾਹਰ ਆਉਂਦੇ ਨੇ ਉਹਨਾਂ ਦੇ ਬਾਬਤ ਉਹਨਾਂ ਦੇ ਪ੍ਰਤੀ ਜਿਹੜਾ ਆ ਉਹਨਾਂ ਦੇ ਜਿਹੜੀ ਉਹਨਾਂ ਦੀ ਛਵੀ ਬਣੀ ਹੋਈ ਹੈ ਉਹਨੂੰ ਖਰਾਬ ਕਰਨ ਦੇ ਲਈ ਜਿਹੜੀ ਸਰਕਾਰੀ ਏਜੰਸੀਆਂ ਨੇ ਉਹ ਵੀ ਪ੍ਰੋਪਗੈਂਡਾ ਕਰਦੀਆਂ ਨੇ ਇਹ ਬੜੀ ਦੁਖਦੀ ਗੱਲ ਉਹਦੋਂ ਹੁੰਦੀ ਹੈ ਜਦੋਂ ਉਸੇ ਖਾੜਕੂ ਲਹਿਰ ਦੇ ਵਿੱਚੋਂ ਉੱਠ ਕੇ ਕੋਈ ਸਿੰਘ ਜਾਂ ਕੋਈ ਹੋਰ ਜਿਹੜੇ ਉਸ ਸਮੇਂ ਦੇ ਵਿੱਚ ਰਹੇ ਨੇ ਉਹ ਜਦੋਂ ਦੂਸ਼ਣਬਾਜ਼ੀ ਕਰਦੇ ਨੇ ਖਾਸ ਕਰਕੇ ਉਹਨਾਂ ਲਹਿਰਾਂ ਦੇ ਆਗੂਆਂ ਦੇ ਪ੍ਰਤੀ ਜਿਨ੍ਹਾਂ ਨੇ ਬਹੁਤ ਵੱਡਾ ਜਿਹੜਾ ਆਪਣਾ ਯੋਗਦਾਨ ਇਸਾ ਲਹਿਰਾਂ ਦੇ ਸਬੰਧੀ ਇਸ ਸੰਘਰਸ਼ ਦੇ ਵਿੱਚ ਜਿਹੜਾ ਪਾਇਆ ਹੁੰਦਾ ਹੈ ਅੱਜ ਇਸੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਚੀਜ਼ ਦਾ ਆਮ ਲੋਕਾਂ ਦੇ ਉੱਤੇ ਕੀ ਅਸਰ ਪੈਂਦਾ ਹੈ ਤੇ ਇਹ ਚੀਜ਼ ਕਿਉਂ ਆ ਜਾਂਦੀ ਹੈ ਜਾਂ ਤਾਂ ਉਹ ਸਰਕਾਰੀ ਪ੍ਰੋਪਾਗੈਂਡ ਇਸ ਵੱਡੇ ਪੱਧਰ ਤੇ ਹੁੰਦਾ ਕਿ ਹੌਲੀ-ਹੌਲੀ ਲੋਕਾਂ ਦੀ ਮਾਨਸਿਕਤਾ ਬਣ ਜਾਂਦਾ ਤੇ ਉਹ ਫਿਰ ਜ਼ਹਿਨੀਆਂ ਦੇ ਵਿੱਚ ਉਹ ਆਪਣੇ ਆਪ ਹੀ ਗੱਲਾਂ ਸੈਸਬਾਇਓ ਨਿਕਲਣ ਲੱਗ ਜਾਂਦੀਆਂ ਸਾਡੇ ਨਾਲ ਇਸੇ ਗੱਲਬਾਤ ਨੂੰ ਇਸ ਵਰਤਾਰੇ ਨੂੰ ਸਮਝਣ ਦੇ ਲਈ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਰਦਾਰ ਅਜਮੇਰ ਸਿੰਘ ਜੀ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਪਹਿਲਾਂ ਤਾਂ ਜਿਹੜਾ ਮੁੱਖ ਸਵਾਲ ਆਪਾਂ ਇਹ ਕਰਦੇ ਹਾਂ ਕਿ 85 ਤੋਂ ਲੈ ਕੇ 95 96 ਤੱਕ ਕਿਹੜਾ ਸੰਘਰਸ਼ ਚੱਲਿਆ ਆ ਉਹਦੇ ਬਾਰੇ ਮੜੀ ਜੀ ਸੰਖੇਪ ਰੂਪ ਚ ਜਾਣਕਾਰੀ ਦਿਓ ਤਾਂ ਕਿ ਜਿਹੜਾ ਲੋਕਾਂ ਨੂੰ ਉਹਦਾ ਮੜਦਾ ਭੂਮਿਕਾ ਜੀ ਸਿਰ ਸਕੀ ਹੈ ਅਗਲੀ ਗੱਲਬਾਤ ਆਪਾਂ ਫੇਰ ਕਰਦੇ ਆਂ ਦੇਖੋ ਬਸਤਾ ਉਸ ਸੰਘਰਸ਼ ਬਾਰੇ ਲੋਕਾਂ ਨੂੰ ਕਾਫੀ ਕੁਝ ਜਾਣਕਾਰੀ ਹੈ ਪਰ ਜਿਹੜੀ ਨਵੀਂ ਜਨਰੇਸ਼ਨ ਕਹਿ ਲਈਏ ਜਿਹੜੇ ਅੱਜ ਜਵਾਨ 18 20 ਸਾਲਾਂ ਦੇ ਜਿਹਨਾਂ ਦਾ ਜਨਮ ਉਹ ਤੋਂ ਬਾਅਦ ਚ ਹੋਇਆ ਜਾ ਕੇ ਉਹਨਾਂ ਨੂੰ ਸ਼ਾਇਦ ਉਹਦਾ ਬਹੁਤਾ ਪਤਾ ਨਾ ਹੋਵੇ ਆਪਾਂ ਉਹਦੇ ਬਾਰੇ ਬਹੁਤਾ ਵਿਸਥਾਰ ਚ ਨਹੀਂ ਜਾਂਦੇ ਐਵੇਂ ਚੰਦ ਕ ਸ਼ਬਦਾਂ ਚ ਮੈਂ ਦੱਸ ਦਿੰਦਾ ਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇੱਕ ਖੜਕੂ ਲਹਿਰ ਦਾ ਆਰੰਭ ਹੋਇਆ ਉਸ ਖੜਕੂ ਲਹਿਰ ਦਾ ਜਿਹੜੇ ਕੇਂਦਰ ਬਣੇ ਉਹ ਸੀਗੀ ਇੱਕ ਤਾਂ ਦਮਦਮੀ ਟਕਸਾਲ ਜੀ ਕਿਉਂਕਿ ਜਿਆਦਾ ਸਿੰਘ ਜਿਹੜੇ ਅੰਦਰ ਸ਼ਹੀਦ ਹੋਏ ਸੀ ਉਹ ਦਮਦਮੀ ਟਕਸਾਲ ਨਾਲ ਹੀ ਜੁੜੇ ਸੀ ਤੇ ਜਾਂ ਸੰਤ ਜਰਨੈਲ ਸਿੰਘ ਨਾਲ ਜੁੜੇ ਹੋਏ ਸੀ ਸੋ ਸੰਤ ਜਰਨੈਲ ਸਿੰਘ ਦਾ ਦਮਦਮੀ ਟਕਸਾਲ ਨਾਲ ਸਭ ਨੂੰ ਪਤਾ ਸਬੰਧ ਸੀ ਇਸ ਕਰਕੇ ਜਿਹੜਾ ਮੈਨਸ ਇੱਕ ਤਾਂ ਟੈਂਪਟ ਉਧਰੋਂ ਹੋਈ ਕਿ ਹੁਣ ਇਹ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇ ਕਿਉਂਕਿ ਸੰਤ ਜਰਨੈਲਸੋਂ ਕਹਿ ਗਏ ਸੀ ਜਾਂ ਉਹਨੂੰ ਪਤਾ ਹੀ ਸੀ ਕਿ ਉਸ ਤੋਂ ਬਾਅਦ ਸੰਘਰਸ਼ ਚੱਲਣਾ ਹੈ ਤੇ ਉਹ ਆਪਣੇ ਬੰਦਿਆਂ ਨੂੰ ਕੁਝ ਨੁ ਹਦਾਇਤਾਂ ਵੀ ਦੇ ਗਏ ਸੀ ਜੀ ਦੂਜਾ ਇੱਕ ਬੱਬਰ ਖਾਲਸਾ ਸੀ ਸੋ ਬੱਬਰ ਖਾਲਸਾ ਦੇ ਸਿੰਘ ਬੈਸੇ ਤਾਂ ਉੱਥੋਂ ਸਾਰੇ ਸੇ ਬਚ ਕੇ ਨਿਕਲ ਆਏ ਸੀ ਇੱਕ ਮਹੰਗਾ ਸਿੰਘ ਹੀ ਉੱਥੇ ਇੱਕ ਤਰੀਕ ਨੂੰ ਸ਼ਹੀਦ ਹੋਇਆ ਪਹਿਲੀ ਜਦੋਂ ਗੋਲੀ ਚੱਲੀ ਹੈ ਸਭ ਤੋਂ ਪਹਿਲਾ ਸ਼ਹੀਦ ਬਾਕੀ ਜਿਹੜੇ ਮੇਨਲੀ ਉਹਨਾਂ ਦੇ ਫਾਈਟਰ ਸੀ ਜੁਝਾਰੂ ਸੀਗੇ ਉਹ 5 ਤਰੀਕ ਨੂੰ ਉੱਥੋਂ ਨਿਕਲ ਆਏ ਸੀਗੇ ਬਿਤਾ ਕੇ ਸੰਘਰਸ਼ ਨੂੰ ਅੱਗੇ ਜਾਰੀ ਰੱਖਿਆ ਜਾਵੇ ਸੋ ਇੱਕ ਸੈਂਟਰ ਉਹ ਬਣਿਆ ਇਹ ਦੋ ਮੇਨ ਸੈਂਟਰ ਬਣੇ ਬਾਕੀ ਇੱਕ ਸੈਂਟਰ ਜਿਹੜਾ ਬਹੁਤ ਮਹੱਤਵਪੂਰਨ ਬਣਿਆ ਉਹ ਬਣਿਆ ਲੁਧਿਆਣੇ ਵਾਲੇ ਕੁਝ ਜਿਹੜੇ ਉਸ ਮੌਕੇ ਕਾਲਜਾਂ ਚ ਪੜ੍ਹਦੇ ਸੀ ਜਿਦੇ ਚੋਂ ਭਾਈ ਦਿਲਜੀਤ ਸਿੰਘ ਬਿੱਟੂ ਗੁਰਚਰਨ ਸਿੰਘ ਗਾਮਾ ਸੁੱਖੀ ਕੁੱਕੀ ਮਤਲਬ ਇਸ ਤਰ੍ਹਾਂ ਦੇ ਕੁਝ ਨਾਂ ਜਿਹੜੇ ਸੀਗੇ ਉਹ 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 ਕਿਸੇ ਧੜੇ ਨਾਲ ਨਹੀਂ ਸੀ ਪਹਿਲਾਂ ਚਰਨਜੀਤ ਚੰਨੀ ਸੀ ਜਿਹਦਾ 6 ਨੂੰ ਫੈਡਰੇਸ਼ਨ ਨਾਲ ਵੀ ਦਾਵੀ ਉਹ ਲੀਡਰ ਸੀ ਤੇ ਜਗਦੇਵ ਸੂਤਲਵੰਡੀ ਦਾ ਭਤੀਜਾ ਸੀ ਇਹ ਏਰੀਏ ਦੇ 22 ਬੰਦੇ ਹੁੰਦੇ ਸੀ ਕਿਵੇਂ ਹੁੰਦਾ ਸੀ ਨਹੀਂ ਇਹ ਥੋੜੀ ਜਾਣ ਪਛਾਣ ਤੇ ਆ ਮਤਲਬ ਜਿਵੇਂ ਚਰਨਜੀਤ ਚੰਨੀ ਦੇ ਤਾਂ ਵੈਸੇ ਦਮਦਮੀ ਟਕਸਾਲ ਨਾਲ ਵੀ ਸੰਬੰਧ ਸੀ ਜੀ ਤੇ ਉਦੋਂ ਬਾਬਾ ਜਗਿੰਦਰ ਸਿੰਘ ਸੀਗੇ ਅਕਾਲੀ ਦਲ ਦੇ ਪ੍ਰਧਾਨ ਬਣਾਏ ਮੁੜ ਕੇ ਹਨਾ ਸੰਤਾ ਦੇ ਪਿਤਾ ਜੀ ਉਹਨਾਂ ਨਾਲ ਵੀ ਉਹਨਾਂ ਦੀ ਨੇੜਤਾ ਸੀ ਉਹ ਇੱਕ ਟਕਸਾਲੀ ਅਕਾਲੀ ਪਰਿਵਾਰ ਚੋਂ ਹੋਣ ਕਰਕੇ ਉਹਦੇ ਬੜੇ ਲੰਮੇ ਚੌੜੇ ਕਨੈਕਸ਼ਨ ਸੀ ਪਰ ਉਹਨਾਂ ਦਾ ਭਾਈ ਦਲਜੀਤ ਸੂਰੀਆ ਨਾਲ ਵੀ ਬਹੁਤ ਨੇੜ ਲਾ ਇੱਕ ਸਬੰਧ ਸੀ ਸੋ ਇਸ ਗਰੁੱਪ ਨਾਲ ਫਿਰ ਹੌਲੀ ਹੌਲੀ ਜੁੜੀ ਗਈ ਇਹਨਾਂ ਦੇ ਬਬਰ ਖਾਲਸਾ ਨਾਲ ਵੀ ਸਬੰਧ ਸੀ ਤੇ ਇਧਰੋਂ ਦੰਦੂਮੀ ਟਕਸਾਲ ਨਾਲ ਵੀ ਸਬੰਧ ਸੀ ਪਹਿਲਾਂ ਇਹ ਬਿਲਕੁਲ ਫਰੈਸ਼ ਆਏ ਉਹਨਾਂ ਦੇ ਕਾਲਜਾਂ ਦੇ ਵਿੱਚ ਸੀਗੇ ਇੱਕ ਜਿਹੜੇ ਬੰਦੇ ਮਿਲੀਟੈਂਟ ਦੇ ਤੌਰ ਤੇ ਜਾਣੇ ਜਾਂਦੇ ਹੁੰਦੇ ਆ ਇੱਕ ਐਮਲੈਂਸ ਐਮਲੈਸ ਵਾਇਲੈਂਸ ਵਾਲੇ ਜੇ ਕੋਈ ਗੱਲ ਹੋਣੀ ਖੜਕਾ ਦੜਕਾ ਕਰ ਲੈਣਾ ਤੇ ਉਹ ਕੋ ਟੈਂਡੈਂਸੀ ਉਹ 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 ਅੰਸ਼ ਤਾਂ ਸੀ ਗਈ ਵਿੱਚ ਤੇ ਜਦੋਂ ਇੱਕ ਵੱਡਾ ਕਾਜ ਮਿਲ ਗਿਆ ਫਿਰ ਉਹਨਾਂ ਨੇ ਕੋਈ ਸੋਚਿਆ ਨਹੀਂ ਮਤਲਬ ਫਟਾਫਟ ਆਪਣੇ ਫੈਸਲੇ ਕੀਤੇ ਪੜਾਈਆਂ ਛੱਡੀਆਂ ਘਰਵਾਰ ਛੱਡੇ ਤੇ ਉਹਨਾਂ ਨੇ ਐਕਸ਼ਨ ਸ਼ੁਰੂ ਕਰ ਦਿੱਤੇ ਤੇ ਉਹ ਦਿਨਾਂ ਫਿਰ ਉਹਦਾ ਗਰੁੱਪ ਦਾ ਘੇਰਾ ਵਧੀ ਗਿਆ ਉਸ ਗਰੁੱਪ ਦੇ ਵਿੱਚ ਹੀ ਮੁੜ ਕੇ ਜਿੰਦਾ ਸੁੱਖਾ ਤੇ ਹੋਰ ਬਹੁਤ ਸਾਰੇ ਮਤਲਬ ਜਿਹੜੇ ਕਹਿ ਲਈਏ ਕਿ ਬੜੀ ਕਰੀਮ ਸੀ ਜਿਹੜੀ ਲਹਿਰ ਦੀ ਚੋਟੀ ਦੇ ਚੋਟੀ ਦੇ ਜਿਹੜੇ ਜਿਨ੍ਹਾਂ ਨੇ ਬਹੁਤ ਵੱਡੇ ਐਕਸ਼ਨ ਕੀਤੇ ਨਾਮੀ ਐਕਸ਼ਨ ਉਹਦੇ ਵਿੱਚੋਂ ਇੱਕ ਸੁਖਵਿੰਦਰ ਸਿੰਘ ਸੀ ਜੀ ਨੂੰ ਕੇਸੀ ਸ਼ਰਮਾ ਕਹਿੰਦੇ ਸੀ ਮਾਥਰਾ ਸਿੰਘ ਜਿਹੜਾ ਵੈਸੀ ਕਿੱਸਾ ਨਾਇਕ ਬਣਿਆ ਉਹ ਵੀ ਇਸ ਗਰੁੱਪ ਨਾਲ ਜੁੜਿਆ ਹੋਇਆ ਸੀਗਾ ਤੇ ਰਾਜਵਿੰਦਰ ਰਾਜੂ ਸੀ ਮਤਲਬ ਤੁਸੀਂ ਜੇ ਨਾਂ ਲੈਣ ਲੱਗੋ ਫਿਰ ਕਮਰਜੀਤ ਸੁਲਤਾਨ ਬਿੰਡੂਰੀ ਆ ਗਏ ਨਿਰਮਲ ਸਿੰਘ ਨਿਮਾ ਆ ਗਿਆ ਹਰਮਿੰਦਰ ਸਿੰਘ ਸੁਲਤਾਨ ਬਿੰਡ ਆ ਗਿਆ ਮਤਲਬ ਆਪਾਂ ਇਹ ਤਾਂ ਤੁਸੀਂ ਦਰਜਨਾਂ ਦੀ ਗਿਣਤੀ 'ਚ ਨਾ ਲੈ ਸਕਦੇ ਆ ਪਰ ਟੂ ਸਟਾਰਟ ਵਿਦ ਇੱਕ ਛੋਟਾ ਜਿਹਾ ਸੀਗਾ ਨਿਊਕਲੀਅਸ ਜਾਂ ਪਰ ਇਹਨਾਂ ਦਾ ਫਿਰ ਘੇਰਾ ਵਧਿਆ ਬੜਾ ਕਿਉਂਕਿ ਦੋਵੇਂ ਪਾਸੇ ਉਹ ਹੀ ਉਸ ਤਰ੍ਹਾਂ ਚੱਲੇ ਬੜਾ ਓਪਨ ਮਾਈਂਡ ਰੱਖ ਕੇ ਤੇ ਐਕਸ਼ਨ ਬੜੇ ਇਹਨਾਂ ਨੇ ਨਾਮ ਵਰ ਕੀਤੇ ਮਤਲਬ ਇਹਨਾਂ ਨੇ ਇਹ 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 ਫੈਸਲਾ ਕਰ ਲਿਆ ਸੀ ਕਿ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਨਸਲ ਕੁਸ਼ੀ ਕੀਤੀ ਆ ਉਹ ਦੋਸ਼ੀ ਸਿੱਧੇ ਟਿਕਲੇ ਤੇ ਉਹਦਾ ਸਭ ਤੋਂ ਪਹਿਲਾਂ ਲਾਲਤ ਮਾਕਨ ਮਾਰਿਆ ਫਿਰ ਇਹਨਾਂ ਨੇ ਮਾਰਿਆ ਅਰਜਨ ਦਾਸ ਜਿਹੜਾ ਉੱਥੇ ਸੀਗਾ ਸੋ ਉਹ ਦੋ ਲੀਡਰ ਮਾਰੇ ਤੇ ਫਿਰ ਇਹ ਜੀ ਮੈਂ ਸੀ ਵੀ ਜੀ ਮੈਂ ਟੀਸੀ ਦੇ ਬੇਰ ਨੂੰ ਹੱਥ ਪਾਉਣਾ ਸੋ ਜਨਰਲ ਬੈਜਾ ਦਾ ਕਤਲ ਵੀ ਇਹਨਾਂ ਨੇ ਕੀਤਾ ਦੋ ਇੱਕ ਐਸਐਸਪੀ ਮਾਰੇ ਸੀਗਾ ਇੱਕ ਐਸਪੀ ਇਕੱਠੇ ਮਾਰੇ ਪਟਿਆਲੇ ਐਨਆਈਐਸ ਦੇ ਗਰਾਊਂਡ ਤੇ ਸੈਰ ਕਰਦੇ ਉਹ ਵੀ ਮਤਲਬ ਐਕਸ਼ਨ ਇਹਨਾਂ ਦਾ ਹੀ ਸੀ ਫਿਰ ਜਿਹੜਾ ਬੈਂਕ ਡਾਕਾ ਬਹੁਤ ਵੱਡਾ ਮਸ਼ਹੂਰ ਉਹ ਵੀ ਇਹਨਾਂ ਦਾ ਸੀ ਫਿਰ ਇਹ ਪੂਨੇ ਜਾ ਕੇ ਮਤਲਬ ਅੱਡਾ ਬਣਾਇਆ ਬੰਬੇ ਦੇ ਵਿੱਚ ਅੱਡਾ ਬਣਾਇਆ ਤੇ ਬੰਬੇ ਨੂੰ ਜਾ ਰਹੇ ਸੀ ਉਹਦੇ ਉਪਰ ਇੱਕ ਨਾਕੇ ਦੇ ਉੱਤੇ ਪੁਲਿਸ ਨੇ ਰੋਕ ਲੇ ਉਹ ਚੈਕਿੰਗ ਕਰਨ ਲੱਗੇ ਇਨਾਂ ਕੋਲ ਹਥਿਆਰ ਸੀ ਤੇ ਘਾਰ ਤੇ ਸੀਗੇ ਇਹਨਾਂ ਨੇ ਗੋਲੀ ਚਲਾਈ ਤੀ ਉਹ ਬੰਦੇ ਮਾਰਤੇ ਕੁਝ ਪੁਲਿਸ ਦੇ ਉੱਥੋਂ ਜਿਵੇਂ ਬਚਦੇ ਬਚਾਉਂਦੇ ਜ਼ਖਮੀ ਹਾਲਤ ਚ ਨਿਕਲੇ ਤੇ ਬੰਬਈ ਗਏ ਉੱਥੇ ਜਾ ਕੇ ਬੰਦਿਆਂ ਦਾ ਇਲਾਜ ਕਰਵਾਇਆ ਮਤਲਬ ਇਹਨਾਂ ਨੇ ਫਿਰ ਆਪਦਾ ਇੱਕ ਤਾਣਾ ਵਾਣਾ ਵੱਡਾ ਬਣਾ ਲਿਆ ਸੀਗਾ ਤੇ ਸਾਰੀ ਜਾਂਬਾਦ ਸੀ ਤੇ ਫਿਰ ਇਹਦੇ ਵਿੱਚੋਂ ਕੁਝ ਫੋਰਸਿਜ਼ ਨਿਕਲੀਆਂ ਇੱਕ ਖਾਲਸਤਾਨ ਕਮਾਂਡੋ ਫੋਰਸ ਸੀ ਜੀ ਦੀ ਨੀ ਰੱਖੀ ਸੀਗੀ ਮਨਵੀਰ ਸਿੰਘ ਚਿਹੜੂ ਨੇ ਮਨਵੀਰ ਸਿੰਘ ਚਿਹੜੂ ਜਿਹੜਾ ਸੀ ਉਹ ਟਕਸਾਲ ਦਾ ਇੱਕ ਖਾਸ ਬੰਦਾ ਸੀ ਸੰਤਾਂ ਦੇ ਬਹੁਤ ਨੇੜੇ ਸੀ ਤੇ ਸੰਤਾਂ ਨੇ ਇਹਨੂੰ ਹਮਲੇ ਤੋਂ ਪਹਿਲਾਂ ਬਾਹਰ ਕੱਢਤਾ ਸੀ ਅੱਛਾ ਕੋਈ ਖਾਸ ਕਾਰਜ ਦੇ ਕੇ ਪਰ ਉਹਨੇ ਕਦੇ ਵੀ ਦੱਸਿਆ ਨਹੀਂ ਉਹ ਕਾਰਜ ਕੀ ਸੀ ਉਪੇਧ ਰਹੇ ਪਰ ਚਲੋ ਕਾਰਜ ਦਾ ਪਤਾ ਮੁੜ ਕੇ ਲੱਗ ਗਿਆ ਉਹ ਸੀ ਜਿਨੇ ਫਿਰ ਐਨ ਜਿਹਨੂੰ ਆਪਾਂ ਕਹਿ ਲਈਏ ਕਿ ਸਕ੍ਰੈਚ ਤੋਂ ਸ਼ੁਰੂ ਕੀਤਾ ਵੀ ਵੈਲਾ ਪਤਾ ਕੀਤਾ ਕੌਣ ਕੌਣ ਬਚ ਗਏ ਹਮਲੇ ਚ ਉਹਨਾਂ ਨੇ ਜਾ ਕੇ ਸੰਪਰਕ ਕੀਤੇ ਸਾਈਕਲ ਤੇ ਸਾਰਾ ਉਹਨੇ ਉਹ ਕੰਮ ਕੀਤਾ ਮਤਲਬ ਮਿਸਤਰੀਆਂ ਵਾਲਾ ਉਹਨੇ ਸੰਦ ਰੱਖ ਲੈਣੇ ਸਾਈਕਲ ਤੇ ਚੱਕ ਨਾ ਪਵੇ ਕਿਸੇ ਨੂੰ ਤੇ ਪਤਾ ਨਹੀਂ ਉਹਨੇ ਸੈਂਕੜੇ ਕਿਲੋਮੀਟਰ ਸਾਈਕਲ ਚਲਾਇਆ ਹੋ ਉਹ ਧਾਗੇ ਸਾਰੇ ਜੋੜੇ ਫਿਰ ਜਾ ਕੇ ਉਹ ਤੰਦਾਂ ਜੋੜ ਜੋੜ ਕੇ ਉਹਨੇ ਖਾਲਸਤਾਨ ਕਮਾਂਡੋ ਫੋਰਸ ਦੀ ਨੀ ਰੱਖੀ ਸੋ ਇੱਕ ਤਾਂ ਖਾਲਸਤਾਨ ਕਮਾਂਡੋ ਫੋਰਸ ਸੀ ਇੱਕ ਸੀ ਕਿ ਕੇ ਐਲ ਐਫ ਖਾਲਸਤਾਨ ਲਿਬਰੇਸ਼ਨ ਫੋਰਸ ਸੋ ਇਹਦਾ ਪਹਿਲਾ ਮੁਖੀ ਸੀ ਅਵਤਾਰ ਸਿੰਘ ਬ੍ਰਹਮਾ ਤੇ ਮੁੜ ਕੇ ਫਿਰ ਜਿਹੜਾ ਬਹੁਤ ਮਹੱਤਵ ਬਣਿਆ ਜਿਹੜਾ ਮਸ਼ਹੂਰ ਹੋਇਆ ਉਹ ਸੀ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੇ ਉਹਦੇ ਨਾਲ ਡਾਕਟਰ ਪ੍ਰੀਤਮ ਸਿੰਘ ਸੇਖੋਂ ਮਨਜਿੰਦਰ ਸਿੰਘ ਈਸੀ ਬੜੇ ਵੱਡੇ ਨਾਂ ਇਹਦੇ ਵਿੱਚ ਆਏ ਸੀਗੇ ਸੇ ਇਹ ਸੀਗੇ ਉਧਰੋਂ ਬੱਬਰ ਖਾਲਸਾ ਸੀ ਸੋ ਬੱਬਰ ਖਾਲਸਾ ਦੇ ਬਹੁਤ ਨਾਮ ਵਰ ਜਿਹੜੇ ਸੀਗੇ ਉਹ ਆਗੂ ਸੀਗੇ ਬੱਬਰ ਆਪਣਾ ਸੁਖਦੇਵ ਸਿੰਘ ਸੀ ਜਿਹੜਾ ਮੁਖੀ ਸੀ ਉਹਨਾਂ ਦਾ ਬਧਾਵਾ ਸਿੰਘ ਸੀ ਮਹਿਲ ਸਿੰਘ ਸੀ ਜਿਹੜਾ ਬਧਾਵਾ ਸਿੰਘ ਦਾ ਭਰਾ ਸੀਗਾ ਧਰਮ ਸਿੰਘ ਕਾਸ਼ਤੀਵਾਲ ਸੀ ਮਤਲਬ ਬਹੁਤ ਅਨੋਖ ਸਿੰਘ ਬੱਬਰ ਉਹ ਉਹਦਾ ਬੜਾ ਨਾਮ ਸੀਗਾ अनेका ਮਤਲਬ ਇਸ ਤਰ੍ਹਾਂ ਦੇ ਸੀਗੇ ਉਹ ਇੱਕੇ ਬੱਬਰਾਂ ਦਾ ਗਰੁੱਪ ਸੀ ਇੱਕ ਫਿਰ ਬਾਬਾ ਮਾਨੋਚਾਲ ਨੇ ਵੀ ਆਪਦੀ ਭਿੰਡਰਾ ਬੜਾ ਟਾਈਗਰ ਫੋਰਸ ਬਣਾਈ ਸੋ ਉਹ ਟਾਈਗਰ ਫੋਰਸ ਚ ਮੁੜ ਕੇ ਚਲੋ ਫੁੱਟ ਵੀ ਪੈਂਦੀ ਰਹੀ ਪਰ ਉਹਦੀ ਨਹੀਂ ਉਹਨਾਂ ਨੇ ਰੱਖੀ ਸੀ ਤੇ ਜਿਹਦੇ ਚ ਸੁਖਵਿੰਦਰ ਸੰਘਾ ਸੀ ਪਹਿਲਾਂ ਮੁੜ ਕੇ ਫਿਰ ਰਿਸ਼ਪਾਲ ਸਿੰਘ ਸੰਧੜਾ ਉਹਦਾ ਮੁਖੀ ਬਣਿਆ ਜਾ ਕੇ ਤੇ ਇਹ ਇਸ ਕਿਸਮ ਦੀਆਂ ਮਤਲਬ ਜਿਹੜੀਆਂ ਫੋਰਸਾਂ ਸੀਗੀਆਂ ਉਹ ਬਣੀਆਂ ਸਰਬੱਤ ਖਾਲਸਾ ਹੋਇਆ ਜਨਵਰੀ 1985 ਚ ਅਕਾਲ ਤਖਤ ਸਾਹਿਬ ਤੇ ਉਹ ਬੁਲਾਇਆ ਦਮਦਮੀ ਟਕਸਾਲ ਨੇ ਸੋ ਉਹ ਸਰਬੱਤ ਖਾਲਸੇ ਚ ਮੈਂ ਖੁਦ ਹਾਜ਼ਰ ਸੀਗਾ ਇੱਕ ਦਰਸ਼ਕ ਦੇ ਤੌਰ ਤੇ ਉਹ ਦੇਖਿਆ ਮਤਲਬ ਉੱਥੇ ਜੋ ਮਾਹੌਲ ਸੀ ਠਾਠਾ ਮਾਰਦਾ ਉਹ ਬਹੁਤ ਜ਼ਿਆਦਾ ਸੀਗਾ ਤੇ ਉੱਥੇ ਫਿਰ ਇਹਨਾਂ ਨੇ ਇੱਕ ਤਾਂ ਮਤਲਬ ਪੰਥਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਕੁਝ ਹੋਰ ਸਟੈਪ ਚੁੱਕ ਕੇ ਵੀ ਜਥੇਬੰਦ ਨੂੰ ਹੁਣ ਇੱਕ ਆਰਗੇਨਾਈਜ਼ਡ ਜਥੇਬੰਦਕ ਰੂਪ ਦਿੱਤਾ ਜਾਵੇ ਲਹਿਰ ਨੂੰ ਤੇ ਉਹਦੇ ਵਿੱਚ ਕਾਫੀ ਸਟੈਪ ਚੁੱਕੇ ਕਮੇਟੀਆਂ ਕਮੂਟੀਆਂ ਬਣਾਈਆਂ ਸਭ ਕੁਝ ਕੀਤਾ ਸੋ ਉਹ ਪੰਥਕ ਕਮੇਟੀ ਜਿਹੜੀ ਜੇਚ ਬਾਬਾ ਗੁਰਵਚਨ ਸਿੰਘ ਮਾਨੋਚਾਲ ਵੀ ਸੀ ਤੇ ਕੁਝ ਹੋਰ ਉਹਦੇ ਵਿੱਚ ਬਸਨ ਸਿੰਘ ਜਫਰਬਾਲ ਜੇਬ ਹੋ ਮੁੜ ਕੇ ਫਿਰ ਨਾ ਸਿਰਸਲਾ ਸ਼ੁਰੂ ਹੁੰਦਾ ਫੁੱਟਾਂ ਦਾ ਇਹ ਪੰਥਕ ਕਮੇਟੀ ਦੇ ਵਿੱਚ ਹੀ ਫੁੱਟ ਪੈਗੀ ਇਹਦੀਆਂ ਮرحله 3 ਬਣ ਗਈਆਂ ਸੋ ਇੱਕ ਨਵੀਂ ਜਿਹੜੀ ਪੰਥਕ ਕਮੇਟੀ ਆਈ ਜਿਹਨੂੰ ਡਾਕਟਰ ਸੋਹਣਸੂ ਵਾਲੀ ਪੰਥਕ ਕਮੇਟੀ ਕਹਿੰਦੇ ਸੀ ਸੋ ਜਿਹਦਾ ਪਹਿਲ ਕਦਮੀ ਭਾਈ ਦਲਜੀਤ ਸੂ ਬਿੱਟੂ ਵਾਲਾ ਜਿਹੜਾ ਗਰੁੱਪ ਐ ਜਾਂ ਚਰਨਜੀਤ ਚੰਨੀ ਹੋਰੀ ਇਹਨਾਂ ਨੇ ਲਈ ਸੀ ਇਹ ਇੱਕ ਨਵੀਂ ਪੰਥਕ ਕਮੇਟੀ ਬਣਾਈ ਜਿਹਦੇ ਚ ਬੱਬਰ ਵੀ ਸ਼ਾਮਲ ਹੋਏ ਸੋ ਪਹਿਲੀ ਕਮੇਟੀ ਚੋਂ ਬੱਬਰ ਬਾਹਰ ਸੀ ਅੱਛਾ ਜੀ ਸੋ ਇਹ ਇੱਕ ਕਮੇਟੀ ਸੀ ਜਿਹੜੀ ਜ਼ਿਆਦਾ ਫਿਰ ਇਹ ਕਹਿ ਲੋ ਕਿ ਜਿਹਦੀ ਪਹਿਲ ਕਦਮੀ ਜ਼ਿਆਦਾ ਇਹਦੇ ਹੱਥ ਚ ਰਹੀ ਕਿ ਕਿਸ ਕਿਸ ਕਿਸਮ ਦੀਆਂ ਪਾਲਿਸੀਜ਼ ਲੈ ਕੇ ਆਉਣੀ ਐ ਤੇ ਕਿਸ ਕਿਸ ਇਹਨਾਂ ਦਾ ਘੇਰਾ ਵੀ ਵੱਡਾ ਸੀ ਆਪਰੇਸ਼ਨ ਦਾ ਜਿਹੜੀ ਬਾਬਾ ਮਾਨੋਚਾਲ ਦੀ ਕਮੇਟੀ ਸੀ ਉਹਦਾ ਘੇਰਾ ਮੇਨਲੀ ਮਾਜਾ ਸੀ ਸੋ ਬਸਨ ਸਿੰਘ ਦੀ ਕਬਦੀ ਕਮੇਟੀ ਸੀਗੀ ਉਹਦਾ ਘੇਰਾ ਆਪਦਾ ਸੀਗਾ ਉਹਦੀ ਆਪਦੀ ਕੇਐਸਫ ਪਰ ਫਿਰ ਤਾਂ ਪਤਾ ਨਹੀਂ ਕਿੰਨੀਆਂ ਜਿਵੇਂ ਚੱਲਦਾ ਹੀ ਹੁੰਦਾ ਲਹਿਰਾਂ ਦੇ ਵਿੱਚ ਉਹ ਚੱਲੀ ਗਿਆ ਪਰ ਲਹਿਰ ਮਤਲਬ ਫੈਲ ਫੈਲਦੀ ਤੁਰ ਗਈ ਤੇ ਜਿੱਦੇ ਚ ਫਿਰ ਹੋਰ ਲੀਡਰ ਆਉਂਦੇ ਗਏ ਤੇ ਸ਼ਹੀਦ ਹੁੰਦੇ ਗਏ ਇਹ ਸਿਲਸਿਲਾ ਚੱਲਦਾ ਰਿਹਾ ਤੇ ਆਪਾਂ ਇਹ ਕਹਿ ਲਈਏ ਕਿ ਇਹ ਤਕਰੀਬਨ ਵਰਤਾਰਾ 1995 ਤੱਕ ਜਿਹੜਾ ਬੀਨਤ ਸਿੰਘ ਦਾ ਕਤਲ ਸੀ ਐਮ ਦਾ ਕੀ ਮਿਨਿਸਟਰ ਦਾ ਉਦੋਂ ਤੱਕ ਇਹ ਪੂਰਾ ਚੱਲਿਆ ਜਿਵੇਂ ਤੁਸੀਂ ਦੱਸਿਆ ਕਿ ਵੀ ਆਪਸ ਦੇ ਵਿੱਚ ਉਦੋਂ ਵੀ ਖਹਿਬਾ ਜੀ ਜਿਹੜੀ ਚੱਲਦੀ ਰਹੀ ਹੈ ਵਿੱਚੋਂ ਵਿੱਚ ਵੀ ਟੁੱਟਦੇ ਵੀ ਰਹੇ ਨੇ ਅਲੱਗ-ਅਲੱਗ ਬਣਦੇ ਵੀ ਰਹੇ ਨੇ ਧੜੇ ਵੀ ਬਣਦੇ ਰਹੇ ਨੇ ਤੇ ਉਸ ਸਮੇਂ ਵੀ ਇੱਕ ਦੂਜੇ ਦੇ ਉੱਤੇ ਦੂਸ਼ਣ ਬਾਜੀ ਹੁੰਦੀ ਰਹੀ ਹੈ ਦੂਸ਼ਣ ਬਾਜੀ ਹੁੰਦੀ ਹੈ ਪਰ ਜਦੋਂ ਲਹਿਰ ਦਾ ਇੱਕ ਆਪ ਦਾ ਬੇਗ ਹੁੰਦਾ ਨਾ ਮੋਮੈਂਟਮ ਜੀ ਉਦੋਂ ਉਹ ਛੋਟੀਆਂ ਚੀਜ਼ਾਂ ਪਾਸੇ ਰਹਿ ਜਾਂਦੀਆਂ ਇਵਨ ਇੱਕ ਦੂਜੇ ਤੋਂ ਤੁਸੀਂ ਕਤਲ ਵੀ ਕਰਦੇ ਹੋ ਨਾ ਉਹ ਐਡਾ ਵੱਡਾ ਇਸ਼ੂ ਨਹੀਂ ਬਣਦੇ ਇਹ ਇਸ਼ੂ ਉਦੋਂ ਬਣਦੇ ਨੇ ਜਦੋਂ ਮੂਵਮੈਂਟ ਚ ਖੜੋਤ ਹੋਵੇ ਡੈੱਡ ਹੋਵੇ ਹੋਰ ਕੋਈ ਕੰਮ ਨਾ ਹੋਵੇ ਮਨ ਵਿਹਲੇ ਹੋਣ ਤੇ ਉਹ ਉਸ ਉਹਦੇ ਵਿੱਚ ਫਿਰ ਉਹੋ ਜਿਹੇ ਐਲੀਮੈਂਟ ਆਉਣੇ ਸ਼ੁਰੂ ਹੋ ਜਾਂਦੇ ਚੱਲਦੀ ਲਹਿਰ 'ਚ ਤਾਂ ਸਿਰ ਦੇਣੇ ਆ ਉੱਥੇ ਇਸ ਤਰ੍ਹਾਂ ਦੇ ਬੰਦੇ ਵੀ ਸਵਾਦ ਲੈਣ ਵਾਸਤੇ ਵੀ ਆਪਾਂ ਇੱਕ ਦੂਜੇ ਦੇ ਖਿਲਾਫ ਉਦੂਸ਼ਨਬਾਜੀ ਕਰੀਏ ਤਾਂ ਉਹ ਚ ਸਵਾਦ ਲਈਏ ਜਾਂ ਉਹਦੇ ਚ ਸਾਡੀ ਮਸ਼ਹੂਰੀ ਹੋਵੇ ਜਾਂ ਜਿਹੜੇ ਇਸ ਤਰ੍ਹਾਂ ਦੇ ਨਕਾਰੀ ਜਿਹੇ ਰੁਝਾਨ ਨਾ ਇਹ ਉਦੋਂ ਚੱਲਦੀ ਲਹਿਰ ਦੌਰਾਨ ਨਹੀਂ ਹੁੰਦੇ। ਸੋ ਕਤਲ ਵੀ ਹੋਏ ਇੱਕ ਦੂਜੇ ਦੇ ਬੜਾ ਕੁਸ਼ ਹੋਇਆ ਪਰ ਸਾਰੇ ਸਮਰਪਿਤ ਸੀ ਇੱਕ ਕਾਜ ਨੂੰ। ਸੋ ਲਹਿਰ ਦਾ ਇੱਕ ਜਿਹੜਾ ਵੇਗ ਸੀ ਵੱਡਾ ਮੋਮੈਂਟਮ ਉਦੇ ਵਿੱਚ ਇਹ ਗੱਲਾਂ ਨੇ ਬਾਲਾ ਮੈਟਰ ਨਹੀਂ ਕੀਤਾ ਫੁੱਟਾਂ ਹੁੰਦੀ ਪੈਂਦੀਆਂ ਰਹੀਆਂ ਜੁੜਦੇ ਰਹੇ ਤੇ ਲਹਿਰ ਚੱਲਦੀ ਰਹੀ ਵੱਡੀ ਛੱਟ ਸੀ 1988 ਦੀ ਬਲੈਕ ਥੰਡਰ ਵਾਲੀ ਤੇ ਆਮ ਉਦੋਂ ਉਦੋਂ ਜਿਹੜਾ ਸੁਧਾਰਤ ਸ਼ੰਕਰ ਰਹੇ ਸੀ ਪੰਜਾਬ ਦਾ ਗਵਰਨਰ ਉਹਨੇ ਉਹਦੀ ਅਨਾਉਂਸ ਕਰਤਾ ਸੀਗਾ ਮੈਸੂਬ ਖੁਦ ਸੁਣਿਆ ਟੀਵੀ ਤੇ ਕਿਉਂਕਿ ਆਮ ਜਿਹੜੀ ਕਾਮਨ ਸੈਂਸ ਸੀ ਉਹ ਕਹਿੰਦੀ ਸੀ ਵੀ ਇਹਦੂ ਬਾਅਦ ਲਹਿਰ ਖਤਮ ਐਡੀ ਵੱਡੀ ਛੱਟ ਦੁਨੀਆ 'ਚ ਕੋਈ ਲਹਿਰ ਨਹੀਂ ਚੱਲ ਨਹੀਂ ਸਕਦੀ ਵੀ ਥੋੜੀ ਟੋਟਲ ਨਮੋਸ਼ੀ ਹੋ ਜੇ ਤੁਸੀਂ ਫਾਈਟ ਨਾ ਦੇ ਸਕੋ ਹੱਥ ਕੜੇ ਕਰਕੇ ਬਾਹਰ ਆ ਜਾਓ ਤੇ ਇਹ ਜਿਹੜੀ ਸਾਰੀ ਏਡੀ ਨਮੋਸ਼ੀ ਸੀਗੀ ਵੀ ਇਹ ਚੱਲ ਸਕੂ ਲਹਿਰ ਤੋਂ ਸੁਦਾਰਤ ਸ਼ੰਕਰ ਰਹੇ ਨੇ ਟੀਵੀ ਤੇ ਅਨਾਉਂਸ ਕੀਤਾ ਬੜਾ ਘੋਟ-ਘੋਟ ਕੇ ਵੀ ਹੁਣ ਲਹਿਰ ਖਤਮ ਹੈ ਹੁਣ ਜਿਹਨੇ ਸਮਰਪਾਤਮ ਸਮਰਪਣ ਕਰਦੇਓ ਨੇਡਲੇ ਠਾਣਿਆਂ ਚ ਸਨੇ ਹਥਿਆਰਾਂ ਦੀ ਉਹਨੂੰ ਐਸੀ ਕੱਲ ਤੱਕ ਸਾਰੇ ਆਤਮ ਸਮਰਪਣ ਕਰ ਦੇਣਗੇ ਤੇ ਲਹਿਰ ਖਤਮ ਤੇ ਬਹੁਤੇ ਲੋਕਾਂ ਦੀ ਇਹ ਰਹਿ ਸੀ ਹੁਣ ਨਹੀਂ ਲਹਿਰ ਰੁਟ ਸਕਦੀ ਪਰ ਕਮਾਲ ਦੀ ਗੱਲ ਹੋਈ ਸ਼ਾਇਦ ਦੁਨੀਆ ਦੇ ਇਤਿਹਾਸ ਚ ਬਹੁਤ ਰੇਅਰ ਇਸ ਤਰ੍ਹਾਂ ਹੋਇਆ ਹੋਣਾ ਐਡੀ ਵੱਡੀ ਸੱਟ ਤੋਂ ਬਾਅਦ ਦਿਨਾਂ ਚ ਹੀ ਲਹਿਰ ਮੁੜ ਕੇ ਫੇਰ ਤੇ ਫੇਰ ਤਾਂ ਉਹ ਸਗੋਂ ਉਦੋਂ ਕਿਤੇ ਸਿਖਰ ਤੇ ਤੇ ਕਿਤੇ ਤਾਕਤਵਰ ਹੋਈ ਸੋ ਉਹ ਜਿਹੜੀ ਗੱਲ ਸੀ ਨਾ ਬੰਦਿਆਂ ਦੇ ਵਿੱਚ ਸਮਰਪਣ ਦੀ ਭਾਵਨਾ ਲਾਗਣ ਜਿਹੜੀ ਹੈ ਵੀ ਜਿਵੇਂ ਹੋਰ ਸੁਰਤ ਕਿਸੇ ਪਾਸੇ ਖਿੰਡਦੀ ਨਹੀਂ ਸੀ ਉਹ ਡਿਟਰਮੀਨੇਸ਼ਨ ਜਿਹੜਾ ਉਹ ਸਿਦਕ ਹੈ ਉਹ ਜਿਹੜੀ ਇੱਕ ਕਮਿਟਮੈਂਟ ਹੈ ਉਹ ਉਹ ਅਡੋਲਤਾ ਸੀ ਬਹੁਤ ਜ਼ਿਆਦੇ ਸੱਟਾਂ ਪਈ ਜਾਂਦੀਆਂ ਸੀ ਜਾਂ ਅੰਦਰ ਵੀ ਗੜਬੜਾਂ ਹੋਈ ਜਾਂਦੀਆਂ ਸੀ ਪਰ ਉਹ ਪੈਰ ਨਹੀਂ ਸੀ ਕਿਤੇ ਡੋਲਦੇ ਬੰਦਿਆਂ ਦੀ ਊਰਬਾਨਿਕ ਜਿਹੜੀ ਇਹ ਲਹਿਰ ਦੀ ਉਹ ਬਣੀ ਰਹਿੰਦੀ ਸੀਗੀ ਸੋ ਇਹ ਇਹ ਜਿਹੜੇ ਬਿਮਾਰ ਜਿਹੇ ਰੁਝਾਨ ਨਾ ਜਿਹੜੇ ਇਹ ਆਉਂਦੇ ਨੇ ਖੜੋਤ ਤੋਂ ਬਾਅਦ ਇਹ ਚੱਲਦੀ ਲਹਿਰ ਦੌਰਾਨ ਤਾਂ ਲਹਿਰ ਜਿਵੇਂ ਹੁੰਦਾ ਨਾ ਇੱਕ ਆਪ ਦਾ ਨਵਾਂ ਲਹੂ ਬਿਮਾਰੀ ਹੋਈ ਮਿੰਟਾਂ ਚ ਉਹ ਨਵੇਂ ਲਹੂ ਨੇ ਉਹਨੂੰ ਤੁਰਕਾਬਰ ਕਰ ਲਿਆ ਤੇ ਜਦੋਂ ਲਹੂ ਦੀ ਹਰਕਤ ਹੀ ਬੰਦ ਹੋ ਜੇ ਉਹ ਤਾਂ ਫਿਰ ਆਲ ਮੋਸਟ ਡੈੱਡ ਜੀ ਬੋਡੀ ਹੁੰਦੀ ਹੈ ਉਹ ਗੱਲ ਨਾਲ ਸਾੜਨਾ ਸ਼ੁਰੂ ਕਰ ਦਿੰਦੀ ਹੈ ਸੋ ਆ ਇੱਕ ਮੋਟਾ ਜਿਹਾ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਤੇ ਇਹ ਬੜੀ ਬਰੀਫ ਜੀ ਹੈ ਇਹ ਤਾਂ ਇਹ ਜੋ ਕਾਫੀ ਹੋਰ ਸਾਰਾ ਵਿਸਤਾਰ ਹੈ ਇਹਦੇ ਵਿੱਚ ਹਾਂ ਜੇ ਆਪਾਂ ਗੱਲ ਕਰੀਏ ਸੁਣਨ ਚ ਇਹ ਹੁੰਦਾ ਕਿ 92 ਦੇ ਵਿੱਚ ਜਾ ਕੇ ਲਹਿਰ ਜਮਾ ਖਤਮ ਹੋ ਜਾਂਦੇ ਕਈ ਕਹਿੰਦੇ ਨੇ ਕਿ 95 96 ਤੱਕ ਚੱਲੀਏ ਕਿਉਂਕਿ ਆਖਰੀ ਜਿਹੜੇ ਹੋਏ ਨੇ ਮਤਲਬ ਸੋਧਿਆ ਗਿਆ ਕਿਸੇ ਨੂੰ ਜਾਂ ਕੋਈ ਗੱਲ ਕਰ ਲਈ ਉਹ 95 96 ਤੱਕ ਚੱਲਦਾ ਰਿਹਾ 99 ਦੇ ਵਿੱਚ ਕੀ ਸਮਝੀਏ ਵੀ ਲੱਕ ਟੁੱਟ ਜਾਂਦਾ ਅੱਗੇ ਜਿੰਨਾ ਬੱਚੀ ਖੁੱਛੀ ਨਹੀਂ 99 ਵਿੱਚ ਦੇਖੋ ਮੇਨਲੀ ਜਿਹੜੀ ਸੀ ਕਿ ਝੂਹਾਰੂ ਫੋਰਸ ਉਹਨਾਂ ਨੇ ਖਤਮ ਕਰਤੀ ਸੀ ਜੀ ਸੋ ਇਹਨੂੰ ਆਪਾਂ ਖਤਮ ਕਰ ਲਿਆ ਕਹਿ ਲਈਏ ਲੱਕ ਟੁੱਟਣਾ ਜੋ ਮਰਜ਼ੀ ਨਾਂ ਦੇ ਲੋ ਜੀ ਜਦੋਂ ਜਿਹੜੀ ਲਹਿਰ ਦੀ ਮੇਨ ਫੋਰਸ ਹੈ ਉਹ ਖਤਮ ਹੋ ਜਾਈ ਜੀ ਜਾਂ ਫੜ ਲੇ ਜਿਆਦਾ ਤਰਸ਼ੀਦ ਹੋ ਗਈ ਤੇ ਉਸ ਤੋਂ ਬਾਅਦ ਤਾਂ ਫਿਰ ਥਿਲੋ ਚੱਲਦਾ ਤਾਂ ਰਹਿੰਦਾ ਹੁੰਦਾ ਉਹ ਤਾਂ ਉਹ ਤਾਂ ਬਬਰਾਂ ਦਾ ਵੀ ਮਤਲਬ ਜਦੋਂ ਉਹਦੇ ਮੇਨ ਬੰਦੇ ਵੀ ਫੜੇ ਗਏ ਸੀਗੇ ਫਿਰ ਵੀ ਕਿਸੇ ਨੇ ਉੱਠ ਕੇ ਕਿਤੇ ਬਦਲਾ ਲੈ ਲਿਆ ਵੀ ਪੁਰਾਣੇ ਹਸਾਬ ਕਿਤਾਬ ਕਰਨੇ ਆ ਉਹ ਚੱਲਦਾ ਰਹਿੰਦਾ ਕਾਫੀ ਹੱਦ ਤੱਕ ਪਰ ਬਾਗਡੋਰ ਕੀਦੇ ਹੱਥ ਸਰੀ ਜੀ ਮੁਖ ਰੂਪ ਚ ਦੇਖੀ ਵੀ ਸਾਂਭਿਆ ਕਿਨੇ ਫਿਰ ਕੋਸ਼ਿਸ਼ ਕਰੀ ਹੁਣੇ ਕੋਸ਼ਿਸ਼ ਕੀਤੀ ਆ ਡੜ ਬੰਦਿਆਂ ਨੇ ਅਲੱਗ-ਅਲੱਗ ਮਤਲਬ ਸਭ ਤੋਂ ਅਖੀਰ ਤੱਕ ਕੋਸ਼ ਗੁਰਵਾਚਨ ਸਿੰਘ ਮਾਨੋਚਾਲ ਜਿਹੜਾ ਲਗਾਤਾਰ ਫੀਲਡ ਤੇ ਰਿਹਾ ਪਾਕਿਸਤਾਨ ਤੇ ਵੀ ਨਹੀਂ ਗਿਆ ਅੱਛਾ ਤੇ ਆਪਦੇ ਖੇਤਰ ਚ ਹੀ ਰਿਹਾ ਹੈ ਉਹਨੇ ਕੋਸ਼ਿਸ਼ ਕੀਤੀ ਕਿ ਜਿੰਨੀ ਕੁ ਜਾਰੀ ਰੱਖੀ ਜਾ ਸਕਦੀ ਹੈ ਪਰ ਨਹੀਂ ਉਹ ਜਿਹੜਾ ਪਾਸਾ ਪਲਟ ਗਿਆ ਸੀ ਉਹਦੇ ਬਹੁਤ ਸਾਰੇ ਕਾਰਨ ਸੀ ਕੋਈ ਇੱਕ ਕਾਰਨ ਨਹੀਂ ਤੇ ਦੂਜੇ ਪਾਸੇ ਇੱਧਰ ਜਿਹੜੀ ਇਹ ਪੰਥਕ ਕਮੇਟੀ ਦੂਜੀ ਸੀ ਇਹਦੇ ਚ ਜਿਹੜਾ ਖਾਲਸਤਾਨ ਕਮਾਂਡੋ ਫੋਰਸ ਦਾ ਮੁਖੀ ਬਣਿਆ ਭਰਮਜੀਤ ਪੰਜਵੜ ਉਹਨੇ ਮੈਂ ਜਿੰਨੀ ਕੁ ਮੈਨੂੰ ਨੌਲੇਜ ਆ ਉਹਨੇ ਤਕਰੀਬਨ 94 95 ਤੱਕ ਇਹ ਕੋਸ਼ਿਸ਼ ਕੀਤੀ ਵੇ ਨੂੰ ਮੁੜ ਕੇ ਫੇਰ ਓਮੇਜੇ ਖੜੀ ਕਰੀ ਗਈ ਕਰੋਮੇ ਹੋਣੀ ਨਹੀਂ ਸੀ ਉਧਰੋਂ ਕੇਐਲਐਫ ਦੇ بڑے ਜਝਾਰੂ ਸੀਗੇ ਮਤਲਬ ਸਿੰਘ ਨਮਨੀਤ ਸਿੰਘ ਕਰਦੀਆਂ ਸੀ ਹਰਨੇਕ ਸਿੰਘ ਪੱਪ ਸੀ ਤੇ ਹੋਰ ਹੁਣ ਮਤਲਬ ਮੈਨੂੰ ਮੌਕੇ ਤੇ ਇੱਕਦਮ ਯਾਦ ਨਹੀਂ ਆਉਂਦੇ ਕਾਫੀ ਸਿੰਘ ਸੀਗੇ ਜਿਹੜੇ ਤੇ ਉਧਰ ਬੈਠੇ ਸੀਗੇ ਡਾਕਟਰ ਪ੍ਰੀਤਮ ਸਿੰਘ ਸੇਖੋਂ ਵਗੈਰਾ ਤੇ ਭਾਈ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਕਿ ਇਹ ਸਪੀਡ ਦੇ ਚ ਭਾਈ ਦਲਜੀਤ ਸਿੰਘ ਜਿਹੜਾ ਉਹ ਸ਼ਾਇਦ ਮੇਰੇ ਮੁਤਾਬਕ 90 ਚੋਂ ਪਾਕਿਸਤਾਨ ਚਲਾ ਗਿਆ ਸੀ ਸੋ ਉਹ ਇਸ ਸਪੀਡ ਤੇ ਜ਼ਿਆਦਾਤਰ ਉੱਥੇ ਰਿਹਾ ਤੇ ਉਹ ਮੇਨਲੀ ਇਹ ਸੀ ਜੋ ਹਥਿਆਰਾਂ ਦੇ ਇੰਤਜ਼ਾਮ ਕਰਨੇ ਜਾਂ ਹੋਰ ਹੈ ਨਾ ਉਹ ਚੱਲਦਾ ਰਿਹਾ ਤੇ 92 ਤੱਕ ਬਹੁਤ ਹਥਿਆਰ ਆਈ ਉਹ ਚੱਲਿਆ ਸلسلਾ ਤੇ ਉਸ ਤੋਂ ਬਾਅਦ ਫਿਰ ਜਦੋਂ ਲਹਿਰ ਦਾ ਮਤਲਬ ਲੱਗਿਆ ਵੀ ਡਾਊਨਫਾਲ ਸ਼ੁਰੂ ਹੋ ਗਿਆ ਫਿਰ ਇਹ ਵਾਪਸ ਆਇਆ ਫਿਰ ਵਾਪਸ ਆਏ ਫਿਰ ਵਾਪਸ ਆਏ ਮੁੜਤੇ ਫਿਰ ਜਦੋਂ ਇਹਨਾਂ ਨੇ ਸਾਰਾ ਇੱਕ ਕੀਤਾ ਜੈਜਾ ਜਾ ਲਿਆ ਮਿਲਣ ਦੀ ਕੋਸ਼ਿਸ਼ ਕੀਤੀ ਬੰਦਿਆਂ ਨੂੰ ਸੋ ਫਿਰ ਇਹ ਲੱਗਿਆ ਸੀ ਕਿ ਹੁਣ ਇਹ ਲਹਿਰ ਨੂੰ ਉਸੇ ਤਰ੍ਹਾਂ ਇਹਨੂੰ ਰਿਵਾਈਵ ਨਹੀਂ ਕੀਤਾ ਜਾ ਸਕਦਾ ਇਹ ਮੌਕੇ ਆ ਜਾਂਦੇ ਨੇ ਵੀ ਤੁਹਾਡੀ ਇੱਛਾ ਤੇ ਨਿਰਪਰ ਨਹੀਂ ਹੁੰਦਾ ਵੀ ਇਹ ਤਾਂ ਹੁਣ ਕਿਸੇ ਨਵੇਂ ਰੂਪ ਦੇ ਵਿੱਚ ਇੱਕ ਗੈਪ ਤੋਂ ਬਾਅਦ ਹੀ ਹੋ ਫਿਰ ਇਹ ਆਪਦਾ ਇਹਨਾਂ ਦਾ ਇੱਕ ਗੁਪਤ ਟਿਕਾਣਾ ਸੀਗਾ ਜਿਹੜਾ ਰੋਪੜ ਕੋਲੇ ਫਾਰਮ ਕਹਿੰਦੇ ਨੇ ਹਾਂ ਉਹ ਹੁਣ ਐਕਚੁਅਲੀ ਮਤਲਬ ਨਾ ਆਉਦਾ ਕੋਈ ਬੈਂਕ ਦੇ ਡਾਕ ਤੇ ਨਾ ਸਬੰਧ ਨਾ ਹੋਰ ਉਹ ਗੱਲਪ ਕਰਦੇ ਆ ਬੱਚੇ ਜਿਹੜਾ ਮੁੱਖ ਰੂਪ ਤੇ ਸਵਾਲ ਆਉਂਦਾ ਜੀ ਵੀ ਜਿਵੇਂ ਉਸ ਸਮੇਂ ਵੀ ਚਲੋ ਧੜੇ ਬਣਦੇ ਰਹੇ ਆ ਤੇ ਆਪਸ ਦੇ ਵੀ ਟੁੱਟਦੇ ਰਹੇ ਆ ਕਿਉਂਕਿ ਉਹ ਸੰਘਰਸ਼ ਵੀ ਬਹੁਤ ਜਿਹੜਾ ਹਕੂਮਤ ਬਹੁਤ ਵੱਡੀ ਆ ਜਾਬ ਹਕੂਮਤ ਦੇ ਨਾਲ ਜਿਹਨਾਂ ਦਾ ਮੱਥਾ ਲਾ ਕੇ ਬੈਠੇ ਤੁਸੀਂ ਉਹ ਬਹੁਤ ਵੱਡਾ ਇੱਕ ਜਿਹੜਾ ਕਹਿ ਸਕਦੇ ਆ ਉਹਦੇ ਨਾਲ ਚੱਕਰ ਲੈਣੀ ਕੋਈ ਸੋਖੀ ਗੱਲ ਨਹੀਂ ਕਿਉਂਕਿ ਤੁਹਾਡੇ ਹੀਲੇ ਵਸੀਲੇ ਵੀ ਥੋੜੇ ਨੇ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਉਸ ਖੜਕੂ ਲਹਿਰ ਦੇ ਵਿੱਚੋਂ ਹੋਏ ਸਿੰਘ ਜਿਹੜੇ ਅੱਜ ਬਾਹਰ ਆ ਕੇ ਆ ਪਿੱਛੇ ਦੇ ਦਿਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਚੱਲ ਰਿਹਾ ਬਹੁਤ ਲੰਮੇ ਸਮੇਂ ਤੋਂ ਇਹ ਚੀਜ਼ ਚੱਲਦੀ ਆਈ ਆ ਤੇ ਉਹ ਮੁੱਖ ਰੂਪ ਚ ਨਿਸ਼ਾਨਾ ਭਾਈ ਦਿਲਜੀਤ ਸਿੰਘ ਬਿੱਟੂ ਨੂੰ ਬਣਾ ਰਹੇ ਆ ਤੇ ਜੇ ਆਪਾਂ ਗੱਲ ਕਰੀਏ ਇਹ ਚ ਕਿੰਨੀ ਕਿ ਸਚਾਈ ਹੈ ਜਿਹੜੇ ਉਹਨਾਂ ਨੇ ਉਹ ਦੂਸ਼ਨ ਲਾਏ ਨੇ ਉਹਨਾਂ ਦੇ ਉੱਤੇ ਵੀ ਉਹ ਪੈਸਾ ਖਾ ਕੇ ਡਾਕੇ ਦਾ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਇਹ ਵਰਤਾਰਾ ਇਸੇ ਲਹਿਰ ਦੇ ਵਿੱਚ ਹੈ ਜਾਂ ਪਹਿਲਾਂ ਜਿਹੜੀਆਂ ਹੋਰ ਲਹਿਰਾਂ ਚੱਲੀਆਂ ਨੇ ਕਮਿਊਨਿਸਟ ਲਹਿਰ ਚੱਲੀ ਆ ਜਾਂ ਹੋਰ ਲਹਿਰਾਂ ਉਹਨਾਂ ਦੇ ਵਿੱਚ ਇਦਾਂ ਹੁੰਦਾ ਆਇਆ ਜਾਂ ਇਸੇ ਲਹਿਰ ਦੇ ਵਿੱਚ ਇਹ ਚੀਜ਼ ਹੈ ਦੇਖੋ ਇਹਨੂੰ ਨਾ ਆਪਾਂ ਫੇਸਫੇ ਗੱਲਾਂ ਵਾਲਾ ਆਉਣ ਦੀ ਬਜਾਏ ਪਹਿਲਾਂ ਇੱਕ ਜਨਰਲ ਜਿਹਾ ਜਿਹੜਾ ਆਮ ਸਚਾਈ ਕੀ ਹੈ ਉਹ ਇਹ ਹੈਗੀ ਕਿ ਜਦੋਂ ਇਸ ਤਰ੍ਹਾਂ ਦੀ ਲੜਾਈ ਚੱਲਦੀ ਹੈ ਕਿਸੇ ਰਾਜ ਨੂੰ ਉਲਟਾਉਣ ਵਾਲੀ ਤੇ ਉਦੋਂ ਉਹ ਲੜਾਈ ਦੋ ਮੋਰਚਿਆਂ ਤੇ ਲੜੀ ਜਾਂਦੀ ਹੈ ਇੱਕ ਮੈਦਾਨੇ ਜੰਗ ਅੰਦਰ ਆਮਲੀ ਮੈਦਾਨ ਚ ਇੱਕ ਵਿਚਾਰਾਂ ਦੇ ਪਿੜ ਅੰਦਰ ਵੀ ਖੇਤਰ ਅੰਦਰ ਵੀ ਜਿੱਥੇ ਉਹਨੂੰ ਆਪਾਂ ਕਹਿੰਦੇ ਆ ਨੈਰੇਟਿਵ ਜਿਹੜੀ ਦੁਸ਼ਮਣ ਤੇ ਰਹਿ ਦੁਸ਼ਮਣ ਤੋਂ ਭਾਵ ਜਿਹੜੀ ਰਾਜ ਕਰ ਰਹੀ ਤੇ ਰ ਹੈ ਉਹਨੇ ਲਹਿਰ ਨੂੰ ਬਦਨਾਮ ਕਰਨਾ ਹੁੰਦਾ ਲੋਕਾਂ ਦੀਆਂ ਨਜ਼ਰਾਂ ਚ ਉਹਦੀ ਜਿਹੜੀ ਲੈਜਿਟੀਮੇਸੀ ਹੈ ਉਹਨੂੰ ਮਤਲਬ ਉਹਨੇ ਮਿੱਟੀ ਉਹ ਇਹ ਇਹ ਲਹਿਰ ਉਹਦਾ ਅਕਸ ਖਰਾਬ ਕਰਨਾ ਹੁੰਦਾ ਹੈ ਵੀ ਇਹ ਕੋਈ ਲੋਕਾਂ ਦੀ ਭਲਾਈ ਦੀ ਨਹੀਂ ਉਹਦੇ ਪਿੱਛੇ 100 ਕਿਸਮ ਦੀਆਂ ਗੱਲਾਂ ਜੋੜਨੀਆਂ ਉਹਨਾਂ ਨੇ ਇਹਦਾ ਫਲਾਨੇ ਦੇ ਇਸ਼ਾਰਿਆਂ ਤੇ ਹੈ ਇਹਦਾ ਮਕਸਦ ਆ ਮਨ ਲੋਕਾਂ ਦੇ ਮਨਾਂ ਚ ਉਹਦਾ ਜਿਹੜਾ ਅਕਸ ਹੈ ਉਹ ਖਰਾਬ ਕਰਨ ਦੇ ਯਤਨ ਜਿਹਨੂੰ ਆਪਾਂ ਕਹਿੰਦੇ ਆ ਇੱਕ ਨੈਰੇਟਿਵ ਦੀ ਲੜਾਈ ਬਰਤਾਂਤ ਦੀ ਲੜਾਈ ਸੋ ਇਹ ਮੁੱਢ ਕਦੀਮ ਤੋਂ ਹੀ ਚੱਲਿਆ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ ਸੀ ਉਹ ਕਾਜੀ ਨੂਰਦੀਨ ਨੂੰ ਨਾਲ ਲੈ ਕੇ ਆਇਆ ਸੀਗਾ ਜਿਹੜਾ ਉਹਦਾ ਇੱਕ ਸਾਵਨਾ ਇਤਿਹਾਸਕਾਰ ਜਾਂ ਉਸ ਮੌਕੇ ਦੇ ਸਾਵਨਾ ਉਹਦਾ ਪੱਤਰਕਾਰ ਸੀ ਜਿਨੇ ਮੌਕੇ ਦੇ ਸਾਰੀਆਂ ਜੰਗਾਂ ਦਾ ਹਾਲ ਲਿਖਿਆ ਕਿਉਂਕਿ ਉਹ ਉਹ ਅਗਲੀਆਂ ਜਨਰੇਸ਼ਨਜ਼ ਵਾਸਤੇ ਵੀ ਕੁਝ ਉਹਨਾਂ ਨੇ ਇੱਕ ਛੱਡ ਕੇ ਜਾਣਾ ਹੁੰਦਾ ਹੈ ਹਨਾ ਕਿਉਂਕਿ ਨਹੀਂ ਅਗਲੀਆਂ ਜਨਰੇਸ਼ਨਜ਼ ਉਹਨੂੰ ਕਹਿਣ ਗਿਆ ਇਹ ਤਾਂ ਹਮਲਾਬਰ ਸੀ ਇਹ ਧਾੜ ਵੀ ਸੀ ਇਹ ਜ਼ਾਲਮ ਸੀ ਇਹ ਬੇਰਹਿਮ ਸੀ ਵੀ ਤੁਸੀਂ ਉਹਨੂੰ ਕਿਵੇਂ ਪੇਸ਼ ਕਰਨਾ ਆਉਣ ਵਾਲੇ ਇਤਿਹਾਸ 'ਚ ਉਹ ਫਿਰ ਆਪਦੇ ਬੰਦੇ ਨਾਲ ਲੈ ਕੇ ਆਉਂਦੇ ਸੀ ਨੈਪੋਲੀਅਨ ਨੇ ਜਦੋਂ 19ਵੀਂ ਸਦੀ 'ਚ ਮਿਸਰ ਤੇ ਹਮਲਾ ਕੀਤਾ ਉਹ ਵਿਦਵਾਨਾਂ ਦੀ ਵੱਡੀ ਇੱਕ ਪੂਰੀ ਫੌਜ ਨਾਲ ਲੈ ਕੇ ਗਿਆ ਸੀ ਟੀਮ ਤੇ ਪੱਤਰਕਾਰਾਂ ਦੀ ਆ ਹੁਣ ਚਲੋ ਰੀਸੈਂਟਲੀ ਜਦੋਂ ਆਪਾਂ ਦੇਖਿਆ ਜਦੋਂ ਅਮਰੀਕਾ ਨੇ ਪਹਿਲਾਂ ਰਾਖ ਤੇ ਹਮਲਾ ਕੀਤਾ ਫਿਰ ਅਫਗਾਨਿਸਤਾਨ ਤੇ ਮੱਜਹਾਦਾਂ ਦੇ ਜਹਾਜ਼ ਭਰ ਕੇ ਆਪਦੇ ਪੱਤਰਕਾਰ ਨਾਲ ਲੈ ਕੇ ਆਇਆ ਵੀ ਰਿਪੋਰਟਿੰਗ ਵੀ ਉਹੀ ਕਰਨਗੇ ਜੰਗ ਦਾ ਹਾਲ ਸੋ ਇੱਕ ਤਾਂ ਉਸ ਮੌਕੇ ਤੇ ਲੋਕਾਂ ਦੀ رائے ਨੂੰ ਪ੍ਰਭਾਵਿਤ ਕਰਨਾ ਇੱਕ ਇਤਿਹਾਸ ਦੇ ਵਿੱਚ ਆ ਵਿਦੇ ਆਪ ਨੂੰ ਤੁਸੀਂ ਕਿਵੇਂ ਪੇਸ਼ ਕਰਨਾ ਹੈ ਤੇ ਉਦੋਂ ਫਿਰ ਆ ਨਵੀਂ ਟਰਮ ਆਈ ਸੀ ਅੰਬੈਡਡਿਡ ਪੱਤਰਕਾਰ ਜਿਹਨੂੰ ਪੰਜਾਬੀ ਚ ਕਹਿੰਦੇ ਹਾਂ ਹਮ ਬਿਸਤਰ ਵੀ ਉਹ ਨਾ ਉਹਨਾਂ ਦੇ ਪੱਤਰਕਾਰ ਹੁੰਦੇ ਨੇ ਤੇ ਚਲੋ ਇਹ ਟਰਮ ਉਦੋਂ ਆ ਗਈ ਇਹ ਵਰਤਾਰਾ ਤਾਂ ਲਗਾਤਾਰ ਚੱਲਦਾ ਤੇ ਮੈਂ ਖੁਦ ਦੇਖਿਆ ਕਿ ਜਦੋਂ ਖੜਕੂ ਲਹਿਰ ਚੱਲਦੀ ਸੀ ਉਦੋਂ 92 ਦੇ ਵਿੱਚ ਜਦੋਂ ਬਿਆੰਤਸੋਂ ਆਇਆ ਜਦੋਂ ਬਹੁਤ ਜ਼ੁਲਮ ਕਰਕੇ ਇਹਨਾਂ ਨੇ ਫਸਾ ਪਲਟ ਲਿਆ ਪਾਸਾ ਦੇ ਪਲਟਿਆਂ ਨਹੀਂ ਸੀ મતਲਬ ਇੱਕ ਹਾਲਤੇ ਬਣ ਗਈ ਸੀ ਕਿ ਦਿਨੇ ਪੁਲਿਸ ਜਾ ਸਕਦੀ ਸੀ ਪਿੰਡਾਂ 'ਚ ਰਾਤ ਨੂੰ ਨਹੀਂ ਰਾਤ ਨੂੰ ਉਹ ਆਪਣੇ ਬੈਰਕਾਂ 'ਚੋਂ ਆਪਣੀਆਂ ਥਾਣਿਆਂ 'ਚੋਂ ਬਾਹਰ ਨਹੀਂ ਸੀ ਨਿਕਲ ਸਕਦੀ ਸੋ ਰਾਤ ਨੂੰ ਸਿੰਘਾਂ ਦਾ ਰਾਜ ਹੁੰਦਾ ਸੀ ਦਿਨੇ ਹਕੂਮਤ ਦਾ ਹਾਲਤੇ ਹੋ ਗਈ ਸੀ ਸੋ ਫਿਰ ਕੇਪੀਐਸ ਗੱਲ ਨੇ ਬਣਾਇਆ ਵੀ ਰਾਤ ਵਾਲਾ ਵੀ ਮੋਰਚਾ ਸਾਰ ਕਰਨਾ ਹੈ ਫਿਰ ਉਹਨੇ ਇੱਕ ਮੁਹਿੰਮ ਚਲਾਈ ਉਹਦਾ ਨਾਮ ਦਿੱਤਾ ਆਪਰੇਸ਼ਨ ਨਾਈਟ ਡੋਮੀਨੈਂਸ ਵੀ ਰਾਤ ਨੂੰ ਵੀ ਅਸੀਂ ਹਾਵੀ ਹੋਣਾ ਨਾਤੇ ਉਦੋਂ ਮੈਨੂੰ ਯਾਦ ਹੈ ਵੀ ਉਹਨੇ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਤੇ ਜਿੱਦਨ ਸ਼ੁਰੂ ਕੀਤੀ ਪੱਤਰਕਾਰਾਂ ਦੀ ਵੱਡੀ ਟੀਮ ਬੁਲਾਈ ਸਾਰੇ ਪੰਜਾਬ ਚੋਂ ਉਹਨਾਂ ਨੂੰ ਰੋਟੀ ਖਵਾਈ ਸ਼ਰਾਬ ਪਿਾਈ ਜੀ ਪੂਰੀ ਉਹਨਾਂ ਦੀ ਸੇਵਾ ਕੀਤੀ ਤੇ ਉਹਨਾਂ ਨੂੰ ਨਾਲ ਲੈ ਕੇ ਗਿਆ ਰਾਤਾਂ ਨੂੰ ਉਹ ਬੋਲਟ ਪ੍ਰੂਫ ਟਰੈਕਟਰਾਂ ਦੇ ਵਿੱਚ ਬਿਠਾ ਕੇ ਵੀ ਤਾਂ ਕਿ ਉਹ ਕੱਲ ਨੂੰ ਲੇਖਨ ਅਖਬਾਰਾਂ ਚ ਤੇ ਰਸਾਲਿਆਂ ਚ ਤੇ ਇਹ ਗੱਲ ਲੋਕਾਂ ਤੱਕ ਜਾਵੇ ਸੋ ਲਹਿਰ ਨੂੰ ਕੁਚਲਣ ਵਾਸਤੇ ਜਾਂ ਖਤਮ ਕਰਨ ਵਾਸਤੇ ਜਿਹੜਾ ਇਹ ਫਰੰਟ ਹੈ ਵੀ ਲਹਿਰ ਦਾ ਲੋਕਾਂ ਚ ਅਕਸ ਕੀ ਹੈ ਜਿਹਨਾਂ ਤੁਸੀਂ ਅਕਸ ਖਰਾਬ ਨਹੀਂ ਕਰੋਗੇ ਇਹ surjit patar ਦੀ ਇੱਕ ਕਵਿਤਾ ਹੈ ਕਿ ਬੰਦੇ ਨੂੰ ਮਾਰਨ ਤੋਂ ਪਹਿਲਾਂ ਉਹਦਾ ਅਕਸ ਹੈਨਾ ਸ਼ੀਸ਼ਿਆਂ 'ਚ ਤਰੇੜਾਂ ਪਾਵੋ ਉਸ ਸ਼ੀਸ਼ੇ 'ਚ ਤੁਹਾਨੂੰ ਆਪਦਾ ਹੀ ਚਿਹਰਾ ਹੋਰ ਤਰ੍ਹਾਂ ਦਿਸਣ ਲੱਗ ਜੇ ਇਹ ਜਿਹੜਾ ਸ਼ੀਸ਼ਿਆਂ 'ਚ ਤਰੇੜਾਂ ਪਾਉਣ ਦਾ ਕੰਮ ਹੈ ਨਾ ਇਹ ਬਹੁਤ ਆਰਗਨਾਈਟ ਤੇ ਬੜੇ ਸਟਲ ਲੈਵਲ ਤੇ ਵੀ ਚੱਲਦਾ ਸੋ ਇਹ ਤਾਂ ਇੱਕ ਆਮ ਸਚਾਈ ਹੈ ਕਿ ਉਹਨਾਂ ਨੇ ਇਹ ਕੰਮ ਕਰਨਾ ਹੀ ਕਰਨਾ ਹੈ ਹੁਣ ਮੈਂ ਤੁਹਾਨੂੰ ਇਹਦੀ ਇੱਕ ਉਦਾਹਰਨ ਦਿੰਦਾ ਕਿ ਜਿਹੜਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਭ ਤੋਂ ਜਿਹੜੀ ਪਹਿਲੀ ਕਿਤਾਬ ਆਈ ਉਹ ਸੀਗੀ ਮਾਰਕਟਲੀ ਦੀ ਜਿਹੜੀ ਵੱਧ ਚੱਲੀ ਸੋ ਸਭ ਤੋਂ ਪਹਿਲੀ ਤਾਂ ਵੈਸੇ ਆਈ ਸਤ ਆਪਣਾ ਖੁਸ਼ਵੰਤ ਸਿੰਘ ਤੇ ਕੁਲਦੀਪ ਨૈયਰ ਦੀ ਤੇ ਇਹ ਜਿਹੜੀ ਬਹੁਤ ਚੱਲੀ ਇਸ ਕਿਤਾਬ ਦੇ ਵਿੱਚ ਜਿਹੜੀ ਉਹਨੇ ਭੂਮਿਕਾ ਲਿਖੀ ਉਹਦੇ ਚ ਉਹਨੇ ਮਕਸਦ ਲਿਖਾਇ ਮੈਂ ਕਿਤਾਬ ਕਿਉਂ ਲਿਖ ਰਿਹਾ ਮਕਸਦ ਹਾਂ ਕਿਉਂਕਿ ਤੁਹਾਨੂੰ ਇਹ ਵੀ ਲੇਖ ਕੋਈ ਕਿਉਂ ਲਿਖ ਰਿਹਾ ਉਹਦਾ ਮਕਸਦ ਸਾਫ਼ ਤੇ ਨਜ਼ਰ ਨਹੀਂ ਆਊ ਤੁਹਾਨੂੰ ਕਿਤਾਬ ਦੀ ਸਮਝ ਨਹੀਂ ਆਊ ਸੋ ਉਹਨੇ ਖੈਰ ਜਿਆਦਾ ਉਹ ਬੜਾ ਸਾਟਲ ਨਾ ਬਗਿਆ ਜਿਆਦਾ ਉਹ ਕਹਿ ਲੋ ਵੀ ਆਪਣਾ ਬੇਵਾਕ ਹੋ ਕੇ ਉਹਨੇ ਗੱਲ ਕਰ ਲਈ ਉਹ ਕਹਿੰਦਾ ਵੀ ਮੈਂ ਦੇਖ ਰਿਹਾ ਵੀ ਜਿਹੜਾ ਹਮਲਾ ਹੋਇਆ ਇਹਦੇ ਖਿਲਾਫ ਸੇਖਾਂ 'ਚ ਬਹੁਤ ਗੁੱਸਾ ਹੈ ਉਹ ਸਾਰਾ ਗੁੱਸਾ ਡਾਇਰੈਕਟਡ ਹੈ ਸਰਕਾਰ ਦੇ ਖਿਲਾਫ ਦਿੱਲੀ ਦੇ ਖਿਲਾਫ ਤੇ ਉਹ ਆਪਣੇ ਲੀਡਰਾਂ ਨੂੰ ਬਿਲਕੁਲ ਬਰੀ ਕਰੀ ਜਾ ਰਹੇ ਤੇ ਮੈਂ ਇਹ ਚਾਹਣਾ ਕਿ ਉਹ ਇਹ ਹਮਲੇ ਲਈ ਉਹਨਾਂ ਨੂੰ ਬਰਾਬਰ ਦੇ ਜ਼ਿੰਮੇਵਾਰ ਸਮਝਣਾ ਸੋ ਮਕਸਦ ਆ ਸੀ ਉਹਦਾ ਕਿਤਾਬ ਲਿਖਣ ਦਾ ਵੀ ਆਪਣੇ ਅੱਗੋਂ ਤੇ ਉਂਗਲ ਖੜੀ ਕਰ ਆਪਦੇ ਹਾਂ ਜਿਹਦਾ ਮਤਲਬ ਲੜਾਈ ਦਾ ਮੂੰਹ ਅੰਦਰ ਨੂੰ ਪਹੁੰਚਾ ਕਿਉਂਕਿ ਜਿਹੜੀ ਏਕਤਾ ਹੋਈ ਕਿਸੇ ਵੀ ਜਦੋਂ ਤੁਸੀਂ ਕੌਮ ਨੂੰ ਦਬਾਉਣਾ ਹੈ ਜੇ ਉਹ ਇੱਕ ਮੁਠਾ ਹੈ ਉਹਨੂੰ ਦਬਾਉਣਾ ਬਹੁਤ ਔਖਾ ਹੈ ਸੋ ਸੰਤ ਜਰਨਲ ਸੁਪੰਡਰਾਂ ਵਾਲਿਆਂ ਨੇ ਜਿਵੇਂ ਕੌਮ ਨੂੰ ਇੱਕ ਮੁਠੇ ਕਨਿਸ਼ਾਨ ਥੱਲੇ ਕਰ ਲਿਆ ਸੀ ਸਾਰੇ ਤਨਾਏ ਵਿਰੋਧ ਆਏ ਸਭ ਕੁਝ ਚੱਲੇ ਉਹਨਾਂ ਨੇ ਕਤਲ ਵੀ ਚੱਲੇ ਪਰ ਉਹਨਾਂ ਨੇ ਇਕਤਾ ਨਹੀਂ ਟੁੱਟਣ ਦਿੱਤੀ ਇਹ ਉਹ ਕਿਉਂ ਕਰ ਸਕਿਆ ਆਪਾਂ ਬਾਅਦ ਚ ਗੱਲ ਕਰਾਂਗੇ ਦੂਜੇ ਬੰਦਿਆਂ ਤੋਂ ਇਹ ਕਿਉਂ ਨਹੀਂ ਹੁੰਦਾ ਤੇ ਉਹ ਨੇ ਉਹ ਇਕਤਾ ਨਹੀਂ ਟੁੱਟਣ ਦਿੱਤੀ ਉਹ ਇਕਤਾ ਉਦੋਂ ਵੀ ਚੁੱਭਦੀ ਸੀ ਉਹਨਾਂ ਨੂੰ ਉਹਨਾਂ ਨੇ ਬਹੁਤ ਜ਼ੋਰ ਲਾਇਆ ਉਦੋਂ ਵੀ ਤੋੜਨ ਲਈ ਆਪਾਂ ਪਿਛਲੇ ਗੱਲਾਂ ਬਾਤਾਂ ਚ ਲਿਆਏ ਆ ਇਹ ਹੈ ਨਾ ਫਿਰ ਇਹ ਲੱਗਿਆ ਉਹਨਾਂ ਨੂੰ ਵੀ ਇਹ ਤਾਂ ਫਿਰ ਜੇ ਅੱਜ ਕੌਮ ਸਾਨੂੰ ਹੀ ਦੁਸ਼ਮਣ ਸਮਝੀ ਜਾਂਦੀ ਹੈ ਇਹ ਤਾਂ ਫਿਰ ਲੜਾਈ ਵੱਡੀ ਵਿੱਡ ਲੈਣਗੇ ਸੋ ਇਹਦਾ ਮੂੰਹ ਪਵਾ ਦਿਓ ਹੁਣ ਅੰਦਰ ਨੂੰ ਲੋਕਾਂ ਦੇ ਗੁੱਸੇ ਦਾ ਉਹਦੇ ਚੋਂ ਨੇ ਉਹ ਕਿਤਾਬ ਲਿਖੀ ਉਸ ਕਿਤਾਬ ਦੇ ਵਿੱਚ ਉਹਨੇ ਅਕਾਲੀ ਲੀਡਰਾਂ ਦਾ ਸਾਰਾ ਜਿਹੜਾ ਰੋਲ ਹੈ ਉਹ ਬਰਾਬਰ ਦੇ ਦੋਸ਼ੀ ਦਿਖਾਇਆ ਵੀ ਉਹ ਭਿੰਡਰਾ ਵਾਲੇ ਨੂੰ ਕਿਵੇਂ ਸ਼ਹਿ ਦਿੰਦੇ ਰਹੇ ਉਦੋਂ ਮਾਰਕ ਟੱਲੀ ਨੂੰ ਇਹ ਨਹੀਂ ਸੀ ਪਤਾ ਵੀ ਕਿ ਭਿੰਡਰਾ ਵਾਲਾ ਤੇਰੇ ਮੁਤਾਬਕ ਅਖਲ ਨਾਇਕ ਨਹੀਂ ਲੋਕਾਂ 'ਚ ਬਣਿਆ ਉਹ ਤੇ ਕੋ ਆਪਣੀ ਮੰਨ ਦੀ ਧਾਰਨਾ 'ਚੋਂ ਚੱਲ ਪਈ ਵੀ ਇਹਨਾਂ ਨੂੰ ਭਿੰਡਰਾ ਵਾਲੇ ਨਾਲ ਜੋੜ ਦਿਓ ਤੇ ਲੋਕ ਵਰਾਪੀ ਇਹਨਾਂ ਨੂੰ ਗਾਲਾਂ ਕੱਢਣੇ ਸ਼ੁਰੂ ਕਰ ਦੇਣਗੇ ਉਹ ਉਹਦੀ ਮਿਸ ਕੈਲਕੂਲੇਸ਼ਨ ਹੋਈ ਚੱਲੋ ਪਰ ਉਹਨੇ ਯਤਨ ਕੀਤਾ ਉਹਦੇ ਚ ਉਹਨੇ ਇੱਕ ਗੱਲ ਛੱਡੀ ਵੀ ਇੱਕ ਸੰਤਾਂ ਦੇ ਨੇੜੇ ਇੱਕ ਨਾ ਜਸੂਸ ਸੀਗਾ ਉਹਦੇ ਅੰਦਰ ਲੈ ਕੇ ਰੇਚੋਂ ਉਹਨੂੰ ਫਾਲਕਨ ਉਹਦਾ ਨਾਮ ਦਿੱਤਾ ਸੀ ਜਿਵੇਂ ਬਾਜ਼ ਹੁੰਦਾ ਹੈ ਕੋਰਲਡ ਉਹ ਦੋਵੇਂ ਪਾਸੇ ਜਸੂਸੀ ਕਰਦਾ ਸੀ ਸਰਕਾਰ ਦੀ ਇਹਨੂੰ ਦਿੰਦਾ ਸੀ ਇਹਦੀ ਸਰਕਾਰ ਨੂੰ ਕੋਈ ਕੋ ਛੱਡਦਾ ਸ਼ੋਸ਼ਾ ਤੇ ਲੋਕਾਂ ਨੇ ਉਹਦੀ ਲੱਖਣ ਲਾਉਣੇ ਸ਼ੁਰੂ ਕਰਤੇ ਅੰਦਾਜ਼ੇ ਕੌਣ ਹੋਊ ਤੇ ਕਰਦੇ ਕਰਦੇ ਹਰਮਿੰਦਰ ਸੰਧੂ ਤੇ ਜਾ ਕੇ ਉਂਗਲ ਚੁੱਕਤੀ। ਵੀ ਉਹ ਬੰਦਾ ਸੀ। ਚਲੋ ਜੀ ਉਹ ਇਹੀ ਜੀ ਸ਼ੱਕ ਪੈਦਾ ਹੋਇਆ। ਉਹ ਮੁੜ ਕੇ ਕਿਤੇ ਉਹਦਾ ਕੋਈ ਅੰਤ ਹੀ ਨਹੀਂ ਹੋਇਆ। ਇਹ ਇੱਕ ਖੇਡ ਖੇਡਦੇ ਨੇ ਉਹ। ਜੀ ਕੋਈ ਸਬੂਤ ਨਹੀਂ। ਕੋਈ ਡਿਟੇਲ ਨਹੀਂ। ਮਾੜੀ ਜੀ ਗੱਲ ਕਰਤੀ। ਬਸ ਉਹਦੀ। ਸੋ ਉਹਦੇ ਨਾਲ ਫਿਰ ਕੀ ਹੁੰਦਾ ਵੀ ਅੰਦਰ ਆਪਸ ਵਿੱਚ ਹੀ ਬੇਵਿਸ਼ਵਾਸੀ ਮਿਸਟਰਸਟ ਤੇ ਨਾਲ ਇੱਕ ਦੂਜੇ ਦੇ ਖਿਲਾਫ ਕੁੜਤਣ ਤੇ ਫਿਰ ਉਹ ਆਪਸ ਵਿੱਚ ਤੁਸੀਂ ਲੜਨਾ ਸ਼ੁਰੂ ਕਰ ਦਿੰਦੇ ਹੋ ਉਹ ਦੁਸ਼ਮਣ ਪਾਸੇ ਰਹਿ ਜਾਂਦਾ ਇਹ ਖੇਡ ਉਹ ਖੇਡਦੇ ਨੇ ਮਾਰਕ ਟੱਲੀ ਨੇ ਇਹ ਇਹ ਕੰਮ ਕੀਤਾ ਫਿਰ ਉਸ ਤੋਂ ਬਾਅਦ ਜਿਹੜੀ ਜਰਨਲ ਕੁਲਦੀਪ ਸੁਭਰਾੜ ਦੀ ਕਿਤਾਬ ਹੈ ਉਹ ਆਪਾਂ ਉਹਦੇ ਬਾਰੇ ਗੱਲ ਕਰ ਚੁੱਕਿਆ ਪਹਿਲਾਂ ਪਰ ਉਹਨੇ ਕੀ ਕੀਤਾ ਉਹਨੇ ਆਪਣਾ 30 ਸਾਲਾਂ ਬਾਅਦ ਜਾ ਕੇ 12 ਦੇ ਵਿੱਚ ਉਹ ਕਿਤਾਬ ਦੇ ਵਿੱਚ ਇੱਕ ਨਵਾਂ ਚੈਪਟਰ ਸ਼ਾਮਲ ਕੀਤਾ ਨਵਾਂ ਐਡ ਕੀਤਾ 30 ইয়ারਜ਼ ਲੇਟਰ ਹੁਣ ਉਹ ਨਵੇਂ ਚੈਪਟਰ ਚ ਕੀ ਕੀਤਾ ਪਹਿਲੇ ਚ ਤਾਂ ਉਹਨੇ ਸੰਤ ਜਰਨੈਲ ਸੰਦੇ ਖਿਲਾਫ ਤੇ ਅਕਾਲੀ ਲੀਡਰਾਂ ਦੇ ਖਿਲਾਫ ਬਹੁਤ ਕੁਝ ਲਿਖਿਆ ਪਰ ਉਸ ਤੋਂ ਬਾਅਦ ਉਹ ਲਹਿਰ ਫੇਰ ਖੜੀ ਹੋ ਗਈ ਲੋਕਾਂ ਚ ਤਾਂ ਉਹ ਆਰਮਨ ਪਿਆਰੇ ਹੋ ਗਏ ਹਨ ਉਹ ਲਹਿਰ ਨੂੰ ਫਿਰ ਡਿਸਕ੍ਰੈਡਿਟ ਕਰਨ ਵਾਸਤੇ ਉਹਦਾ ਅਕਸ ਖਰਾਬ ਕਰਨ ਵਾਸਤੇ ਉਹ ਸਾਰਾ ਚੈਪਟਰ ਉਸ ਲਹਿਰ ਤੇ ਹੈ ਉਹ ਉਹਦੇ ਚ ਫਿਰ ਮਕਸਦ ਇਹ ਹੈ ਵੀ ਜਿਹੜੇ ਲਹਿਰ ਦੇ ਨਾਇਕ ਹੈ ਉਹਨਾਂ ਨੂੰ ਖਲ ਨਾਇਕ ਬਣਾ ਦਿਓ ਜਿਹੜਾ ਖਲ ਨਾਇਕਾਂ ਨੂੰ ਨਾਇਕ ਬਣਾ ਦਿਓ ਉਹਨੇ ਕੇਪੀਸ ਗਿਲ ਨੂੰ ਨਾਇਕ ਬਣਾਇਆ ਤੇ ਜਿਹੜੇ ਖਾੜਕੂ ਆਗੂ ਸੀ ਉਹਨਾਂ ਨੂੰ ਖਲ ਨਾਇਕ ਬਣਾਇਆ ਮਤਲਬ ਕਿਸ ਲੈਵਲ ਤੇ ਹੁਣ ਇਹ ਕੁਲਦੀਪ ਬਰਾੜ ਨੇ ਆਪ ਤਾਂ ਲਿਖੀ ਨਹੀਂ ਹੋ ਸਕਦੀ ਸੋ ਇਹ ਗੱਲਾਂ ਬੜੇ ਕਿਸੇ ਹਾਈਐਸਟ ਲੈਵਲ ਤੇ ਪਲਾਨ ਹੁੰਦੀਆਂ ਫਿਰ ਬੜੇ ਸਟਲ ਜੇ ਤਰੀਕੇ ਨਾਲ ਲਾਗੂ ਹੁੰਦੀਆਂ ਕਹਿ ਸਕਦੇ ਆ ਇਹਨਾਂ ਦਾ ਪ੍ਰਭਾਵ ਪੈਂਦਾ ਵਿੰਦਾ ਪ੍ਰਭਾਵ ਹੁਣ ਜਦੋਂ ਆਫਟਰ ਆਫਟਰ ਆ ਹੁਣ ਕੀ ਹੈ ਤੁਹਾਡੇ ਜਿਹੜੇ ਸਾਧਨ ਹੈ ਰਿਸੋਰਸ ਜਦ ਦੁਸ਼ਮਣ ਜਿੰਨੇ ਨਹੀਂ ਹੋ ਉਹਨਾਂ ਕੋਲੇ ਹਕੂਮਤ ਹੈ ਐਡੀ ਵੱਡੀ ਸਟੇਟ ਹੈ ਉਹਨਾਂ ਕੋਲੇ ਇੰਨੇ ਸਾਧਨ ਹੈ ਉਹਨਾਂ ਨਾਲ ਤਾਂ ਗੱਲ ਮਤਲਬ 100 ਚੈਨਲਾਂ ਤੇ ਛੁੱਟ ਦੇਣੀ ਹੈ ਤੁਹਾਡਾ ਇੱਕ ਛੋਟਾ ਜਿਹਾ ਚੈਨਲ ਹੈ ਜਿਹਦੀ ਸੀਮਤ ਜੀ ਰੇਂਜ ਹੈ ਤੁਸੀਂ ਉਥੇ ਲੈ ਵੀ ਜਾਓਗੇ ਆਪਦੇ ਬੰਦਿਆਂ ਤੱਕ ਉਹ ਕੀ ਕਰ ਲੂਗੀ ਸੋ ਇਹ ਬੇਮੇਚੀ ਲੜਾਈ ਹੁੰਦੀ ਹੈ ਉਹਨਾਂ ਕੋਲੇ ਸਾਧਨ ਬਹੁਤ ਹੁੰਦੇ ਨੇ ਤੇ ਉਹ ਉਹ ਤੇ ਫਿਰ ਪੂਰਾ ਕਰਦੇ ਆ ਸੋ ਅਸਤੇ ਆਪਦੇ ਅੱਖੀ ਦੇਖਿਆ ਜਸਪਾਲ ਸਿੰਘ ਸਿੱਧੂ ਨੇ ਕਿਤਾਬ ਵੀ ਲਿਖਤੀ ਹੈ ਤੇ ਉਹ ਸਾਰੀ ਪੱਤਰਕਾਰੀ ਕਿਵੇਂ ਚੱਲੀ ਹੈ ਤੇ ਉਹ ਇਹ ਮਤਲਬ ਇਸ ਤਰ੍ਹਾਂ ਚੱਲਦਾ ਹੀ ਹੁੰਦਾ ਕਿ মিডিਏ ਦੀ ਵਰਤੋਂ ਤੋਂ ਬਿਨਾਂ ਪਰ ਜਿਵੇਂ ਤੋਪਾਂ ਦੀ ਅਹਿਮੀਅਤ ਹੈ ਉਵੇਂ মিডিਏ ਦੀ ਤੇ ਅਖਬਾਰਾਂ ਦੀ ਤੇ ਅੱਜ ਕੱਲ੍ਹ ਚੈਨਲਾਂ ਦੀ ਸੋ ਇਹ ਅਸਲਾਖਾਨ ਨਹੀਂ ਆ ਉਹਨਾਂ ਦਾ ਸਟੇਟ ਦਾ ਇਹ ਅਸਲਾਖਾਨ ਨੇ ਦੀ ਉਹ ਵਰਤੋਂ ਕਰਦੇ ਨਾ ਇਹ ਹਮੇਸ਼ਾ ਹੀ ਹੁੰਦਾ ਆਇਆ ਤੇ ਹੁੰਦਾ ਰਹਿਣਾ ਹੈ ਪ੍ਰਭਾਵ ਦੀ ਜੀ ਗੱਲ ਕਰੀ ਆਮ ਲੋਕਾਂ ਤੇ ਤਾਂ ਚਲੋ ਪਹਿਣਾ ਲਾਜ਼ਮੀ ਹੈ ਇਹ ਚੀਜ਼ ਦਾ ਕਿਉਂਕਿ ਉਹ ਸਫਾ ਦੇ ਵਿੱਚ ਨਹੀਂ ਵਿਚਰ ਰਿਹਾ ਜਿਹੜੇ ਸਫਾ ਦੇ ਵਿੱਚ ਵਿਚਰ ਚੁੱਕੇ ਨੇ ਜਿਹੜੇ ਹੁਣ ਪਿੱਛੇ ਜਿਹੜੀ ਆਪਾਂ ਗੱਲ ਕਰੀ ਹੈ ਕਿ ਸਿੰਘ ਇੱਕ ਆਏ ਨੇ ਉਹਨਾਂ ਨੇ ਕਿਹਾ ਕਿ ਮੇਰੇ ਤੇ ਤਸ਼ੱਦਦ ਵੀ ਹੋਇਆ ਉਹ ਤੁਰਨ ਤੋਂ ਵੀ ਕਹਿੰਦੇ ਮੈਂ ਸਮਰਥਾਂ ਹੋਰ ਵੀ ਬਹੁਤ ਦਿੱਕਤਾਂ ਜਿਹੜੀਆਂ ਉਹਨਾਂ ਨੇ ਜਿਹੜੀ ਮਾਰ ਚੱਲੀ ਆ ਕੁੱਟ ਚੱਲੀ ਆ ਐਕਸ਼ਨ ਵੀ ਕਹਿੰਦੇ ਅਸੀਂ ਕੀਤੇ ਨੇ ਤੇ ਉਹਨਾਂ ਵੱਲੋਂ ਜਿਹੜੇ ਸਵਾਲ ਖੜੇ ਕਰਨੇ ਇੱਕ ਇੱਕ ਇਹ ਕਿਉਂ ਹੋ ਜਾਂਦਾ ਹੈ ਇਹ ਜੇ ਕੀ ਕਾਰਨ ਬਣ ਜਾਂਦੇ ਨੇ ਦੇਖੋ ਉਹਨਾਂ ਦਾ ਇੱਕ ਇੱਕ ਚੀਜ਼ ਮਾਫ ਕਰਨਾ ਉਹਨਾਂ ਦਾ ਇੱਕ ਚੀਜ਼ ਇਹ ਵੀ ਕਹਿਣਾ ਕਿ ਭਾਈ ਦਿਲਜੀਤ ਸਿੰਘ ਬਿੱਟੂ ਨੂੰ ਕੋਈ ਥੱਪੜ ਤੱਕ ਨਹੀਂ ਵਜਿਆ ਕੋਈ ਮਾਰਕੁੱਟ ਨਹੀਂ ਚੱਲਣੀ ਪਈ ਇਹ ਵੀ ਕਾਰਨ ਬਣ ਜਾਂਦਾ ਨਹੀਂ ਚਲੋ ਉਹ ਜਿਹੜੇ ਬੰਦੇ ਨੇ ਪਿੱਛੇ ਜੇ ਹੁਣ ਮਤਲਬ ਲਗਾਤਾਰ ਇੱਕ ਮਹੀਨ ਬਿੱਡੀ ਹੋਈ ਹੈ ਜੀ ਇੰਟਰਵਿਊਜ਼ ਦੀ ਤੇ ਇਹ ਗੱਲ ਵੀ ਵਾਪਰਦੀ ਹੈ ਵੀ ਲਹਿਰ ਦੇ ਜਿਹੜੇ ਕਾਫੀ ਮਹੱਤਵਪੂਰਨ ਬੰਦੇ ਵੀ ਮੁੜ ਕੇ ਲਹਿਰ ਦੇ ਖਿਲਾਫ ਹੋ ਜਾਂਦੇ ਆ ਜੀ ਇਹ ਵਰਤਾਰਾ ਇਕੱਲਾ ਸਾਡਾ ਨਹੀਂ ਇਹ ਦੁਨੀਆ 'ਚ ਜਿਹੜੀ ਜਿਹੜੀ ਮਰਜ਼ੀ ਦੁਨੀਆ ਦੀ ਲਹਿਰ ਚੁੱਕ ਲੋ ਜਿਹੜੇ ਮਰਜ਼ੀ ਸਮੇਂ ਦੀ ਯੁੱਗ ਦੀ ਇਹ ਇੱਕ ਹਿਊਮਨ ਵੀਕਨੈਸ ਹੈਗੀ ਆਪਾਂ ਇਹ ਤੇ ਬਾਅਦ ਗੱਲ ਕਰਾਂਗੇ ਤੇ ਤਾਂ ਜਿਹੜਾ ਤੁਸੀਂ ਪਾਰਟਿਕੂਲਰ ਬੰਦੇ ਬਾਰੇ ਗੱਲ ਕੀਤੀ ਆ ਵੀ ਉਹ ਲਹਿਰ ਦਾ ਅੰਗ ਰਿਹਾ ਜਾਂ ਹੋਰ ਹੁਣ ਦੇਖੋ ਲਹਿਰ ਦੇ ਵਿੱਚ ਬੜੇ ਬੰਦੇ ਸ਼ਾਮਿਲ ਹੁੰਦੇ ਨਾ ਇੱਕ ਲਹਿਰ ਹੁੰਦੀ ਆ ਬਹੁਤ ਹੀ ਡੈਡੀਕੇਟਿਡ ਬੰਦਿਆਂ ਦੀ ਜਿਵੇਂ ਸ਼ਹੀਦ ਭਗਤ ਸਿੰਘ ਜਿ세 ਬੰਦੀ ਸੀ ਉਹ ਕੋਈ ਜਨਤਕ ਲਹਿਰ ਨਹੀਂ ਸੀ ਉਹ ਦਰਜਨ ਤੋਂ ਵੱਧ ਦੋ ਦਰਜਨ ਤੋਂ ਵੱਧ ਬੰਦੇ ਨਹੀਂ ਹੋਣੇ ਜਿਹੜੇ ਐਕਚੁਅਲੀ ਸਰਗਰਮ ਸੀਗੇ ਉਹ ਤਾਂ ਫਿਰ ਹੁੰਦੇ ਨੇ ਬਹੁਤ ਚੁਣ ਕੇ ਲਈ ਡੈਡੀਕੇਟਿਡ ਪਰ ਤੁਸੀਂ ਹੈਰਾਨ ਹੋਵੋਗੇ ਉਹਨਾਂ ਚੋਂ ਸੱਤ ਆਗੂ ਜਿਹੜੇ ਵਾਦਾ ਮਾਫ ਬਣੇ ਸੀ ਸੱਤ ਆਗੂ 12 20 25 ਬੰਦਿਆਂ ਚੋਂ ਜੇ ਇੰਨੇ ਬੰਦੇ ਜਿਹੜੇ ਚੁਣ ਕੇ ਲਏ ਨੇ ਕੋਈ ਆਮ ਸੋਸਾਇਟੀ ਚੋਂ ਨਹੀਂ ਲਏ ਜੇ ਉੱਥੇ ਇਹ ਗੱਲ ਵਾਪਰ ਸਕਦੀ ਹੈ ਗਾਦਰ ਲਹਿਰ ਦੇ ਵਿੱਚੋਂ ਤੁਸੀਂ ਪੜ ਕੇ ਦੇਖੋ ਕਿੱਡੇ ਕਿੰਨੇ ਬੰਦੇ ਬਾਦਾਂ ਮੁਆਫ ਨੇ ਬੜੇ ਪ੍ਰੋਮਿਨੈਂਟ ਵੀ ਜਿਨ੍ਹਾਂ ਨੇ ਬੜੇ ਤਕੜੇ ਕੰਮ ਵੀ ਕੀਤੇ ਸੋ ਇਹ ਇਹ ਵਰਤਾਰਾ ਬਾਪਰ ਦਾ ਇਹ ਹਰ ਲਹਿਰ ਦਾ ਕਾਰਨ ਕੀ ਰਹਿੰਦੇ ਨੇ ਵੀ ਸਰਕਾਰ ਤੋੜ ਹੀ ਇਹਨਾਂ ਦੰਦੀ ਆ ਉਹਨਾਂ ਨੂੰ ਜਾਂ ਕਿਵੇਂ ਕਹਿ ਲਵਾਂ ਨਹੀਂ ਦੇਖੋ ਇਹਦੇ 'ਚ ਹੁੰਦਾ ਹੈ ਤੁਸੀਂ ਹੁਣ ਜਿਹੜਾ ਬੰਦਾ ਹੈ ਨਾ ਹਰ ਇੱਕ ਬੰਦੇ ਦੀ ਇੱਕ ਆਪਣੀ ਤਸਵੀਰ ਹੈ ਜੀ ਲੇਬਲ ਆਫ ਕਮਿਟਮੈਂਟ ਤੇ ਉਹਦੇ 'ਚ ਸਿੱਧਕ ਤੇ ਡੋਲਤਾ ਕੁਝ ਤਾਂ ਵੈਗਰੂ ਵੱਲੋਂ ਹੀ ਦਿੱਤੀਆਂ ਹੁੰਦੀਆਂ ਗੱਲਾਂ ਇਹ ਕੋਈ ਬੰਦਾ ਨਹੀਂ ਫਰਕ ਪੰਦੀ ਕਿ ਕਈ ਕਈ ਬੰਦੇ ਜਨਮ ਤੋਂ ਹੀ ਇਸ ਤਰ੍ਹਾਂ ਹੁੰਦੇ ਨੇ ਉਹਨਾਂ ਨੇ ਕਦੇ ਟੁੱਟਣਾ ਹੀ ਨਹੀਂ ਜੋਰ ਲਾ ਲੋ ਉਹ ਲਹਿਰ ਚ ਨਾ ਵੀ ਆਉਣ ਉਹ ਸੋਸਾਇਟੀ ਚ ਵੀ ਬੇਚਰ ਨਭਾਵੇਂ ਸੋ ਇੱਕ ਤਾਂ ਇਹ ਫੈਕਟਰ ਵੀ ਹੈ ਵੀ ਕਿਸੇ ਦੀ ਤਸਵੀਰ ਕੀ ਹੈ ਤੇ ਕਈ ਬੰਦੇ ਮਤਲਬ ਉਹਨੇ ਮਜ਼ਬੂਤ ਨਹੀਂ ਹੁੰਦੇ ਸੋ ਇਹ ਤਾਂ ਆਪਾਂ ਜਿਹੜੀ ਪਛੀਦ ਪਖਸ ਵਾਲੀ ਗੱਲ ਤਾਂ ਕੀਤੀ ਹੈ ਕਿ ਡੈਡੀਕੇਟਿਡ ਬੰਦਿਆਂ ਦੀ ਜਿਹੜੀ ਖਾੜਕੂ ਲੈ ਰਣਾ ਇਹਦੀ ਵਿਸ਼ੇਸ਼ਤਾ ਇੱਕ ਹੈਗੀ ਹੈ ਉਹ ਇਹ ਕੇ ਦਾ ਘੇਰਾ ਇੰਨਾ ਵਿਸ਼ਾਲ ਹੋ ਗਿਆ ਸੀ ਇਹਦੇ 'ਚ ਤਾਂ ਪਤਾ ਨਹੀਂ ਕਿੰਨੇ ਕਿਸਮ ਦੇ ਲੋਕ ਸ਼ਾਮਲ ਹੋਏ। ਜੀ। ਤੋਂ ਇਹਦਾ ਆਪਾਂ ਇੱਕ ਉਦਾਹਰਨ ਦੇ ਸਕਦੇ ਆਂ ਵੀ ਜਿਵੇਂ ਦਰਿਆ ਹੈ ਨਾ ਜਦੋਂ ਉਹ ਆਮ ਸਮੇਂ 'ਚ ਵਗਦਾ ਉਹਦਾ ਤੁਸੀਂ ਦੇਖੋ ਕਿੰਨਾ ਖੁੰਦਾ ਪਾੜ ਜਿਹੜਾ ਬਹਿਣ ਹੈ। ਜਦੋਂ ਫਿਰ ਹਾੜਾ ਆਉਂਦਾ ਹੈ ਉਹ ਕਿੰਨਾ ਫੈਲਦਾ ਹੈ। ਜਦੋਂ ਉਹ ਪਾਸੇ ਫੈਲਦਾ ਫਿਰ ਜੋ ਕੁਝ ਪਾਸੇ ਪਿਆ ਹੁੰਦਾ ਉਹ ਸਾਰੇ ਕੁਝ ਨੂੰ ਲਪੇਟ ਕੇ ਆਪਦੇ ਨਾਲ ਵਹਾ ਕੇ ਲੈ ਜਾਂਦਾ। ਜਿਹੜਾ ਆਮ ਹਾਲਤਾਂ 'ਚ ਪਾਸੇ ਪਿਆ ਤੋ ਇਹ ਖਾੜਕੂ ਲਹਿਰ ਦਾ ਜਿਹੜਾ ਸੀ ਨਾ ਵਹਿਣ ਪਾਵਰਫੁਲ ਵੀ ਬਹੁਤ ਸੀ ਤੇ ਵਿਸ਼ਾਲ ਵੀ ਬਹੁਤ ਸੀ ਇਹਨੇ ਤਾਂ ਸੋਸਾਇਟੀ ਦੇ ਜਿਹੜੇ ਨਕੰਮੇ ਤੋਂ ਨਕੰਮੇ ਬੰਦੇ ਵੀ ਉਸ ਮੌਕੇ ਦੇ ਉੱਤੇ ਅਬਦੇ ਉਹ ਹੁੰਦਾ ਵਕਤ ਹੀ ਅਸਰ ਬੰਦਿਆਂ ਦੇ ਉੱਤੇ ਉਹ ਦੇਖ ਕੇ ਉਹ ਮਤਲਬ ਇਹ ਇਹਦੇ ਵਿੱਚ ਸ਼ਾਮਲ ਹੋਏ ਬੰਦੇ ਹੁਣ ਉਹ ਉਹਨਾਂ ਚਿਰ ਤੱਕ ਠੀਕ ਰਹਿੰਦਾ ਜਦੋਂ ਉਹ ਬਹਾਹ ਵਹਿਣ ਤੇਜ ਹੈ ਆਪਾਂ ਦਰਿਆਵਾਂ ਦਾ ਵੀ ਦੇਖਦੇ ਆ ਜਦੋਂ ਉਹ ਵਹਿਣ ਕਮਜ਼ੋਰ ਪੈਂਦਾ ਜਦੋਂ ਹੜ ਖਤਮ ਹੋ ਜਾਂਦਾ ਦਰਿਆ ਨੇ ਮੁੜ ਕੇ ਆਪਣੀ ਅਵਸਥਾ ਚ ਆਉਣਾ ਤਾਂ ਪਾਸੇ ਕੀ ਕੁਝ ੁੱਟਿਆ ਪਿਆ ਹੁੰਦਾ ਉਹਨੇ ਹਨਾ ਘਾਹ ਫੂਸ ਤੋਂ ਲੈ ਕੇ ਹੋਰ ਕਿੰਨਾ ਕੁਸ਼ ਜਿਹੜਾ ਇੱਕ ਮੌਕੇ ਨਾਲ ਵਗਿਆ ਹਾਂ ਮੁੜ ਕੇ ਉਹ ੁੱਟਦਾ ਪਾਸੇ ਸੋ ਕੁਝ ਬੰਦੇ ਲਹਿਰ ਦੇ ਜਿਹੜੀ ਜਿਹੜੀ ਇਹ ਲਹਿਰ ਹੈ ਨਾ ਖਾੜਕੂ ਇਹ ਇਹ ਦਾ ਇਹ ਕਰੈਕਟਰ ਸੀ ਇਹਦੇ ਚ ਬਹੁਤ ਬੰਦੇ ਜਿਹੜੇ ਉਹ ਬਹਾਅਤ ਤਾਂ ਕੰਮ ਕਰ ਗਏ ਪਰ ਉਹਨਾਂ ਚ ਵੈਗਰੂ ਨੇ ਇੰਨੀ ਉਹਨਾਂ ਦੇ ਵਿੱਚ ਉਹ ਸਦਕ ਨਹੀਂ ਦਿੱਤਾ ਸੀ ਉਹ ਉਹ ਤੋਂ ਬਾਅਦ ਵੀ ਉਹ ਕੈਮਰ ਐ ਰਹਿ ਸਕ ਕੁੱਟਾਂ ਖਾ ਕੇ ਸਭ ਕੁਝ ਕਰਕੇ ਵੀ ਸੋ ਇਹ ਜਿਹੜੀ ਤੁਸੀਂ ਬੰਦੇ ਦੀ ਗੱਲ ਕਰ ਰਹੇ ਹੋ ਮੈਂ ਜਿੰਨੀ ਕੁ ਮੇਰੀ ਜਾਣਕਾਰੀ ਹੈ ਮੇਰੇ ਮੁਤਾਬਕ ਇਹਦਾ ਕਿਤੇ ਵੀ ਕੋਈ ਨਾਂ ਨਹੀਂ ਨੌਨ ਐਂਟੀਟੀ ਕਿਉਂਕਿ ਨੌ ਬਣਦਾ ਸੀ ਬੰਦੇ ਦਾ ਉਦੋਂ ਐਕਸ਼ਨ ਕਰਨ ਦਾ ਜ਼ਿੰਮੇਵਾਰੀ ਲੈਂਦੇ ਸੀ ਅਖਬਾਰਾਂ 'ਚ ਨਾਂ ਆਉਂਦਾ ਸੀ ਟੂ ਮਾਈ ਨੋਲੇਜ ਮੇਰੇ ਖਿਆਲ ਨੇ ਕੋਈ ਐਕਸ਼ਨ ਨਹੀਂ ਕੀਤਾ ਪਰ ਉਹ ਕੰਮ ਕੀਤਾ ਬਹੁਤ ਕਲੈਕਸ਼ਨ ਕਰਨਾ ਹੀ ਲਹਿਰ 'ਚ ਕੰਮ ਨਹੀਂ ਹੁੰਦਾ ਠਾਹਰ ਦੇਣੀ ਠਾਹਰ ਦੇਣੀ ਤੁਸੀਂ ਸਨੇਹੇ ਬਚਾਉਣੇ ਮਤਲਬ ਬੰਦਿਆਂ ਦੀਆਂ ਜਾਂ ਕਿਤੇ ਰੈਕੀ ਕਰਨੀ ਬੜੇ ਕੰਮ ਹੁੰਦੇ ਨੇ ਲਹਿਰ ਦੇ ਵਿੱਚ ਤੇ ਜਿਆਦਾ ਮਾਰ ਉਹਨਾਂ ਨੂੰ ਧਲਣੀ ਪੈਂਦੀ ਹੈ ਕਿਉਂਕਿ ਉਹ ਘਰਾਂ 'ਚ ਬੈਠੇ ਹੁੰਦੇ ਨੇ ਉਹ ਜਿਹਨੂੰ ਕਹਿੰਦੇ ਸਿਟਿੰਗ ਡੱਕ ਇਹ ਉਹਨਾਂ ਦੀ ਸਭ ਤੋਂ ਜਿਆਦਾ ਪ੍ਰੋਬਲਮ ਬਣਦੀ ਹੈ ਸੋ ਇਹ ਇਹ ਬੰਦਾ ਮੇਰਾ ਖਿਆਲ ਕੋਈ ਇਸ ਕਿਸਮ ਦਾ ਹੋਣਾ ਹੈ ਮੈਨੂੰ ਬਹੁਤੀ ਜਾਣਕਾਰੀ ਨਹੀਂ ਜਿੰਨਾ ਚਿਰ ਉਹ ਵੇਗ ਚੱਲਿਆ ਲਹਿਰ ਦਾ ਉਨਾਂ ਚਿਰ ਉਹਨੇ ਕੁੱਟ ਵੀ ਖਾ ਲਈ ਸਭ ਕੁਝ ਕੀਤਾ ਸੋ ਇਸ ਪੱਖੋਂ ਆਪਣੀ ਉਹਦੇ ਨਾਲ ਹਮਦਰਦੀ ਆ ਵੀ ਆਫਟਰ ਆਲ ਚਲੋ ਨੇ ਉਹ ਕੀਤਾ ਪਰ ਇੱਥੇ ਮੇਰ ਸਿੰਘ ਮੈਂ ਇੱਕ ਗੱਲ ਕਰਨੀ ਚਾਹਣਾ ਕਿ ਇੱਕ ਮਰਿਆਦਾ ਵੀ ਹੁੰਦੀ ਹੈ ਸੂਰਮੇ ਦੀ ਜਾਂ ਲਹਿਰਾਂ ਦੀ ਵੀ ਜੇ ਤੁਸੀਂ ਲਹਿਰ ਦੇ ਵਿੱਚ ਕੋਈ ਕੁਰਬਾਨੀ ਕੀਤੀ ਹੈ ਉਹਦਾ ਸਾਨ ਜੇ ਤੁਸੀਂ ਸਾਨ ਜਿਤਾਉਣਾ ਹੈ ਨਾ ਫਿਰ ਉਹ ਖੂਚ ਪੈ ਜਾਂਦੇ ਸਾਰੀ ਕੁਰਬਾਨੀ ਉਹ ਭਾਵਨਾ ਹੀ ਖਤਮ ਹੋ ਗਈ ਇੱਕ ਇੱਕ ਤੁਹਾਨੂੰ ਜੱਤੀ ਆਪਦੇ ਕਿਸੇ ਕਬਜ਼ੇ ਤੇ ਲਗਿਆ ਸੀ ਲੜਾਈ ਚ ਕੌਮ ਦੀ ਲੜਾਈ ਸੀ ਹਰ ਇੱਕ ਨੇ ਆਪ ਦਾ ਆਪ ਦਾ ਫੈਸਲਾ ਕੀਤਾ ਹੁਣ ਕੋਈ ਬੰਦਾ ਕਹਿੰਦਾ ਮੈਨੂੰ ਤਾਂ ਫਲਾਣੇ ਦੀ ਨੇ ਮੈਨੂੰ 扑 ਘਾਤਾ ਇਹ ਉਹਦਾ ਦੋਸ਼ ਥੋੜਾ ਜਿਹਨੇ ਤੈਨੂੰ 扑 ਘਾਤਾ ਉਹਨੂੰ ਤਾਂ ਹੋਰ 100扑 ਘਾਏ ਹੋਣਗੇ ਉਹਨਾਂ 100 ਚੋਂ 15 ਬੰਦਿਆਂ ਨੇ ਵੱਡੇ ਕਾਰਨਾਮੇ ਵੀ ਕੀਤੇ ਹੋਣਗੇ ਤੇ ਉਹ ਬੰਦੇ ਮੁੜ ਕੇ ਖੁਦ ਵੀ ਸ਼ਹੀਦ ਹੋ ਗਏ ਸੋ ਇਹ ਜਿਹੜੀ ਗੱਲ ਹੈ ਨਾ ਵੀ ਰੋਣਾ ਮੁੜ ਕੇ ਰੋਂਦੂ ਸੁਭਾ ਜਿਹੜਾ ਮੇਰੇ ਨਾਲ ਹੋ ਗਈ ਉਹਦੇ ਨਾਲ ਸੈਂਪਥੀ ਲੈਣ ਦੀ ਕੋਸ਼ਿਸ਼ ਕਰ ਲਈ ਇਹ ਨਾ ਲਹਿਰ ਦੀ ਨਾ ਸੂਰਮੇ ਦੀ ਮਰਿਆਦਾ ਇਹ ਹੈ ਨਹੀਂ ਇਹ ਧਰਮ ਨਹੀਂ ਸੋ ਮਾੜਾ ਲੱਗਦਾ ਮੈਨੂੰ ਤਾਂ ਮਤਲਬ ਉਹ ਗੱਲ ਸੁਣ ਹੀ ਨਹੀਂ ਜਾਂਦੀ ਵੀ ਬੰਦਾ ਇੰਨਾ ਗਿੜਗੜਾਵੇ ਵੀ ਮੇਰੇ ਨਾਲ ਸੈਂਪਥੀ ਮੇਰੇ ਨਾਲ ਆ ਹੋਇਆ ਤੇ ਫਿਰ ਤੁਸੀਂ ਉਹ ਕੁਝ ਕਰਕੇ ਇੱਕ ਉਹ ਰੌਂ ਪੈਦਾ ਕਰਕੇ ਹਮਦਰਦੀ ਦਾ ਲਹਿਰ ਦੇ ਖਿਲਾਫ ਨਫ਼ਰਤ ਜਾਂ ਬੰਦਿਆਂ ਦੇ ਵੀ ਸਾਰਾ ਕਾਰੋਬਾਰ ਕੀ ਸੀ ਚਲੋ ਬੰਦਾ ਤਾਂ ਜੋ ਵਿਚਾਰਾ ਹੈ ਉਹ ਤਾਂ ਝੱਲਿਆ ਕੁਝ ਮੈਨੂੰ ਜਿਹੜੇ ਸਭ ਤੋਂ ਜਿਹੜੇ ਵੱਡੇ ਕਾਰਪੋਰੇਟ ਜਾਂ ਦੋਸ਼ੀ ਲੱਗ ਰਹੇ ਉਹ ਲੱਗ ਰਹੇ ਚੈਨ ਨਾ ਵਾਲੇ ਜੀ ਸਿਰਫ ਆਪਣੀ ਟੀਆਰਪੀ ਵਧਾਉਣੀ ਹੈ ਮਤਲਬ ਹੁਣ ਪਤਾ ਲੱਗ ਗਿਆ ਵੀ ਆਹ ਬੰਦਾ ਹੈ ਇਹਨੂੰ ਲਿਆਓ ਇਹਦੇ ਨਾਲ ਸਾਡੇ ਵੀਊ ਜਿੱਦਾਂ ਵੀਊ ਆਉਂਦੇ ਉਹਦੋਂ ਵੱਧ ਹਾਂ ਉਹਦੋਂ ਕਰਦੋ ਜਿਹੜੇ ਬੰਦੇ ਇਹ ਭਾਵਨਾ ਲੈ ਕੇ ਆ ਰਹੇ ਨਾ ਉਹਨਾਂ ਨੂੰ ਕੱਖ ਲਹਿਰ ਦਾ ਪਤਾ ਨਹੀਂ ਕੱਖ ਸਮਾਜ ਦਾ ਪਤਾ ਨਹੀਂ ਕੱਖ ਜ਼ਿੰਦਗੀ ਦਾ ਪਤਾ ਨਹੀਂ ਤੇ ਆਪਦਾ ਵੀ ਪਤਾ ਕੁਛ ਨਹੀਂ ਵੀ ਅਸੀਂ ਕੀ ਆ ਤੇ ਜਿਸ ਅਥਾਰਟੀ ਨਾਲ ਉਹ ਬੋਲਦੇ ਨੇ ਆ ਇੱਕ ਇੱਕ ਮੈਂ ਨਾਂ ਨਹੀਂ ਲੈਣਾ ਜੀ ਉਹਦਾ ਉਹ ਜਿਹੜਾ ਮੈਂ ਦੇਖਿਆ ਇੱਕ ਮਤਲਬ ਉਹ ਉਹਦਾ ਕੋਈ ਵੀ ਉਹਨੂੰ ਕਿਸੇ ਕੋਣ ਤੋਂ ਦੇਖ ਲਿਓ ਵੀ ਉਹ ਪੇਸ਼ਤਾਇਆ ਕਰਦਾ ਜਿਵੇਂ ਉਹਦੇ ਅੰਦਰ ਸਿੱਖੀ ਦਾ ਬਹੁਤ ਦਰਦ ਹੁੰਦਾ ਇੰਨੇ ਪੁੱਤ ਮਰ ਗਏ ਆ ਨੁਕਸਾਨ ਹੋ ਗਿਆ ਇੰਨੇ ਘਰ ਉਜੜ ਗਏ ਜਿਵੇਂ ਤੜਪ ਰਿਆ ਹੁੰਦਾ ਬੰਦਾ ਉਹ ਕੁਛ ਨਹੀਂ ਪਖੰਡ ਆ ਉਹਦੇ ਤੇ ਕੋਈ ਅਸਰ ਨਹੀਂ ਨਾ ਉਹਦਾ ਕੋਈ ਮਰਿਆ ਨਾ ਉਹ ਉਹ ਕਿਤੇ ਲਹਿਰ ਦੇ ਨੇੜੇ ਤੇੜੇ ਵੀ ਨਹੀਂ ਹੋਣਾ ਹਨਾ ਤੇ ਨਾ ਉਹਦਾ ਕੋਈ ਕਿਸੇ ਵੀ ਐਂਗਲ ਤੋਂ ਦੇ ਸਰੂਪ ਦੇਖ ਲਓ ਦੀ ਸ਼ਕਲ ਦੇਖ ਲਓ ਦੀ ਸੂਰਤ ਦੇਖ ਲਓ ਦੀ ਬਾਡੀ ਲੈਂਗੁਏਜ ਦੇਖ ਲਓ ਕੁਝ ਕੁਛ ਨਹੀਂ ਹੁਣ ਉਹ ਉਹ ਕਿਉਂ ਕਰ ਰਿਹਾ ਹੈ ਕੱਲੀ ਵਿਊ ਸ਼ੇਪ ਬਤਾਉਣ ਵਾਸਤੇ ਇਹ ਮੈਨੂੰ ਡਾਊਟ ਕੁਝ ਬੰਦੇ ਇਹ ਜੇ ਵੀ ਨਾ ਅੱਛੇ ਕਾਰਨ ਹੋਰ ਹੋਸੇ ਹਾਂ ਜਿਹਦੇ ਜਿਹਦੇ ਸ਼ਾਇਦ ਕੋਈ ਹੋਰ ਕਾਰਨ ਮਤ ਸ਼ਾਇਦ ਹੀ ਕਹਿਣਾ ਮੈਂ ਜਿੰਨਾ ਚਿਰ ਕਿਸੇ ਗੱਲ ਦਾ ਤੁਹਾਡੇ ਕੋਲ ਐਵਿਡੈਂਸ ਨਾ ਹੋਵੇ ਪਰ ਇਹ ਇਹ 엘ਮੈਂਟ ਕਿਉਂ ਕਿ ਐ ਕਰਦੀ ਹੈ ਸਟੇਟ ਇਹ ਨਹੀਂ ਵੀ ਪਹਿਲਾਂ ਆਪਦੇ ਬੰਦੇ ਭੇਜ ਦਿੰਦੀ ਆ ਉਹ ਦੇਖ ਲੈਂਦੀ ਆ ਵੀ ਆ ਬੰਦਾ ਹੈਗਾ ਕੰਮ ਦਾ ਉਹਨੂੰ ਉਹਨੂੰ ਪਤਾ ਵੀ ਨਾ ਲੱਗਦਾ ਹੋਵੇ ਭਾਵੇਂ ਉਹਨੂੰ ਕਿਸ ਤਰ੍ਹਾਂ ਵਰਤਿਆ ਜਾ ਰਿਹਾ ਸੋ ਇਹ ਜਿਹੇ ਬੰਦੇ ਜਿਹੜੇ ਨਾ ਮੇਰੇ ਹਿਸਾਬ ਚ ਉਹ ਵੱਡੇ ਕਾਰਪੋਰੇਟ ਰੋਲ ਸੋ ਉਹ ਉਹ ਰੋਲ ਜੋ ਐਮਬੈਡਡ ਜਰਨਲਿਸਟ ਕਰਦੇ ਨੇ ਹਣਾ ਜੋ ਇਹ ਕਹਿ ਲੋ ਕਿ ਇੱਕ ਦੋਸ਼ੀ ਵੱਡੇ ਇਤਿਹਾਸ ਦੇ ਇਹ ਬੰਦੇ ਉਹ ਰੋਲ ਤੇ ਇਤਿਹਾਸ ਇਹਨਾਂ ਨਾ ਕੀ ਕਰੂ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਲਹਿਰਾਂ ਦੇ ਉਤਰਾ ਚੜਾ ਆਉਂਦੇ ਰਹਿੰਦੇ ਨੇ ਇਹ ਮਤ ਸੋਚੋ ਕਿ ਗੱਲ ਖਤਮ ਹੋ ਗਈ ਬੱਸ ਜਿਦਾਂ ਮਤ ਤੁਹਾਨੂੰ ਪੰਜਾਬ ਦੀ ਕੱਖ ਸਮਝ ਨਹੀਂ ਤੁਹਾਨੂੰ ਸਿੱਖਾਂ ਦੀ ਕੱਖ ਸਮਝ ਨਹੀਂ ਜਿੰਨਾ ਚਿਰ ਮਸਲੇ ਨਹੀਂ ਹੱਲ ਹੁੰਦੇ ਮਸਲੇ ਤਾਂ ਵਧ ਹੀ ਜਾਂਦੇ ਆ ਬੇਨਸਾਫੀਆਂ ਵਧ ਹੀ ਜਾਂਦੀਆਂ ਜ਼ੁਲਮ ਵਧ ਹੀ ਜਾਂਦਾ ਤੁਹਾਡਾ ਖਿਆਲ ਹੈ ਕਿ ਤੁਹਾਡੇ ਆਂਗੂ ਸਾਰੇ ਬੰਦੇ ਬਹਿ ਜਾਣਗੇ ਤੇ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਗੈਰਤ ਕੀ ਆ ਪੰਜਾਬ ਦੀ ਜਾਂ ਸਿੱਖਾਂ ਦੀ ਜਾਂ ਗੁਰੂਆਂ ਨੇ ਸਾਡੇ ਚ ਕੀ ਕੁਝ ਪਾਇਆ ਐ ਥੋੜਾ ਗੁਰੂਆਂ ਨੇ ਸਕਾਇਆ ਵੀ ਬਹਿ ਕੇ ਰੋਹੋ ਚੈਨਲਾਂ ਦੇ ਉੱਤੇ ਮਾ ਉਹ ਉੱਡ ਗਾ ਬਰੇ ਐਨੇ ਘਰ ਉੱਡ ਗਏ ਲਹਿਰਾਂ ਚ ਕੀ ਕੁਝ ਨਹੀਂ ਵਾਪਰਦਾ ਹੁੰਦਾ ਇਹ ਜਿਹੜਾ ਨੈਰੇਟਿਵ ਹੈ ਨਾ ਜਿਹੜਾ ਵਰਤਾਂਤ ਮੈਨੂੰ ਤਾਂ ਇਹ ਇਤਲਾ ਇਹ ਵਰਤਾਂਤ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਬੜਾ ਖਤਰਨਾਕ ਇਹਦਾ ਨੋਟਿਸ ਲੈਣਾ ਜ਼ਰੂਰੀ ਹੈ ਤੇ ਵੈਸੇ ਤਾਂ ਇਤਿਹਾਸ ਵੀ ਇਹਦਾ ਨੋਟਿਸ ਲੈਂਦਾ ਹੀ ਹੈ ਹਮੇਸ਼ਾ ਪਹਿਲਾਂ ਜਿਹੜੇ ਗਾਦਰੀ ਗਾਦਰੀ ਫੜਾਏ ਗਦਾਰੀਆਂ ਕੀਤੀਆਂ ਉਦੋਂ ਬਾਅਦ ਸਾਰੇ ਗਾਦਰੀ ਨੂੰ ਫਾਂਸੀਆਂ ਚੜ ਗਏ ਕੁਝ ਜੇਲ੍ਹਾਂ ਚ ਬਹਿ ਗਏ ਲੈ ਟੋਟਲ ਖਤਮ ਹੋ ਗਈ ਤੇ ਬੜੇ ਆਰਾਮ ਨਾਲ ਵੀ ਚੱਲੋ ਹੁਣ ਜੋ ਮਰੱਬੇ ਮਿਲੇ ਉੱਥੇ ਜ਼ਿੰਦਗੀ ਐਸ਼ ਦੀ ਜਿਉ ਉਦੋਂ ਬਾਅਦ ਬੱਬਰ ਉੱਠੇ ਸੀ ਫਿਰ ਜਿਨ੍ਹਾਂ ਦਾ ਕੋਈ ਨਿਸ਼ਾਨਾ ਸੀ ਵੀ ਉਹ ਗਦਾਰ ਸੋਧਣੇ ਆ ਉਹ ਗੁੱਸਾ ਨਿਕਲਦਾ ਕਿਤੇ ਇਤਿਹਾਸ ਤੇ ਜਾ ਕੇ ਇਹ ਮੇਰਾ ਕਿਰਪਾਲ ਸੂਸੀਗਾ ਸੁਹੀ ਅੱਜੀ ਨੇ ਸਾਰੀ ਉਹ ਤਰੀਕ ਲੀਖ ਕੀਤੀ ਜਿੱਦੇ ਬਗਾਵਤ ਹੋਣੀ ਸੀ ਉਹੋ ਦਰਬਾਰ ਦੇ ਵਿੱਚ ਆਪਦਾ ਲੈ ਕੇ ਮਰਬੇ ਮੌਜ ਨਾਲ ਰਹਿਣ ਲੱਗ ਗਿਆ ਸੀ ਤੇ ਉੱਤੇ ਸੁੱਤੇ ਪਏ ਨੂੰ ਪਤਾ ਵੀ ਨਹੀਂ ਲੱਗਿਆ ਜਿਵੇਂ ਹਵਾ ਕਤਲ ਕਰ ਗਈ ਹੁੰਦੀ ਹੈ ਨਾ ਤੇ ਜਾ ਕੇ ਇੰਨੀ ਸਫਾਈ ਨਾਲ ਉਹਦਾ ਕਤਲ ਕੀਤਾ ਸੀਗਾ ਕਿੰਨੇ ਸਾਲਾਂ ਬਾਅਦ ਸੋ ਇਹ ਬੰਦੇ ਭੁੱਲਣ ਨਾ ਵੀ ਇਹ ਇਹ ਗੱਲਾਂ ਅਨ ਨੋਟਿਸਡ ਤੇ ਐਂ ਨਿਕਲ ਜਾਣਗੀਆਂ ਅੱਜ ਆਪਦੇ ਉਹ ਕਿਸੇ ਲਾਲਚ ਚ ਜਾਂ ਕਿਸੇ ਬਹਾਅ ਚ ਆ ਕੇ ਜੋ ਮਰਜ਼ੀ ਕਰੀ ਜਾਣ ਸੋ ਇੰਨੀ ਕੁ ਮੇਰੀ ਇਹ ਗੱਲ ਜਿਹੜੀ ਹੈ ਨਾ ਇਹ ਗੱਲ ਮਲੇ ਮੈਂ ਕਹਿੰਨੀ ਚਾਹੁੰਦਾ ਸਵਾਲ ਜਿਹੜੇ ਸਾਰੇ ਚੱਕਦੇ ਨੇ ਜਿਹੜਾ ਲੁਧਿਆਣਾ ਦਾ ਡਾਕਾ ਵਸਦਾ ਉਹ ਡਾਕਾ ਜਿਹੜਾ ਕਿਨਿਸ ਬੁੱਕ ਦੇ ਵਿੱਚ ਵੀ ਦਰਜ ਆ ਤੇ ਉਸ ਡਾਕੇ ਦੇ ਸਬੰਧ ਵਿੱਚ ਭਾਈ ਬਿੱਟੂ ਵੀ ਤੇ ਬੜੇ ਜਿਹੜੇ ਉਹ ਦੁਸ਼ਣਬਾਜੀ ਹੁੰਦੀ ਆ ਇਲਜ਼ਾਮ ਲੱਗਦੇ ਨੇ ਕਿ ਪੈਸਾ ਖਾ ਗਿਆ ਭਾਈ ਬਿੱਟੂ ਜੀ ਜੇਲ੍ਹ ਤੋਂ ਕਦੋਂ ਬਾਹਰ ਆਉਂਦੇ ਨੇ ਗ੍ਰਿਫਤਾਰੀ ਕਦੋਂ ਹੁੰਦੀ ਆ ਪਹਿਲੀ ਜਿਹੜੀ ਪਹਿਲੀ ਗ੍ਰਿਫਤਾਰੀ ਤੇ ਜੇਲ੍ਹ ਤੋਂ ਕਦੋਂ ਬਾਹਰ ਆਉਂਦੇ ਨੇ ਕਿੱਥੋਂ ਗ੍ਰਿਫਤਾਰੀ ਹੁੰਦੀ ਆ ਜਿਹੜੀ ਰੋਪੜ ਵਾਲੀ ਜਗ੍ਹਾ ਦਸੀ ਜਾਂਦੀ ਆ ਕਿਉਂਕਿ ਪੁਲਿਸ ਇੱਕ ਅਫਸਰ ਆ ਉਹਦਾ ਵੀ ਚੈਨਲ ਬਣਿਆ ਉਹ ਵੀ ਕਹਿੰਦਾ ਕਿ ਤੇ ਉਹ ਸਾਰਾ ਵਰਤਾਰਾ ਕੀ ਆ ਜੇ ਜਿਹੜੇ ਡਾਕਾ ਵੱਜਿਆ ਉਹਦੇ ਪੈਸੇ ਕੀ ਸੱਚੀਓ ਭਾਈ ਬਿੱਟੂ ਖਾ ਗਿਆ ਯਾ ਉਹ ਸ਼ੰਗਾਰ ਸੈਡਾ ਵੱਡਾ ਸੀ ਦੇਖੋ ਜੀ ਦੇਖ ਦੇ ਮੇਰੇ ਸਿੰਘ ਗੱਲ ਸੁਣ ਹਾਂਜੀ ਇਹ ਜਿਹੇ ਸਵਾਲ ਜਿਹੜੇ ਨਾ ਵੀ ਉਹ ਡਾਕਾ ਵੱਜਿਆ ਉਹਦਾ ਪੈਸਾ ਕਿੱਥੇ ਗਿਆ ਇਹ ਸਵਾਲ ਕਰਨ ਵਾਲਾ ਮੂਰਖ ਹੈ ਇਹਨੂੰ ਜਿਹੜਾ ਕੋਈ ਇਹਦਾ ਜਵਾਬ ਦੇ ਉਹ ਵੀ ਮੂਰਖ ਹੋ ਆਮ ਸੰਗਤ ਨੂੰ ਇਹਨੂੰ ਕਿਵੇਂ ਲੈਣਾ ਚਾਹੀਦਾ ਇਹਨਾਂ ਸਵਾਲਾਂ ਬਿਲਕੁਲ ਐ ਲੈਣਾ ਚਾਹੀਦਾ ਵੀ ਇਹ ਮੂਰਖਾਂ ਵੱਲੋਂ ਖੜਾ ਕੀਤਾ ਸਵਾਲ ਹੈ ਜਿਨ੍ਹਾਂ ਨੂੰ ਲਹਿਰ ਦੀ ਯਾਰ ਕੱਖ ਸਮਝ ਨਹੀਂ ਤੁਸੀਂ ਉੱਥੇ ਕੀ ਸਪਾਈ ਦੇ ਲੋਂਗੇ ਇਹ ਕੋਈ ਵਿਆਹ ਹੋਇਆ ਸੀਗਾ ਯੋਦਾ ਹਿਸਾਬ ਦੇ ਦੇ ਬੰਦਾ ਜਾਂ ਕੋਈ ਪਾਰਟੀ ਹੋਈ ਸੀ ਕਿ ਢਿੱਡੀ ਵੱਡੀ ਲਹਿਰ ਉੱਠੀ ਆ ਬੰਦਿਆਂ ਨੇ ਕਿਵੇਂ ਸੀਸਤਲੀ ਤੇ ਰੱਖ ਕੇ ਕਿਵੇਂ ਜਾਨਾਂ ਦਿੱਤੀਆਂ ਨਾ ਮਤਲਬ ਹੁਣ ਤੁਸੀਂ ਤੁਹਾਨੂੰ ਉਹ ਅੱਜ ਹਿਸਾਬ ਵੀ ਤੁਸੀਂ ਕੌਣ ਹੋ ਹਿਸਾਬ ਲੈਣ ਵਾਲੀ ਕਿ ਕਦੇ ਕਿਸੇ ਵੀ ਲਹਿਰ 'ਚ ਇਹ ਗੱਲ ਉੱਠੀ ਆ ਜਾਂ ਉੱਠ ਸਕਦੀ ਆ ਕੋਈ ਹਿਸਾਬ ਦੇ ਸਕਦਾ ਵੀ ਉਹਦਾ ਕੀ ਬਣਿਆ ਇਹਨਾਂ ਨੂੰ ਤਾਂ ਪੈਸਾ ਦਿੱਸੀ ਜਾਂਦਾ ਵੀ ਐਡਾ ਵੱਡਾ ਪੈਸਾ ਐਡਾ ਵੱਡਾ ਪੈਸਾ ਪਰ ਇਹ ਕਹਿੰਦੇ ਨੇ ਵੀ ਸਾਡੀ ਜ਼ਿੰਦਗੀ ਨੂੰ ਦੇਖੋ ਤੇ ਉਧਰ ਉਹਨਾਂ ਦੀ ਜ਼ਿੰਦਗੀ ਨੂੰ ਦੇਖੋ ਵੀ ਐਸ ਦੀ ਜ਼ਿੰਦਗੀ ਜਿਰੇ ਨੇ ਭਾਈ ਕੋਕੀ ਭਾਈ ਸੁ ਭਾਈ ਦਿਲਜੀਤ ਸਿੰਘ ਬਿੱਟੂ ਇਹ ਪਰਿਵਾਰ ਤੋਂ ਪਹਿਲਾਂ ਕਿਵੇਂ ਦੇ ਸੀਗੇ ਲਹਿਰ ਦੇ ਵਿੱਚ ਦੇਖੋ ਲਹਿਰ ਦੇ ਵਿੱਚ ਜਿਹੜੀ ਜਮਾਤੀ ਅਣੀ ਬਣਨੈਸਾ ਹਮੇਸ਼ਾ ਹੀ ਰਹਿੰਦੀ ਹੈ ਕੁਝ ਗਰੀਬ ਘਰਾਂ ਚੋਂ ਆਉਣਗੇ ਕੁਝ ਅਮੀਰ ਘਰਾਂ ਚੋਂ ਆਉਣਗੇ ਇਹ ਇੱਕ ਸੱਚ ਹੈ ਜ਼ਿੰਦਗੀ ਦਾ ਕਿ ਈਵਨ ਮੈਂ ਪੁਲਿਸ ਦਾ ਵੀ ਦੇਖਿਆ ਪੁਲਿਸ ਦਾ ਐਟੀਟਿਊਡ ਵੀ ਫਰਕ ਪੈਂਦਾ ਮਤਲਬ ਮੈਂ ਤਾਂ ਇਹ ਵੀ ਦੇਖਿਆ ਜਦੋਂ ਤੂੰ ਪੁੱਛਦੇ ਨਾ ਵੀ ਜਾਤ ਕਿਹੜੀ ਆ ਜੇ ਜੱਟ ਕਹਿੰਦੇ ਹੋ ਕਈ ਵਾਰ ਉੱਥੇ ਵੀ ਫਰਕ ਪੈ ਜਾਂਦਾ ਹੈ ਜੇ ਤੁਸੀਂ ਦਲਤ ਤੋਂ ਤਾਂ ਹੋਰ ਤਰ੍ਹਾਂ ਟ੍ਰੀਟ ਕਰਨਗੇ ਇਹ ਫੈਕਟਰ ਨਾ ਮਤਲਬ ਜ਼ਿੰਦਗੀ ਦੇ ਅੱਛਾ ਜੇ ਤੁਹਾਡਾ ਘਰ ਚੰਗਾ ਖਾਂਦਾ ਪੀਂਦਾ ਤੁਹਾਡਾ ਬਾਪ ਕੋਈ ਅਸਰ ਸੂਖ ਵਾਲਾ ਬੰਦਾ ਹੈ ਇਹਦਾ ਵੀ ਕੁਝ ਨਾ ਕੁਝ ਫਰਕ ਪੈ ਜਾਂਦਾ ਕੁਝ ਨਾ ਕੁਝ ਚਲੋ ਜਦੋਂ ਸਾਰਾ ਕੁਝ ਝੱਲ ਲਿਆ ਬੰਦੇ ਘਰ ਹੀ ਆਏ ਹੁਣ ਘਰ ਚੰਗੇ ਪਹਿਲਾਂ ਹੀ ਹੁਣ ਉਹਨਾਂ ਨੇ ਥੋੜਾ ਬਣਾ ਲਏ ਹਣਾ ਉਹ ਹੁਣ ਉਹਨਾਂ ਨੇ ਉਸ ਘਰ ਚ ਉਸ ਮੁਤਾਬਕ ਰਹਿਣਾ ਅਗਲੇ ਆਨੇ ਜਿਹੜੀਆਂ ਇਹ ਗੱਲਾਂ ਉੱਠਣੀਆਂ ਉਹ ਐਸ਼ ਕਰ ਰਿਹਾ ਮੈਂ ਹੋ ਗਿਆ ਭਲੇ ਰਬਈਏ ਹੀ ਬੜਾ ਘਟ ਘਟੀਆ ਰਬਈਆ ਹੈ ਹੁਣ ਮੈਂ ਕਹਾ ਮਤਲਬ ਮੈਂ ਇੰਨੇ ਸਾਲ ਲਹਿਰ ਚ ਲਾਤੇ ਤੇ ਮੇਰੇ ਨਾਲ ਦੇਸੀ ਲੱਗੇ ਫਿਰਦੇ ਸੀਗੇ ਹਣਾ ਵੀ ਤੈਨ ਇਹਦੇ ਇਹ ਗੱਲਾਂ ਮਤਲਬ ਉੱਠ ਰਹੀਆਂ ਨੇ ਬਿਲਕੁਲ ਜਿਹੜੇ ਬੰਦੇ ਲਹਿਰ ਦਾ ਅੰਗ ਨਹੀਂ ਰਹੇ ਜਿਹੜੇ ਬੰਦਿਆਂ ਨੂੰ ਲਹਿਰ ਦਾ ਕੱਲੇ ਅੰਗ ਨਹੀਂ ਕੁਝ ਪਤਾ ਹੀ ਹੋਵੇ ਲਹਿਰ ਦਾ ਮਤਲਬ ਇਹੰਜਾਂ ਗੱਲਾਂ ਦੇ ਜਵਾਬ ਦਿੱਤੇ ਜਾਂਦੇ ਨੇ ਭਲਾ ਭਾਈ ਦਿਲਜੀਤ ਸਿੰਘ ਜੇਲ੍ਹ ਚ ਕਦੇ ਜਾਂਦੇ ਨੇ ਕਦੋਂ ਬਾਹਰ ਹੁੰਦੇ ਨੇ ਭਾਈ ਦਿਲਜੀਤ ਸੂ ਫੜੇ ਗਏ ਨੇ April 1996 ਚ ਉਰੋਪੜ ਵਾਲੇ ਫਾਰਮ ਤੋਂ ਹੀ ਫੜੇ ਗਏ ਨੇ ਆਪਣੇ ਤੋਂ ਉਹਦੇ ਮ ਬਾਅਦ ਗੱਲ ਕਰਦਾ ਇਹ 96 ਚ ਫੜੇ ਗਏ ਨੇ April ਚ ਮੁੜ ਕੇ ਇਹ 5 ਦੇ ਵਿੱਚ ਜਾ ਕੇ ਰਿਹਾ ਹੁੰਦੇ 2005 2005 ਚ ਉਹਨਾਂ ਚ ਇਹ ਬਖ ਬਖ ਜੇਲ੍ਹਾਂ ਚ ਰਹੇ ਮਿੰਨਿਆ ਵੱਧੀ ਇੰਟੈਰੋਗੇਸ਼ਨ ਚੱਲੀ ਐ ਤੇ ਜੇ ਇਤਿਹਾਰ ਜੇਲ੍ਹ ਚ ਹੀ ਰਹੇ ਤੇ ਆਪਣਾ ਮੇਨਲੀ ਨਾਬੇ ਜੇਲ੍ਹ ਚ ਰਹੇ ਮੈਂ ਤੱਥ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਰਿਹਾ ਵੈਸੇ ਇਹਨਾਂ ਗੱਲਾਂ ਦੀ ਕੋਈ ਬਹੁਤੀ ਇਮਤ ਨਹੀਂ ਹੁੰਦੀ ਤੇ ਉਹ ਤੇ ਦੂਜੀ ਗੱਲ ਇਹ ਆ ਵੀ ਉਹਨਾਂ ਦੀ ਬਹੁਤ ਪੁੱਛ ਪੜਤਾਲ ਹੋਈ ਆ ਜਿਹੜਾ ਇਹ ਆ ਵੀ ਯਾਰ ਉਹਦੇ ਕੋਈ ਥੱਪੜ ਨਹੀਂ ਮਾਰਿਆ ਜੇ ਨਹੀਂ ਕਿਤੇ ਗੱਲਾਂ ਕਰਨ ਵਾਲੀਆਂ ਬਣਾ ਕਿ ਸੱਚੀ ਉਹਨਾਂ ਨੇ ਕੁੱਟ ਨਹੀਂ ਖਾਧੀ ਜੇ ਉਦਾਂ ਪੁੱਛ ਲਈ ਕਿਉਂਕਿ ਆਮ ਲੋਕਾਂ ਦੇ ਸਵਾਲ ਨੇ ਜੀ ਇਹ ਨਹੀਂ ਖਾਧੀ ਮੈਂ ਨਹੀਂ ਖਾਧੀ ਮੈਂ ਮੈਂ 31 ਸਾਲ ਅੰਡਰਗਰਾਉਂਡ ਰਿਹਾ ਮੈਨੂੰ ਮੇਰੇ ਪਿੱਛੇ ਬੰਦੇ ਮਾਰਦੇ ਸਮਝ ਲਓ ਹਨਾ ਵੀ 10 ਕਿਤੇ ਆ ਪਰ ਮੈਨੂੰ ਮਤਲਬ ਮੇਰੇ ਤੇ ਨਹੀਂ ਕੁੱਟ ਪਈ ਕੁੱਟ ਖਾਣਾ ਹੀ ਸੱਚਾ ਹੁੰਣਾ ਮਤਲਬ ਇਹ ਕੋਈ ਫਾਰਮੂਲਾ ਹੈ ਦੇਖੋ ਜ਼ਿੰਦਗੀ 'ਚ ਤੁਸੀਂ ਫਾਰਮੂਲੇ ਬਣਾ ਲਓ ਵੀ ਜਿਹੜਾ ਮਰ ਗਿਆ ਸ਼ਹੀਦ ਹੋ ਗਿਆ ਉਹ ਸੱਚਾ ਹੈ ਜਿਹੜਾ ਬਚ ਰਿਹਾ ਉਹ ਝੂਠਾ ਹੈ ਇਹ ਕੋਈ ਫਾਰਮੂਲਾ ਨਹੀਂ ਦੂਜੀ ਗੱਲ ਜਿੱਥੇ ਕੁੱਟ ਪੈਗੀ ਉਹ ਸੱਚਾ ਹੈ ਜੇ ਕਿਸੇ ਕਾਰਨ ਕਰਕੇ ਤੁਸੀਂ ਦੇਖੋ ਨਾ ਕੋਈ ਸਰਕਮਸਟੈਂਸਸ ਬਣਦੇ ਨੇ ਇਹ ਜੀ ਹਨਾ ਜੇ ਕੋਈ ਕੁੱਟ ਤੋਂ ਬਚ ਰਿਹਾ ਉਹ ਝੂਠਾ ਹੈ ਕੁਛ ਵੀ ਨਾ ਜ਼ਿੰਦਗੀ ਨਾ ਲਹਿਰ ਨਾ ਸਮਾਜ ਫਾਰਮੂਲਿਆਂ ਤੇ ਨਹੀਂ ਚੱਲਦਾ ਕੋਈ ਅਜਿਹਾ ਫਾਰਮੂਲਾ ਨਹੀਂ ਵੀ ਤੁਸੀਂ ਹਰ ਇਲੈਕਸ਼ਨ 'ਚ ਹਿੱਸਾ ਲੈਣਾ ਹੈ ਕੋਈ ਅਜਿਹਾ ਫਾਰਮੂਲਾ ਨਹੀਂ ਤੁਸੀਂ ਹਰ ਇਲੈਕਸ਼ਨ ਦਾ ਬਾਈਕਾਟ ਹੀ ਕਰਨਾ ਹੈ ਜੀ ਕੋਈ ਅਜਿਹਾ ਫਾਰਮੂਲਾ ਨਹੀਂ ਕਿ ਜਦੋਂ ਵੀ ਦੁਸ਼ਮਣ ਵੱਲੋਂ ਗੱਲਬਾਤ ਦੀ ਆਫਰ ਆਈ ਤੁਸੀਂ ਉਹ ਸ਼ਾਮਲ ਹੋਣਾ ਹੈ ਕਿਸੇ ਮੌਕੇ ਤੁਸੀਂ ਸ਼ਾਮਲ ਹੋ ਸਕਦੇ ਹੋ ਕਿਸੇ ਮੌਕੇ ਤੁਸੀਂ ਠੁਕਰਾ ਸਕਦੇ ਹੋ ਫਾਰਮੂਲਾ ਕੋਈ ਨਹੀਂ ਸੋ ਜਿਹੜੇ ਬੰਦਿਆਂ ਨੇ ਇੰਨਾ ਇਹ ਸਿੱਧੜ ਬਣਾ ਲੀਆਂ ਗੱਲਾਂ ਵੀ ਉਹ ਬਚ ਰਿਹਾ ਉਹਤੇ ਕੁੱਟਣੀ ਪਈ ਹੁਣ ਸ਼ਹੀਦ ਭਗਤ ਸਿੰਘ ਤੇ ਕੋਈ ਤਸ਼ੱਦਦ ਨਹੀਂ ਸੀ ਹੋਇਆ ਨਹੀਂ ਇਫੈਕਟ ਸੁਖਦੇਵ ਤੇ ਬਹੁਤ ਹੋਇਆ ਤੋ ਕਿ ਸੁਖਦੇਵ ਚੋਂ ਭਗਤ ਸਿੰਘ ਕੱਢਣਾ ਸੀ ਉਹਨਾਂ ਨੇ ਤੇ ਭਗਤ ਸਿੰਘ ਚੋਂ ਕੀ ਕੱਢਣਾ ਸੀ ਜਦੋਂ ਫਾੜੇ ਮੈਨ ਬੰਦਾ ਲਿਆ ਹਾਂ ਅਥੇ ਆਰ ਫੜੇ ਗਏ ਅੱਡੇ ਫੜੇ ਗਏ ਟਕਾਣੇ ਫੜੇ ਗਏ ਬੰਦੇ ਫੜੇ ਗਏ ਹੁਣ ਇਹ ਭਾਈ ਦਲਜੀਤ ਸਿੰਘ ਦੀ ਗ੍ਰਿਫਤਾਰੀ 96 ਵਿੱਚ ਜਾ ਕੇ ਹੁੰਦੀ ਹੈ ਉਹ ਸਮੇਂ ਨਾਲ ਸਭ ਕੁਝ ਬਦਲ ਅਫਸਰ ਬਦਲ ਜਾਂਦੇ ਆ ਪਾਲਿਸੀਜ਼ ਬਦਲ ਜਾਂਦੀਆਂ ਮਾਹੌਲ ਬਦਲ ਜਾਂਦਾ ਸਾਡੀ ਲਹਿਰ ਦਾ ਮੈਂ ਤੁਹਾਨੂੰ ਦੱਸਦਾ ਜਦੋਂ ਨਕਸਲੀ ਲਹਿਰ ਸੀਗੀ ਉਹਦੇ ਦੋ ਚੋਟੀ ਦੇ ਆਗੂ ਸੀਗੇ ਦੋ ਚੋਟੀ ਦੇ ਆਗੂ ਇੱਕ ਹਾਕਮ ਸਿੰਘ ਸਮਾ ਇੱਕੋ ਇੱਕ ਨਕਸਲੀ ਆਗੂ ਸੀ ਜਿਹਦੇ ਬਾਰੇ ਕਿੱਸੇ ਪ੍ਰਚਲਿਤ ਹੋਏ ਇਹ ਪਿੱਕੀ ਕੋਲੇ ਪਿੰਡ ਸਮਾਉ ਇੱਕ ਸੀ ਦਰਸ਼ਨ ਖੜਕੜ ਉਹ ਹੁਣ ਵੀ ਜਾਂਦਾ ਇਹ ਦੋ ਸਾਡੇ ਟਾਪ ਦੇ ਲੀਡਰ ਸੀ ਇਹ ਜਨਵਰੀ 1972 ਚ ਫੜੇ ਜਾਂਦੇ ਆ ਮੇਰੇ ਖਰਪੰਜ 3 ਜਨਵਰੀ ਉਦੋਂ ਪਹਿਲਾਂ ਇੱਕ ਦਿਨ ਪਹਿਲਾਂ ਦਰਸ਼ਨ ਖੜਕੜ ਦੇ ਪਿੰਡ ਦਾ ਇਹਦਾ ਕਾਲਜ ਦਾ ਸਾਥੀ ਤੇ ਇਹਦਾ ਦੋਸਤ ਅਕਬਾਲ ਮੰਗੂ ਵਾਲੀਆ ਫੜਿਆ ਜਾਂਦਾ ਉਹਨੂੰ ਉਹਦੀ ਗੋਲੀ ਮਾਰ ਦਿੰਦੇ ਆ ਗੋਲੀ ਮਾਰ ਕੇ ਥਾਣੇਦਾਰ ਸੀ ਉਥੇ ਕਰਤਾਰ ਸਿੰਘ ਬੰਗੇ ਥਾਣੇ ਚ ਉਹ লাশ ਲਿਆ ਕੇ ਸੁੱਟਦਾ ਪਿੰਡ ਤੇ ਲੱਤ ਮਾਰਦਾ লাশ ਤੇ ਕਹਿੰਦਾ ਕੱਲ ਨੂੰ ਜਾਂ ਪਰਸੋਂ ਨੂੰ ਦਰਸ਼ਨ ਖੜਕੜ ਦੀ ਵੀ লাশ ਆਈ ਲੋ ਅਸ਼ਾ ਅਕਬਾਲ ਮੰਗੂ ਵਾਲੀ ਇਮਾਰਤ ਆ ਬਾਬਾ 부ਜਾ ਸੂ 70 ਸਾਲ ਤੋਂ ਤੇ ਮੇਰੇ ਖਿਆਲ 80 ਸਾਲ ਦੇ ਨੇੜੇ ਉਮਰ ਸੀ ਉਹਦੀ ਉਹਨੂੰ ਮਾਰਿਆ ਇਹਦੂ ਕੁਛ ਚਿਰ ਪਹਿਲਾਂ ਮਤਲਬ ਉਹ ਫੇਜ ਸੀ ਜਦੋਂ ਉਹ ਫੜਦੇ ਸੀ ਤੇ ਬੰਦੇ ਨੂੰ ਮਾਰ ਦਿੰਦੇ ਸੀ ਪਰ ਇਹ ਦੋ ਟੌਪ ਦੇ ਲੀਡਰ ਫੜੇ ਗਏ ਇਹ ਨਾ ਮਾਰੇ ਤੇ ਨਾ ਇਹਨਾਂ ਤੇ ਕੁੱਟ ਪਈ ਹੈ ਜਦੋਂ ਮੁਖੀ ਫੜ ਲਿਆ ਤੁਸੀਂ ਹਾਂ ਨਹੀਂ ਉਦੋਂ ਲਹਿਰ ਦੇ ਜੇ ਹੋਰ ਲਹਿਰ ਖਤਮ ਨਹੀਂ ਸੀ ਹੋਈ ਬਹੁਤ ਕੁਝ ਸੀ ਇਹਨਾਂ ਤੋਂ ਪੁੱਛਿਆ ਜਾਣਾ ਸੀਗਾ ਪੁੱਛਿਆ ਵੀ ਉਹਨਾਂ ਨੇ ਹੁਣ ਮਤਲਬ ਇਹ ਹੈ ਤੁਸੀਂ ਉਦੋਂ ਹੀ ਬੰਦਿਆਂ ਨੇ ਸਵਾਲ ਖੜਾ ਕੀਤਾ ਵੀ ਇਹਨਾਂ ਨੂੰ ਇਹ ਬਚ ਕੇ ਕਿਵੇਂ ਰਹਿ ਗਏ ਜਿਹਦਾ ਮਤਲਬ ਏ ਪੇਸ਼ੋਏ ਨ ਚਲੋ ਇੱਕ ਕੁਐਸਚਨ ਤਾਂ ਖੜਾ ਹੋ ਸਕਦਾ ਹੈ ਕੁਐਸਚਨ ਪਰ ਇਹ ਆਪਦੇ ਆਪ ਦੀ ਪ੍ਰੂਫ ਬਣ ਜੇ ਸਿੱਧੀ ਗੱਲ ਹੈ ਜੇ ਨਹੀਂ ਮਾਰੇ ਤੇ ਸਿੱਧੇ ਫਾਰਮੂਲਾ ਹੁਣ ਮੈਂ ਉਹਦਾ ਉਹਦਾ ਮੈਂ ਦਾਵੇ ਨਾ 500% ਮੈਂ ਦਾਵੇ ਨਾ ਕਹਿਣਾ ਦੋਵਾਂ ਨੂੰ ਜਾਣ ਦੱਸ ਕੋਈ ਨਾ ਪੇਸ਼ੋਏ ਨ ਨਾ ਹੋੱਚੀ ਪੇਨ ਤੇ ਨਾ ਝੁਕੇ ਨਾ ਪਰ ਇੱਕ ਖਾਸ ਹਾਲਾਤੇ ਬਣੇ ਜਰੂਰ ਵੀ ਉਹਨਾਂ ਤੇ ਨਾਂ ਨੂੰ ਗੋਲੀ ਮਾਰੀ ਤੇ ਨਾਂ ਉਹਦੀ ਕੁੱਟ ਮਾਰਕੀ ਅੰਟਰੋਗੇਸ਼ਨ ਬਹੁਤ ਹੋਈ ਹੈ ਜੇਲ੍ਹਾਂ ਚ ਰਹੇ ਲੰਮਾ ਚਿਰ ਸਭ ਕੁਝ ਹੋਇਆ ਸੋ ਇਹ ਜੇ ਵਰਤਾਰੇ ਕੁਦਰਤ ਚ ਵਾਪਰਦੇ ਨੇ ਲਹਿਰਾਂ ਚ ਵਾਪਰਦੇ ਨੇ ਹਰ ਜਗ੍ਹਾ ਵਾਪਰਦੇ ਨੇ 2005 ਜੇਬ ਤੋਂ ਬਾਹਰ ਹੁੰਦੇ ਨੇ ਕਹਿੰਦੇ ਰੋਪੜ ਦੇ ਵਿੱਚ ਇੱਕ ਜਗ੍ਹਾ ਲੰਨੇ ਆ ਉਹ ਜਗ੍ਹਾ ਕਿੰਨੀ ਆ ਕਿਹੜੇ ਪੈਸੇ ਦੇਣਾ ਤੇ ਹੈਗੀ ਵੀ ਪਹਿਲੇ ਇਹ ਗੱਲ ਯਾਰ ਹੁਣ ਬੰਦਾ ਹਰੇਕ ਆਕੇ ਹਿਸਾਬ ਦੇਊਗਾ ਹੈਗੀ ਐ ਵੈਸੇ ਹੋ ਜਾਏਗਾ ਜਗਾ ਹੈ ਗਿਆ ਪਰ ਜਿਹੜੀ ਮੇਰੀ ਜਾਣਕਾਰੀ ਹੈ ਉਹ ਜਗਾ ਲੈਂਡ 'ਚ ਅੱਡਾ ਬਣਾਉਣ ਤੇ ਜਦੋਂ ਪਤਾ ਕਿੱਡੀ ਵੱਡੀ ਲੜਾਈ ਚੱਲ ਰਹੀ ਸੀ ਜੰਗ ਕਿੱਡੀ ਸੀ ਇੱਕ ਲੰਮਾ ਦਈਆ ਰੱਖ ਕੇ ਲੜ ਰਹੇ ਸੀ ਬੰਦੇ ਇਹ ਨਹੀਂ ਸੀ ਵੀ ਮਾੜੇ ਮੋٹے ਬਦਲਾ ਲਿਆ ਠੂਠਾਕ ਕੀਤੀ ਨਹੀਂ ਜੇਲ੍ਹ ਤੋਂ ਬਾਅਦ ਨਹੀਂ ਮੈਂ ਤੁਹਾਨੂੰ ਦੱਸਦਾ ਜੰਗ ਲੜੀ ਜਾ ਰਹੀ ਸੀ ਰਾਜ ਲੈਣ ਵਾਸਤੇ ਉਸ ਜੰਗ ਦੀਆਂ ਤਿਆਰੀਆਂ ਜਿਸ ਲੈਵਲ ਤੇ ਹੋਈਆਂ ਇਹ ਜਿਹੜੇ ਬੰਦੇ ਪਣਾ ਦਿੰਦੇ ਸੀਗੇ 18 ਸੀ ਜਿਹੜੇ ਪਣਾ ਦਿੰਦੇ ਸੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਅੰਡਰਗਰਾਉਂਡ ਮੂਵਮੈਂਟ ਦੇ ਸਾਰੀਆਂ ਗੱਲਾਂ ਥੋੜਾ ਸਾਂਝੀਆਂ ਕੀਤੀਆਂ ਜਾਂਦੀਆਂ ਵੀ ਇੱਥੇ ਹੁਣ ਚੈਨ ਦੇ ਨਾਂ ਤੇ ਦੱਸਿਆ ਜਾਵੇ। ਸੋ ਇਹ ਇੱਕ ਅੱਡੇ ਬਣਾਉਣੇ ਪੈਂਦੇ ਨੇ ਇਹ ਜੇ ਇੱਕ ਇਹੋ ਜਿਹਾ ਅੱਡਾ ਬਣਾਉਣ ਬਾਰੇ ਉਦੋਂ ਫੈਸਲਾ ਹੋਇਆ ਜਿੱਚ ਜਿੰਦਾ ਵੀ ਸ਼ਾਮਲ ਸੀ ਮੇਰੀ ਜਾਣਕਾਰੀ ਮੁਤਾਬਕ। ਅੱਛਾ ਇਹ ਸੱਡੇ ਦਾ ਜਿੰਦੇ ਨੂੰ ਵੀ ਪਤਾ ਸੀ। ਇਹਦਾ ਸੁਖੇ ਨੂੰ ਵੀ ਪਤਾ ਸੀ। ਹੁਣ ਮੈਂ ਹੋਰ ਕੀਦਾ ਇੱਕ ਛੋਟਾ ਘੇਰਾ ਸੀ ਵੀ ਜਿਹੜੇ ਖਾਸ ਲੀਡਰ ਹੈ। ਉਹਨਾਂ ਦੇ ਇੱਕ ਸੁਰੱਖਿਤ ਟਿਕਾਣਾ ਹਰ ਲਹਿਰ ਦੀ ਇਹ ਲੋੜ ਹੁੰਦੀ ਹੈ। ਹਰ ਲਹਿਰ ਦੀ ਆਪ ਦੇ ਲੀਡਰ ਨੂੰ ਪ੍ਰਜਰਵ ਕਰਨਾ ਜੇ ਤੁਸੀਂ ਲੀਡਰ ਬਾਰੇ ਸਵਾਲ ਖੜਾ ਕਰਤਾ ਨਾ ਇਹਨੇ ਆਪ ਦਾ ਅੱਡ ਕਿਉਂ ਬਣਾ ਲਿਆ ਫਿਰ ਲੀਡਰ ਕੀ ਹੋਇਆ ਲੀਡਰ ਤਾਂ ਅੱਖ ਦੀ ਪੁਤਲੀ ਹੁੰਦੀ ਆ ਲਹਿਰ ਦੀ ਉਹਨੂੰ ਆਪ ਦੀ ਜਾਨ ਤੁਸੀਂ ਦੇ ਕੇ ਵੀ ਉਹਨੂੰ ਬਚਾਉਣਾ ਹੁੰਦਾ ਇਹ ਭਾਈ ਦਲਜੀਤ ਸਿੰਘ ਬਿੱਟੂ ਦਾ ਇੱਕ ਸਾਥੀ ਸੀਗਾ ਸੁਰਿੰਦਰ ਪਾਸ਼ ਥਰੂਆ ਉਹ ਉਹ ਜਦੋਂ ਫੜਿਆ ਗਿਆ ਮਤਲਬ ਉਹ ਪਤਾ ਸੀ ਪੁਲਿਸ ਨੂੰ ਕਿ ਦਲਜੀਤ ਸਿੰਘ ਬਿੱਟੂ ਫੜਿਆ ਜਾ ਸਕਦਾ ਇਹਦੇ ਨਾਲ ਉਥੇ ਜੋ ਤਸ਼ੱਦਦ ਹੋਇਆ ਜਿਹੜਾ ਆ ਬੰਦਾ ਚੈਂਦਲਾਂ ਤੇ ਪਿੱਟੀ ਜਾਂਦਾ ਨਾ ਇਹ ਤਾਂ ਕੁਛ ਦਿਨ ਹੋਇਆ ਹੋਊ 6 ਮਹੀਨੇ ਜਿਹਦਾ ਪਤਾ ਵੀ ਨਹੀਂ ਲੱਗਿਆ ਕਿੱਥੇ ਆ ਬਾਅਦ ਚ ਪਤਾ ਲੱਗਿਆ ਵੀ ਚੰਡੀਗੜ੍ਹ ਸੀਆਰਪੀ ਗੋਲੇ ਸੀ ਤੇ ਮੈਨੂੰ ਉਹ ਬੰਦੇ ਨੇ ਦੱਸਿਆ ਇੱਕ ਨੇ ਉਹਦੇ ਦੋਸਤ ਨੇ ਕਹਿੰਦਾ ਜਿੱਦ ਦੇ ਨੂੰ ਪਹਿਲੇ ਦਿਨ ਪਟਿਆਲੇ ਅਦਾਲਤ ਚ ਪੇਸ਼ ਕੀਤਾ ਇਹਦੀ ਸ਼ਕਲ ਨਹੀਂ ਸੀ ਦੇਖੀ ਉਹਦਾ ਹਾਲਤ ਕੀ ਕੀਤੀ ਪਰ ਨਾਲ ਉਹਨੇ ਕੋਈ ਹਥਿਆਰ ਫੜਾਇਆ ਨਾ ਉਹਨੇ ਭਾਈ ਦਿਲਜੀਤ ਸੁਬਾਰੇ ਦੱਸਿਆ ਤੇ ਨਾ ਜ਼ਿੰਦਗੀ ਚ ਕਿਤੇ ਰੋਇਆ ਬਾਜ ਵੀ ਐਕਟਿਵ ਹੋਇਆ ਕੰਮ ਕੀਤੇ ਚਲੋ ਉਹਦੀ ਬਿਮਾਰੀ ਨਾਲ ਇੱਕ ਮੌਤ ਹੋ ਗਈ ਆ ਹੁੰਦੀ ਹੈ ਕਸੂਰ ਮੇ ਵਾਲੀ ਤੁਸੀਂ ਕੁੱਟ ਖਾਧੀ ਐ ਤੁਸੀਂ ਹੁਣ ਚੈਨਲਾਂ ਤੇ ਰੋ ਰੋ ਕੇ ਦੱਸਣਾ ਮੇਰੇ ਐ ਚੱਡੇ ਪਾੜ ਤੇ ਮੇਰਾ ਉਹ ਕਰਤਾ ਇੱਥੇ ਪਤਾ ਨਹੀਂ ਕੀ ਕੁਝ ਹੋਇਆ ਬੰਦਿਆਂ ਦੇ ਨਾਲ ਮਤਲਬ ਬਹੁਤ ਕੁਝ ਆ ਇਹ ਮੈਨੂੰ ਤਾਂ ਕਚਿਆਣ ਆਉਂਦੀ ਐ ਇਸ ਗੱਲ ਤੋਂ ਨਾ ਮਤਲਬ ਇਹ ਤੁਸੀਂ ਇਹ ਜੇ ਬੰਦੇ ਸੁਣਨ ਫਿਰ ਉਹ ਸਵਾਲ ਕਰਨ ਵੀ ਇਹਦਾ ਜਵਾਬ ਦਿਓ ਜਿਹਦਾ ਮਤਲਬ ਸਾਡਾ ਤਾਂ ਬਹੁਤ ਕੁਝ ਨਿਕਰ ਗਿਆ ਹੈ ਤੁਸੀਂ ਉਹ ਲਹਿਰ ਦੀ ਸਪੇਟ ਨਾਲ ਜੇ ਨੱਚਦੇ ਇੱਕ ਸੁਰ ਨਹੀਂ ਹੋਵੋਗੇ ਨਾ ਜਾ ਕੇ ਲਹਿਰ ਨਬਾਰੇ ਗੱਲ ਕਰਨ ਦਾ ਹੀ ਅਧਿਕਾਰ ਨਹੀਂ ਕਿਸੇ ਦਾ ਸੋ ਕੋਈ ਅਪਲਾਈ ਨਹੀਂ ਭਾਈ ਦਿਲਜੀਤ ਨੂੰ ਆ ਕੇ ਦਾ ਜਵਾਬ ਦੇਵੇ ਜਾਂ ਮੈਨੂੰ ਅੱਜ ਜੇ ਗੱਲਾਂ ਕਰਨੀਆਂ ਪੈ ਰਹੀਆਂ ਇੱਕ ਪੇਨ ਹੈ ਦੂਜੀ ਗੱਲ ਜਿਹੜਾ ਬੰਦਾ ਭਾਈ ਦਿਲਜੀਤ ਸੂ ਨਾਲ ਨਹੀਂ ਰਿਹਾ ਕਿਤੇ ਉਹਦੇ ਨਾਲ ਵਿਚਰਿਆ ਨਹੀਂ ਉਹਨੂੰ ਜਾਣਦਾ ਨਹੀਂ ਉਹ ਤਾਂ ਇਹ ਗੱਲਾਂ ਕਰ ਲੂ ਮੈਂ ਦਾਵਾ ਕਰਦਾ ਵੀ ਜਿਹੜਾ ਵੀ ਉਹਦੇ ਨਾਲ ਕਿਤੇ ਵਿਚਰਿਆ ਹੈ ਜਿਹੜਾ ਉਹਨੂੰ ਜਾਣਦਾ ਹੈ ਉਹ ਮਤਲਬ ਹੀ ਨਹੀਂ ਕਿਤੇ ਉਹਦੀ ਇਮਾਨਦਾਰੀ ਬਾਰੇ ਉਹਦੀ ਦੋ ਗੱਲਾਂ ਬਾਰੇ ਉਹਦੀ ਸੂਝ-ਬੂਝ ਤੇ ਉਹਦੀ ਧਿਆਨਤਦਾਰੀ ਉਹਦੀ ਨਿਮਰਤਾ ਸਭ ਕੁਸ਼ੀ ਮੈਂ ਉਹਦੇ ਬਾਰੇ ਕੋ ਬੰਦੇ ਨੂੰ ਸਵਾਲ ਖੜਾ ਜਿਹੜੇ ਬੰਦੇ ਨੇ ਜਿਹੜੇ ਬੰਦੇ ਉਹਦੇ ਨਾਲ ਐਕਸ਼ਨਾਂ 'ਚ ਰਹੇ ਨੇ ਤੁਸੀਂ ਉਹਨਾਂ ਤੋਂ ਜਾ ਕੇ ਪੁੱਛੋ ਤੁਸੀਂ ਜਿੰਦੇ ਦੀਆਂ ਚਿੱਠੀਆਂ ਪੜੋ ਜਿਹੜੀਆਂ ਸ਼ਬੀਆਂ ਮੈਂ ਨਹੀਂ ਪੜੀਆਂ ਉਹ ਮੈਂ ਅਣਸ਼ਬੀਆਂ ਪੜੀਆਂ ਜਦੋਂ ਉਹਦੇ ਹੱਥ ਦੀਆਂ ਪੜੀਆਂ ਆਈਆਂ ਸੀਗੀਆਂ ਜੇਲ੍ਹ 'ਚੋਂ ਆਈਆਂ ਉਹ ਪਤਾ ਨਹੀਂ ਉਹ ਚੋਣਾਂ ਨੇ ਜਿਹੜੇ ਛਾਪੇ ਹੋਣਗੇ ਬੰਦਿਆਂ ਨੂੰ ਸ਼ਾਮਿਲ ਕੀਤਾ ਹੈ ਕਿ ਨਹੀਂ ਇੱਕ ਚਿੱਠੀ ਚੋਣੇ ਤਾਕੀਦ ਕੀਤੀ ਹੈ ਲਹਿਰ ਨੂੰ ਕਿ ਭਾਈ ਦਲਜੀਤ ਸੂ ਕੌਮ ਦਾ ਹੀਰਾ ਹੈ ਇਹ ਪਾਵਨਜ਼ਾਰ ਕੀਤੀ ਹੁਣ ਵੀ ਇਹ ਹੀਰੇ ਨੂੰ ਬਚਾ ਕੇ ਰੱਖਿਓ ਹੁਣ ਜਿੰਦੇ ਨੂੰ ਪਤਾ ਭਾਈ ਦਲਜੀਤ ਸੂ ਕੀ ਹੈ ਹੁਣ ਜਿਹੜੇ ਬੰਦੇ ਨੇ ਜ਼ਿੰਦਗੀ ਚ ਕਿਤੇ ਜਾ ਕੇ ਦੇਖਿਆ ਨਹੀਂ ਉਹਨੂੰ ਖਾਸ ਕਰਕੇ ਇਹ ਜਿਹੜੇ ਆਪਣੇ ਚੈਨ ਨਾਲ ਜਿਹਨਾਂ ਚ ਕੋਈ ਵੀ ਜ਼ਿੰਦਗੀ ਦੀ لیاقت ਨਹੀਂ ਸਭਾਏ ਫੋਨ ਮੂੰਹ ਅੱਗੇ ਕਰਨ ਮਤਲਬ ਉਹ ਉੱਠ ਕੇ ਭਾਈ ਦਿਲਜੀਤ ਨੂੰ ਬਾਰੇ ਗੱਲ ਕਰਨ ਪਰ ਮੇਰਾ ਨਹੀਂ خیال ਵੀ ਇਹਨਾਂ ਨੂੰ ਕੋਈ ਬੰਦੇ ਇਹ ਬੰਦੇ ਇਸ ਤਰ੍ਹਾਂ ਇਹਨਾਂ ਦਾ ਕੋਈ ਹਿਸਾਬ ਨਹੀਂ ਹੋਊਗਾ ਮੇਰੀ ਭਾਵਨਾ ਮਤਲਬ ਮੈਂ ਚਲੋ ਮੇਰੀ ਤਾਂ ਹੁਣ ਉਮਰ ਨਹੀਂ ਮੇਰਾ ਹੁਣ ਕਾਰਜ ਖੇਤਰ ਵੱਖਰਾ ਹੋ ਗਿਆ ਨਹੀਂ ਇਹ ਜੇ ਬੰਦੇ ਚੁੱਪ ਕਰਾਉਣੇ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਸਮਾਂ ਗੇੜ ਕੱਟੂਗਾ ਇਹ ਮਤ ਸੋਚਣ ਉਹ ਜਿਵੇਂ ਕਿਰਪਾਲ ਸਿੰਘ ਰੱਬਾ ਲਾ ਕੇ ਜਾ ਕੇ ਲੈ ਕੇ ਬਹਿ ਗਿਆ ਸੀ ਨਾ ਕੋਥੇ ਤੁੱਟਾ ਪਿਆ ਸੀ ਵੀ ਹੁਣ ਕੀ ਹੁੰਦਾ ਇਹ ਕੁਦਰਤ ਨੇ ਵੀ ਇੱਕ ਵੈਗਰੂ ਨੇ ਵੀ ਇੱਕ ਇਨਸਾਫ ਕਰਨਾ ਲੋਕਾਂ ਨਾਲ ਇਹ ਜਿਹੜਾ ਪਾਪ ਕਰ ਰਹੇ ਨਾ ਜਿਸ ਕਿਸਮ ਦਾ ਲੋਕਾਂ ਦੇ ਪੁੱਤ ਮਰ ਗਏ ਘਰ ਉਜੜ ਗਏ ਇਹ ਵੈਅ ਸੀ ਇਹ ਵੀ ਇਹਨਾਂ ਨੇ ਉਜਾੜ ਤੇ ਇਹਨੇ ਸਵਾਲਾਂ ਤੋਂ ਬਾਅਦ ਦਲਜੀਤ ਸਿੰਘ ਤਾਂ ਚੁੱਪ ਨੇ ਇਹ ਵੀ ਸਵਾਲ ਖੜਾ ਹੁੰਦਾ ਜੇ ਤੁਸੀਂ ਉਹਨੂੰ ਇੱਕ ਵਾਰ ਮਿਲੇ ਹੋ ਮੈਂ ਜ਼ਿੰਦਗੀ 'ਚ ਕਿਤੇ ਤੁਹਾਨੂੰ ਪਤਾ ਲੱਗ ਜੂਜੇ ਕਿ ਉਹ ਕੰਦੇ ਨਹੀਂ ਹੈਗੇ ਕਹਿੰਦੇ ਬੇਅਦਬੀ ਹੋ ਜਾਂਦੀ ਹੈ ਮਾਰਦ ਦੀ ਉਹ ਵੀ ਨਹੀਂ ਸਰਗਰਮ ਸਰਸੇ ਵਾਲੇ ਦੇ ਕਾਂਡ ਦੇ ਵਿੱਚ ਜਰੂਰ ਉਹ ਇੱਕ ਦਫਾ ਦਿਖੇ ਸੀ ਮੁਰੇ ਉਸ ਤੋਂ ਬਾਅਦ ਕੀ ਹੋਇਆ ਦੇਖੋ ਜਿਹੜਾ ਤਾਂ ਚੁੱਪ ਐ ਉਹ ਤਾਂ ਜਿਹੜਾ ਬੰਦਾ ਉਹਨੂੰ ਜਾਣਦਾ ਨਹੀਂ ਉਹੀ ਸਵਾਲ ਕਰ ਸਕਦਾ ਜਿਹੜਾ ਉਹਨੂੰ ਜਾਣਦਾ ਉਹਨੂੰ ਪਤਾ ਵੀ ਉਹਦਾ ਸਵਾਲ ਕੀ ਹੈ ਉਹਦਾ ਮੁੱਢ ਤੋਂ ਹੀ ਇਹ ਹੈ ਕਾਲਜ ਟਾਈਮ ਦੇ ਸਾਥੀਆਂ ਤੋਂ ਲੈ ਲਓ ਅੱਛਾ ਹੈਨਾ ਉਹ ਉਬੜਬੋਲਾ ਨਹੀਂ ਉਹ ਪੌਂਕੂ ਨਹੀਂ ਉਹਨੇ ਕਿਸੇ ਚੀਜ਼ ਤੇ ਉਬਲਣ ਨਹੀਂ ਲੱਗ ਜਾਣਾ ਉਹ ਤਾਂ ਜਿੰਮੇ ਉਹ ਤੇ ਸਮੁੰਦਰ ਵਾਲੀ ਉਹ ਗਹਿਰਾਈ ਵੀ ਹੈ ਤੇ ਇੱਕ ਸ਼ਾਂਤੀ ਵੀ ਹੈ ਉਹਨਾਂ ਲਹਿਰ ਚ ਵੀ ਆਈ ਕੀਤਾ ਉਹਨੇ ਕੋਈ ਦੁੱਕੀ ਚੱਕੀ ਬੰਦੇ ਨਹੀਂ ਮਾਰੇ ਮਤਲਬ ਪਤਾ ਨਹੀਂ ਉਹਦੇ ਨਾਲ ਆਪਣੇ ਕਹਿੰਦੇ ਨਾ ਵੀ ਉਹ ਬਚ ਕੇ ਮੇ ਰਹਿਆ ਹੁਣ ਇਹਨਾਂ ਲੋਕਾਂ ਨੂੰ ਕੀ ਪਤਾ ਵੀ ਕਿੰਨੀ ਬਾਰ ਮੌਤ ਉਹਦੇ ਨਾਲ ਖਹਿ ਕੇ ਲੰਗੀ ਹੈ ਦੋ ਘਟਨਾਵਾਂ ਦਾ ਮੈਨੂੰ ਪਤਾ ਜਿੱਥੇ ਆਮੋ ਸਾਹਮਣੀ ਗੋਲੀ ਚੱਲੀ ਹੈ ਪੁਲਿਸ ਨਾਲ ਉਧਰ ਉਹ ਮਾਰ ਰਹੇ ਨੇ ਉਹਨੂੰ ਨਿਸ਼ਾਨਾ ਰੱਖ ਕੇ ਉਧਰ ਉਹ ਇਹ ਮਾਰ ਰਿਹਾ ਉਹ ਨਾਲ ਦੇ ਸਾਥੀਆਂ ਨੇ ਬਚਾਇਆ ਉਹ ਨਹੀਂ ਵੱਜੀ ਗੋਲੀ ਹੁਣ ਇਹਦਾ ਜਵਾਬ ਦੇਵੇ ਉਹ ਤੇਰੇ ਗੋਲੀ ਕਿਉਂ ਨਹੀਂ ਵੱਜੀ ਇੱਕ ਬੰਦਾ ਲਹਿਰ ਚ ਜਰ ਚਾਰ ਉਂਗਲਾਂ ਕਟਾਇਆ ਹੁੰਦਾ ਤੁਸੀਂ ਕਹੋ ਆ ਪੰਜਵਾਂ ਗੁੱਠਾ ਕਿਵੇਂ ਰਿਹਾਗੇ ਦਾ ਜਵਾਬ ਦੇ 4 ਨੂੰ 6 ਪਰੇ ਸੋ ਇਹ ਗੱਲਾਂ ਬੜੀਆਂ ਘਟੀਆਂ ਮੈਨੂੰ ਪਤਾ ਨਹੀਂ ਲੋਕ ਕਿਵੇਂ ਸੁਣ ਰਹੇ ਨੇ ਕਿੰਨੇ ਬਿਮਾਰ ਹੋ ਗਏ ਲੋਕ ਜਾਂ ਕਿੰਨੇ ਕਿਸ ਕਿਸਮ ਦੇ ਹੋ ਗਏ ਤੇ ਇਹ ਜਿਹੜੀ ਹੈਗੀ ਨਾ ਜਿਹੜੀ ਸੋਡੀ ਵਿਰਾਸਤ ਹੈ ਲਹਿਰ ਦੀ ਖਾੜਕੂ ਲਹਿਰ ਜੇ ਤੁਸੀਂ ਇਹਦੇ ਬਾਰੇ ਇਹ ਜੇ ਸ਼ੱਕ ਤੇ ਇਹ ਜੀ ਕਾਲਖਫੇਰ ਨਹੀਂ ਸ਼ੁਰੂ ਕਰਤੀ ਤੇ ਕੁਝ ਨਹੀਂ ਬਣਨਾ ਪਰ ਇਹ ਹੋਣਾ ਨਹੀਂ ਇਹ ਥੋੜੇ ਜਿਹੇ ਲੋਕਾਂ ਦਾ ਇੱਕ ਠਰਕ ਹੈ ਉਹ ਲਈ ਜਾਣੇ ਇਹ ਤੋਂ ਸਵਾਦ ਜਿਹੜੇ ਲੋਕਾਂ ਨੂੰ ਪਤਾ ਹੈ ਲਹਿਰ ਦਾ ਉਹ ਪਤਾ ਉਹਨਾਂ ਲੋਕਾਂ ਨੂੰ ਉਹ ਕਰਨਗੇ ਹੁਣ ਭਾਈ ਦਲਜੀਤ ਸਿੰਘਾ ਮਤਲਬ ਪੰਜ ਚੋਂ ਬਾਹਰ ਆਇਆ 96 ਚ ਫੜਿਆ ਗਿਆ ਦਸਾਂ ਸਾਲਾਂ ਬਾਅਦ ਉਹ ਬਾਹਰ ਆਇਆ ਕਿੰਨੀ ਇੰਟੈਰੋਗੇਸ਼ਨ ਹੋਈ ਕਿੰਨੇ ਕੇਸ ਪਏ ਕਿੰਨੇ ਮੁਕਾਦਮੇ ਚੱਲੇ ਅੰਤ ਕੋਈ ਨਹੀਂ ਠੀਕ ਹੈ ਨਾ ਪੰਜ ਚੋਂ ਬਾਹਰ ਆਇਆ ਸੱਤ ਦੇ ਵਿੱਚ ਸਰਸੇ ਵਾਲਾ ਘੋਲ ਚੱਲਿਆ ਆਉਂਦਾ ਹੀ ਇਹ ਸਰਗਰਮ ਹੋਇਆ ਹਰ ਖਾੜਕੂ ਦੇ ਘਰੇ ਗਿਆ ਜਿਹੜਾ ਕਹਿੰਦਾ ਸਾਰ ਨਹੀਂ ਲਈ ਤੂੰ ਜਾ ਕੇ ਪੁੱਛੋ ਨਾ ਤੁਸੀਂ ਮਤਲਬ ਇੱਕ ਦਿਨ ਨਹੀਂ ਟਿਕੇ ਆ ਗੱਡੀਆਂ ਤੇ ਭੱਜੀ ਫਿਰਦੇ ਰਹੇ ਨ ਕਾਫਲੇ ਬਣਾ ਕੇ ਉਹ ਸਰਗਰਮੀ ਕੀਤੀ ਮੁੜ ਕੇ ਆਪਣਾ ਸਰਸੇ ਵਾਲਾ ਘੋਲ ਚੱਲ ਪਿਆ ਉਹਦੇ ਵਿੱਚ ਮਤਲਬ ਬਿਲਕੁਲ ਮੂਰਲੀਆਂ ਸਫਾਂ ਚੋ ਕੇ ਲੜੇ ਨ ਉਸ ਤੋਂ ਬਾਅਦ ਚਲੋ ਪਹਿਲਾਂ ਇਹਨੇ ਆਪਦੀ ਅੱਡ ਜਥੇਬੰਦੀ ਬਣਾਈ ਮੁੜ ਕੇ ਮਾਨ ਸਾਹਿਬ ਨਾਲ ਇਕੱਠੇ ਹੋਏ ਫਿਰ ਉਹਦੋਂ ਅਲੱਗ ਹੋ ਕੇ ਆਪਦੀ ਜਥੇਬੰਦੀ ਬਣਾਈ ਬੜਾ ਕੁਝ ਕੀਤਾ ਪਰ ਇਹਨੂੰ ਦੁਬਾਰਾ ਫੇਰ ਜਦੋਂ ਮਰਜ਼ੀ ਜਦੋਂ ਗੱਲ ਹੁੰਦੀ ਫੜ ਲੈਂਦੇ ਸੀ 12 ਦੇ ਵਿੱਚ ਸਤੰਬਰ 1912 ਦੇ ਵਿੱਚ ਇਹਨੂੰ ਦੁਬਾਰਾ ਫੜਿਆ ਕੁਲਵੀਰ ਸਿੰਘ ਬੜਾ ਪਿੰਡ ਦੇ ਨਾਲ ਤੇ ਸਿਰੇ ਦੇ ਕੇਸ ਬਣਾਏ ਸ਼ਾਸ਼ ਬਣਾਈ ਉਹ ਮੀਟਿੰਗ ਕੀਤੀ ਇਹ ਕੀਤੀ ਬੋਗ ਕੀਤੀ ਤੇ ਬਹੁਤ ਮਤਲਬ ਇੱਕ ਹਿਸਾਬ ਨਾਲ ਜਲੀਲ ਕੀਤਾ ਇਹਨਾਂ ਨੂੰ ਦੋਹਾਂ ਕੱਲਾ ਇਹਨੂੰ ਨਹੀਂ ਇਹਦੇ ਹਰ ਸਾਥੀ ਨੂੰ ਫੜਿਆ ਉਹਦੋਂ ਭਾਈ ਮੰਤੀਰ ਸਿੰਘ ਫੜਿਆ ਗਿਆ ਡਾਕਟਰ ਸੇਵਕ ਸਿੰਘ ਫੜਿਆ ਗਿਆ ਜਸਪਾਲ ਸਿੰਘ ਮੰਜਪੁਰ ਫੜਿਆ ਗਿਆ ਜਿਹੜਾ ਵਕੀਲ ਹਾਂ ਤੇ ਜਿਹੜਾ ਸਾਰਾ ਸਮਾਨ ਸੀਗਾ ਸਿੱਖਿਆ ਹੱਤ ਪਰਚਾ ਕੱਢਦੇ ਸੀ ਉਹ ਜਬਤ ਹੋ ਗਿਆ ਉਹ ਚੁੱਕ ਕੇ ਲੈ ਗਏ ਸਾਰਾ ਉਹਦਾ ਸਮਾਨ ਉਹਦੀਆਂ ਹਾਰ ਡਿਸਕਾਂ ਤੱਕ ਚੁੱਕ ਕੇ ਲੈ ਗਏ ਘਰ ਦਾ ਪੱਤਾ ਪੱਤਾ ਫਰੋਲ ਕੇ ਸਭ ਕੁਝ ਚੁੱਕ ਕੇ ਲੈ ਗਏ ਛੱਡਿਆ ਕੱਖ ਨਹੀਂ ਸੀ ਤੇ ਇਹ ਜੇ ਕੇਸ ਪਾਇਸੀ ਲੱਗਦਾ ਸੀ ਕਿ ਹੁਣ ਪਤਾ ਨਹੀਂ ਕਿੰਨੇ ਚਿਰ ਬਾਅਦ ਇਹ ਜੇਲ੍ਹ ਚੋਂ ਬਾਹਰ ਆਊਗਾ ਸੋ ਉਸ ਤੋਂ ਬਾਅਦ ਇਹਨੂੰ ਮਤਲਬ ਜਿਹੜਾ ਡਾਕਾ ਸੀ ਉਹਦੇ ਵਿੱਚ ਉਹਨਰ ਕੈਦ ਦੀ ਸਜ਼ਾ ਹੋਈ ਹੈ ਉਹ ਸਜ਼ਾ ਕੱਟ ਕੇ ਆਇਆ। ਚਲੋ ਫਿਰ ਮੁੜ ਕੇ ਇੱਕ ਸਾਲ ਬਾਅਦ ਹੁਣ ਕੋਰਟਾਂ ਦਾ ਵੀ ਕាប់ ਦਾ ਸਿਸਟਮ ਹੁੰਦਾ ਕਿਤੇ ਉਹਦੇ 'ਚ ਹੋ ਰਿਹਾ ਹੋ ਗਿਆ। ਫਿਰ ਬਾਹਰ ਆ ਗਿਆ। ਇੱਕ ਗੱਲ ਸਮਝ ਲਓ ਮਤਲਬ ਜਿਹੜੇ ਬੰਦੇ ਸਵਾਲ ਖੜੇ ਕਰਦੇ ਨੇ ਉਹ ਚੁੱਪ ਕਿਉਂ ਆ ਸਰਗਰਮ ਕਿਉਂ ਨਹੀਂ ਉਹਨੇ ਸਰਗਰਮ ਹੋ ਕੇ ਦੇਖਿਆ। ਸਰਗਰਮ ਹੋ ਕੇ ਦੇਖਿਆ ਪੂਰਾ ਵੀ ਮੁੜ ਕੇ ਫੇਰ ਉਸੇ ਸਪੇਟ ਨਾਲ ਕੁਝ ਖੜਾ ਕੀਤਾ ਜਾਵੇ ਪਰ ਇੱਕ ਜਿਹੜਾ ਮੈਂ ਜਿਸ ਟੇ ਤੇ ਪਹੁੰਚਿਆ ساری ਦੁਨੀਆ ਦੇ ਇਤਿਹਾਸ ਨੂੰ ਦੇਖ ਕੇ ਜਿਹੜਾ ਹਥਿਆਰਬੰਦ ਸੰਘਰਸ਼ ਜਿਹੜਾ ਸਟੇਟ ਨੂੰ ਉਲਟਾਉਣ ਵਾਸਤੇ ਹੈ ਜਿਹੜਾ ਉਹਦਾ ਨਾਇਕ ਹੋਊ ਨਾ ਜੇ ਉਹ ਬਚ ਵੀ ਰਹਿੰਦਾ ਮੁੜ ਕੇ ਉਹ ਕਹੇ ਮੈਂ ਪੀਸਫੁਲ ਢੰਗ ਨਾਲ ਡੈਮੋਕਰੈਟਿਕ ਢੰਗ ਨਾਲ ਫੇਰ ਲਹਿਰ ਖੜੀ ਕਰਕੇ ਇਹ ਸਟੇਟ ਨੂੰ ਉਲਟਾਉ ਉਹ ਨੂੰ ਨਹੀਂ ਇਹ ਲਾਉਗਾ ਕਿਤੇ ਦੁਨੀਆ 'ਚ ਮੈਨੂੰ ਤੁਸੀਂ ਨਾਮ ਲਿਆ ਦਿਓ ਕਿਸੇ ਬੰਦੇ ਦਾ ਵੀ ਜੀ ਨੇ ਦੁਸ਼ਮਣ ਦੇ ਇੰਨੇ ਬੰਦੇ ਮਾਰੇ ਹੋਣ ਸਮਹਾ ਉਹ ਬਚ ਰਿਹਾ ਹੋਵੇ ਬਚੇ ਨੇ ਸਾਰੀ ਦੁਨੀਆ ਚ ਬੰਦੇ ਬਚੇ ਆ ਹਰ ਲਹਿਰ ਚ ਬਚੇ ਆ ਪਰ ਮੁੜ ਕੇ ਉਹ ਕਹਿਣ ਵੀ ਅਸੀਂ ਡੈਮੋਕ੍ਰੈਟਿਕ ਢੰਗ ਨਾਲ ਇਹ ਕੋਈ ਹੋਰ ਨਵੇਂ ਬੰਦੇ ਤਾਂ ਉੱਠ ਕੇ ਕਰ ਸਕਦੇ ਕੁਛ ਚਿਰ ਕੰਮ ਪਰ ਉਹਨਾਂ ਨੂੰ ਵੀ ਉਹ ਚੱਲਣ ਨਹੀਂ ਦੇਣਗੇ ਤੁਸੀਂ ਤੁਸੀਂ ਇਹ ਜਿਹੜੀ ਲਹਿਰ ਜਦੋਂ ਦਬਾਈ ਜਾਂਦੀ ਆ ਇਕੱਲੀ ਲਹਿਰ ਨਹੀਂ ਦਬਾਈ ਜਾਂਦੀ ਸਟੇਟ ਉਹ ਚੋਂ ਸਭ ਕੱਢਦੀ ਆ ਸਟੇਟ ਐਨੀ ਖੂਖਾਰ ਬਣ ਜਾਂਦੀ ਆ ਮੁੜ ਕੇ ਐਨਾ ਅਭਿਆਸ ਨੂੰ ਮਜ਼ਬੂਤ ਕਰ ਲੈਂਦੀ ਆ ਮੁੜ ਕੇ ਉਹ ਚਾਂਸ ਨਹੀਂ ਲਊ ਤੁਸੀਂ ਛੋਟੀ ਜੀ ਉਦਾਹਰਣ ਲੈਣੀ ਹੋਵੇ ਦੀਪ ਸਿੱਧੂ ਦੀ ਜਾ ਕੇ ਦੀਪ ਸਿੱਧੂ ਨੂੰ ਪੁੱਛ ਲਓ ਕੋਈ ਉਹਨੇ ਹਥਿਆਰ ਨਹੀਂ ਚੁੱਕਿਆ ਕੋਈ ਉਹਨੇ ਖਾਲਸਾਣ ਦਾ ਨਾਅਰਾ ਨਹੀਂ ਲਾਇਆ ਇੱਕ ਨੈਰੇਟਿਵ ਹੀ ਲਗਿਆ ਨਾ ਉਹ ਨੈਰੇਟਿਵ ਬੜਾ ਖਤਰਨਾਕ ਲੱਗਿਆ ਉਹਨਾਂ ਨੂੰ ਤੁਸੀਂ ਜਾ ਕੇ ਦੀਪ ਸਿੱਧੂ ਨੂੰ ਪੁੱਛ ਲਓ ਉਹਨੂੰ ਕੀ ਸਨੇਹ ਦਿੱਤੇ ਆ ਪੁਲਿਸ ਨੇ ਹੂੰ ਨਹੀਂ ਇਹ ਤਾਂ ਉਹਨੂੰ ਵੀ ਕਹਿ ਦਿੰਦੇ ਆ ਵੀ ਉਹਦੇ ਵੀ ਕੋਈ ਕੁੱਟ ਨਹੀਂ ਪਈ ਬਾਕੀ ਸਾਰੇ ਜਿੰਨੇ ਚੱਕੇ ਸੀ ਉਹਨਾਂ ਨੂੰ ਕੁੱਟ ਬਹੁ ਪਈ ਆ ਚਲੋ ਆਏ ਤਾਂ ਹੁਣ ਜੋ ਮਰਜ਼ੀ ਮਤਲਬ ਕਰ ਲਓ ਨਹੀਂ ਕੁੱਟ ਪਈ ਉਹ ਤਾਂ ਉਹਦਾ ਇੱਕ ਆਵਦਾ ਲੌਜਿਕ ਆਏਗਾ ਕੁੱਟ ਨਹੀਂ ਪਈ ਸੜਾ ਕੁੱਟ ਪਹਿਲਾਂ ਕੁੱਟ ਖਾਓ ਫੇਰ ਉਹਦਾ ਸਰਟੀਫਿਕੇਟ ਦਿਓ ਵੀ ਮੇਰੇ ਤੇ ਆ ਕੁੱਟ ਪਈ ਐ ਇਹ ਇਹਨਾਂ ਬੰਦਿਆਂ ਨੂੰ ਲੈਰਾਂ ਦਾ ਪਤਾ ਨਹੀਂ ਲੈਰਾਂ ਦੀ ਸਮਝ ਹੈ ਨਹੀਂ ਇਹ ਤੇ ਇਹ ਨਿਕਲਦੇ ਨੇ ਜਦੋਂ ਇੱਕ ਇਹ ਸਾਡਾ ਸੜਾ ਸਿੱਖ ਸਮਾਜ ਹੈ ਨਾ ਮੇਰਾ ਖਿਆਲ ਕਿਉਂ ਇਹ ਗੱਲਾਂ ਜਦ ਸੁਣੀਆਂ ਜਾ ਰਹੀਆਂ ਐ ਪਹਿਲਾਂ ਵੀ ਲਹਿਰ ਲਹਿਰ ਚ ਹੁੰਦੇ ਰਹੇ ਨੇ ਇਹ ਜਿਹੇ ਬੰਦੇ ਸਾਡੀ ਨਕਸ਼ੀ ਲਹਿਰ ਚੋਂ ਕਿੰਨੇ ਬੰਦੇ ਗੈਰ ਸਰਗਰਮ ਹੋਏ ਮੁੜ ਕੇ ਸਾਡੇ ਖਿਲਾਫ ਵੀ ਬੋਲੇ ਪਰ ਉਦੋਂ ਕੀ ਸੀ ਕੋਈ ਪਲੇਟਫਾਰਮ ਨਹੀਂ ਸੀ ਵੱਡਾ ਮਿਲਦਾ ਉਹਨਾਂ ਨੂੰ ਸਰੋਤੇ ਨਹੀਂ ਸੀ ਮਿਲਦੇ ਉਹ ਕਿਤੇ ਕੋਲੇ ਬੋਲ ਲੈਣਗੇ ਆ ਜਿਹੜਾ ਆ ਗਿਆ ਨਾ ਸੋਸ਼ਲ ਮੀਡੀਆ ਤੇ ਚੈਨਲ ਜੀ ਇਹਨੇ ਇੱਕ ਪਲੇਟਫਾਰਮ ਦਿੱਤਾ ਇੱਕ ਪਲੇਟਫਾਰਮ ਦਿੱਤਾ ਇੱਕ ਸਾਰੇ ਕੁਝ ਚੋਂ ਲੰਘ ਕੇ ਕਿਤੇ ਸਮਾਜ ਦਾ ਇੱਕ ਹਿੱਸਾ ਰੋਗੀ ਵੀ ਹੋਇਆ ਮਾਨਸਿਕ ਤੌਰ ਤੇ ਜਿਹੜਾ ਉਹਨਾਂ ਨੂੰ ਸੁਣਦਾ ਕੋਈ ਵੀ ਅਰੋਗ ਬੰਦਾ ਜਿਹੜਾ ਹੈਲਦੀ ਮਾਈਂਡ ਉਹ ਚੈਨਲਾਂ ਨੂੰ ਨਹੀਂ ਸੁਣ ਸਕਦਾ ਉਹ ਚੀਕ ਚਿਹੜਾ ਜਿੱਚ ਕੋਈ ਵੀ ਕੰਟੈਂਟ ਨਹੀਂ ਉਹ ਬੰਦੇ ਉਹ ਐਂਕਰ ਵੀ ਜਿਹੜੇ ਜਿਹੜੇ ਬੀਅਰ ਹੀ ਨਹੀਂ ਹੁੰਦੇ ਵੀ ਕੀ ਲਿਆਕਤਾ ਤੁਹਾਡੇ ਕੋਲ ਤੁਸੀਂ ਕਿਸ ਆਧਾਰ ਦੇ ਉੱਤੇ ਆਪਦਾ ਚੈਨਲ ਚਲਾ ਰਹੇ ਹੋ ਕੀ 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 ਪਰੋਸ ਰਹੇ ਹੋ ਲੋਕਾਂ ਨੂੰ ਆਹੀ ਵੀ ਇੱਥੇ ਤਾਂ ਆ ਹੋ ਗਿਆ ਜਿੱਥੇ ਆ ਹੋ ਗਿਆ ਔਰ ਆਗ ਐਨੇ ਪੈਸੇ ਖਾ ਗਿਆ ਆ ਇੱਕ ਚੈਨਲ ਵਾਲਾ ਜਿਹੜਾ ਹੈਗਾ ਐਂਕਰ ਜਾਂ ਮਤਲਬ ਉਹ ਤਾਂ ਕਹਿੰਦਾ ਸਾਰੇ ਲੀਡਰ ਚੋਰ ਆ ਕਿੱਡੀ ਸਵੀਪਿੰਗ ਸਟੇਟਮੈਂਟ ਕਿ ਤੂੰ ਇੱਕ ਰਹਿ ਗਿਆ ਸਾਧ ਬਾਕੀ ਸਾਰੇ ਚੋਰ ਹੋ ਗਏ ਜਿਹੜੇ ਇਹ ਜਿਹੇ ਮਤਲਬ ਸਾਰਾ ਕੁਝ ਚੱਲ ਰਿਹਾ ਹੈ ਇਹ ਸਾਡੇ ਬਿਮਾਰ ਸਮਾਜ ਦੀ ਤੇ ਬਿਮਾਰ ਮਾਨਸਿਕਤਾ ਚੋਂ ਨਿਕਲੀਆਂ ਇਹਦਾ ਹੁਣ ਕੀ ਕਰ ਲੂ ਕੋਈ ਇਹ ਤਾਂ ਕੋਈ ਬਹਿਗਰੂ ਮੁੜ ਕੇ ਕਲਾ ਵਰਤੂਗੀ ਕਿਤੇ ਮਤਲਬ ਫੇਰ ਪਲਟਾ ਆਊਗਾ ਤੇ ਕੌਮ ਦੇ ਵਿੱਚ ਫੇਰ ਕੋਈ ਨਵਾਂ ਉਸ ਤਰ੍ਹਾਂ ਦੀ ਗੱਲ ਆਊਗੀ ਵੈਸੇ ਇਹ ਜੀ ਗੱਲ ਬਣੀ ਇਹ ਸੈਕਸ਼ਨ ਬਾਲਾ ਵੱਡਾ ਨਹੀਂ ਸਾਨੂੰ ਪ੍ਰਭਾਵ ਇਹ ਬਣ ਜਾਂਦਾ ਬੰਦੇ ਦੀ ਯਾਰ ਕਮਜ਼ੋਰੀ ਆ ਮੈਂ ਤਾਂ ਇਹ ਸਮਝਦਾ ਇੰਨੀਆਂ ਨੈਗੇਟਿਵ ਗੱਲਾਂ ਮੈਂ ਕਈਆਂ ਨੂੰ ਮੈਨੂੰ ਪੁੱਛਣਗੇ ਜਿਓ ਫਲਾਨੇ ਨੇ ਐ ਕਹਤਾ ਤੁਸੀਂ ਸੁਣਿਆ ਮੈਂ ਜਰ ਤੁਹਾਨੂੰ ਸੁਣਨ ਦੀ ਕੀ ਲੋੜ ਹੈ ਮੇਰੇ ਖਿਲਾਫ ਕਿੰਨੇ ਚਿਰ ਦੇ ਬੰਦੇ ਲਿਖਦੇ ਤੇ ਬੋਲਦੇ ਆ ਰਹੇ ਆ ਮੈਂ ਬਿਲਕੁਲ ਸੌ ਖਾਦੀ ਹੋਈ ਆ ਨਾ ਪੜਨਾ ਨਾ ਸੁਣਨਾ ਆਪਦਾ ਕੰਮ ਕਰਨਾ ਜਿਹਨੇ ਕੋਈ ਕੰਮ ਕਰਨਾ ਨਾ ਪੋਜੀਟਿਵ ਕ੍ਰੀਏਟਿਵ ਕੰਮ ਕਰਨਾ ਜ਼ਿੰਦਗੀ ਚ ਉਹਦੇ ਕੋਲੇ ਨਹੀਂ ਉਹ ਅਫੋਰਡ ਨਹੀਂ ਕਰ ਸਕਦਾ ਇਹ ਚੀਜ਼ਾਂ ਚ ਪਾਉਣ ਦੀ ਇਹ ਉਹ ਬੰਦੇ ਨੇ ਜਿਹੜੇ ਕੋਈ ਵੀ ਸਿਰਜਣਾਤਕ ਕੰਮ ਕੋਈ ਨਹੀਂ ਕਰ ਰਹੇ ਬਸ ਆ ਵੀ ਬਣੇ ਹੋਏ ਨੂੰ ਢਾ ਦਿਓ ਸਾਰੇ ਹੁਣ ਦਰਸ਼ਨ ਸੁਤਾਤਲੇ ਬਾਰੇ ਆਪਾਂ ਕੀਤਾ ਨਾ ਤੁਸੀਂ ਉਹਦਾ ਦੇਖੋ ਜ਼ਿੰਦਗੀ ਦਾ ਬੰਦੇ ਦਾ ਕਾਰਜ ਉਹ ਹੁੰਦਾ ਜਿਹੜਾ ਬੰਦਾ ਕੁਝ ਸਿਰਜ ਰਿਹਾ ਹੈ ਉਹਨੇ ਯੂਨੀਵਰਸਿਟੀਆਂ ਚ ਬਾਹਰ ਸਾਡੇ ਹੋਰ ਵੀ ਵਿਦਵਾਨ ਬੈਠੇ ਨੇ ਕੁਝ ਇਹੇ ਜੀ ਪਰ ਉਹਨਾਂ ਦਾ ਇਹ ਵੀ ਢਾਓ ਪਹਿਲਾਂ ਕੁਝ ਉਹਨਾਂ ਦਾ ਕੁਝ ਕੋਈ ਗਿਣਾਇਆ ਜਾ ਸਕੇ ਵੀ ਇਹਨਾਂ ਦੀ ਆ ਇੱਕ ਕਿਰਤ ਹੈ ਜਿਹੜੀ ਬੜੀ ਐਨੇ ਸਫਰਕ ਬਾਤ ਕੁਝ ਵੀ ਕੋਈ ਦੇਣ ਨਹੀਂ ਕੋਈ ਪ੍ਰਾਪਤੀ ਨਹੀਂ ਕੋਈ ਕਿਰਤ ਨਹੀਂ ਇਹ ਜੀ ਕੋਈ ਰਚਨਾ ਨਹੀਂ ਸੋ ਇਹ ਹੁੰਦਾ ਮਤਲਬ ਜਿਹੜੀ ਇੱਕ ਨੈਗੇਟਿਵਿਟੀ ਹੈ ਨਾ ਉਹਦੇ ਚ ਜਿਉਣਾ ਉਹਦੇ ਚ ਸਵਾਦ ਲੈਣਾ ਹੌਲੀ ਹੌਲੀ ਫਿਰ ਇਹਦੇ ਚ ਇੱਕ ਤੁਹਾਨੂੰ ਆਪ ਦੇਈ ਜਿਵੇਂ ਕੁੱਤੇ ਨੂੰ ਹੱਡੀ ਆਲਾ ਹੁੰਦਾ ਨਾ ਵੀ ਉਹ ਸਵਾਦ ਪਾ ਜਾਂਦਾ ਹੁੰਦਾ ਉਹ ਹੀ ਚੱਪ ਚੱਬ ਕੇ ਸਵਾਦ ਲਈ ਜਾਂਦਾ ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਨੇ ਇਹਦਾ ਬੜਾ ਨੋਟ ਸੀ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਅਸੀਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਕੋਈ ਸਪਿਰਿਟ ਕੋਈ ਸੰਘਰਸ਼ ਚੱਲਦਾ ਆ ਤਾਂ ਉੱਥੇ ਸਰਕਾਰੀ ਜਿਹੜਾ ਪ੍ਰੋਪੋਗੈਂਡਾ ਹੁੰਦਾ ਹੈ ਆ ਸਰਕਾਰ ਦੀਆਂ ਏਜੰਸੀਆਂ ਜਿਹੜਾ ਕੰਮ ਕਰਦੀਆਂ ਨੇ ਉਹ ਜੋ ਕੁਝ ਸਿਰਜਦੀਆਂ ਨੇ ਫਿਰ ਹੌਲੀ-ਹੌਲੀ ਉਹ ਮਨੁੱਖੀ ਸੁਭਾਅ ਇਹੋ ਜੀ ਚੀਜ਼ ਆ ਕਿ ਉਹ ਆਪਣੇ ਅੰਦਰ ਉਹ ਚੀਜ਼ ਨੂੰ ਆਪਣੇ ਜਹਨੇ ਦੇ ਵਿੱਚ ਵਸਾਉਣਾ ਸ਼ੁਰੂ ਕਰ ਦਿੰਦੇ ਉਹ ਆਪ ਮੁਹਾਰੇ ਵੀ ਉਹ ਗੱਲਾ ਕਰ ਲੱਗ ਜਾਂਦੇ ਨੇ ਜੋ ਕਿਥੇ ਸਰਕਾਰ ਕਰਨਾ ਚਾਹੁੰਦੀ ਆ ਤੇ ਉੱਥੋਂ ਹੀ ਫਿਰ ਜਿਹੜਾ ਲਹਿਰਾਂ ਦੇ ਆਗੂਆਂ ਦੇ ਉੱਤੇ ਜਾਂ ਲਹਿਰ ਦੇ ਉੱਤੇ ਜਿਹੜੇ ਸਵਾਲ ਖੜੇ ਹੁੰਦੇ ਨੇ ਉਂਗਲਾਂ ਖੜੀਆਂ ਹੁੰਦੀਆਂ ਨੇ ਉਹ ਸਾਰੀ ਚੀਜ਼ ਨੂੰ ਕਿਵੇਂ ਆ ਉਹ ਕੀ ਵਰਤਾਰਾ ਹੈ ਉਹ ਸਾਰੇ ਦੇ ਬਾਰੇ ਅੱਜ ਗੱਲਬਾਤ ਕੀਤੀ ਆ ਉਮੀਦ ਕਰਦੇ ਆਂ ਕਿ ਤੁਹਾਡੇ ਤੱਕ ਉਹ ਜਾਣਕਾਰੀ ਸਹੀ ਰੂਪ ਦੇ ਵਿੱਚ ਪਹੁੰਚੀ ਹੋਊਗੀ ਖਾਸ ਕਰਕੇ ਇਹ ਨੌਜਵਾਨ ਪੀੜੀ ਨੂੰ ਕਿ ਉਹ ਜਦੋਂ ਕਿਤੇ ਇਹੋ ਜਿਹੇ ਸਵਾਲ ਅੱਜ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆਂ ਤਾਂ ਪਹਿਲਾਂ ਸੱਚਾਈ ਦੇ ਰੂਬਰੂ ਹੋਣ ਦੀ ਕੋਸ਼ਿਸ਼ ਕਰਿਆ ਕਰੋ ਫਿਰ ਉਸ ਤੋਂ ਬਾਅਦ ਜਿਵੇਂ ਦੀ ਤੁਹਾਡੀ ਇੱਕ ਹਰੇਕ ਦੀ ਆਪਣੀ ਇੱਕ ਆਜ਼ਾਦੀ ਹੁੰਦੀ ਆ ਜਿਹੜਾ ਜਿੱਧਰ ਤੁਰਨਾ ਚਾਹੁੰਦਾ ਉਧਰ ਤੁਰਨ ਦੇ ਲਈ ਉਹ ਤੁਰ ਸਕਦਾ ਆ ਸੋ ਦਿਓ ਇਜਾਜ਼ਤ ਅੱਗੇ ਲਈ ਵੀ ਇਹੋ ਜਿਹੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ